ਸ੍ਰੀ ਮਹਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਗਗਨ ਮਹਿਤਾਲ ਰਵ ਚੰਦ ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ ਰੂਪ ਮਲਿਆਣ ਲੋ ਪਵਣ ਜਬ ਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤ ਸਬਦ ਵਾਜੰਤ ਪੇਰੀ ਸਹਿਸ ਤਬ ਨੈਨ ਨਲ ਲੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨਕ ਪਦ ਕੰਧ ਬਿਨ ਸਹਿਸ ਤਬ ਕੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਜਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਹਰ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਪੁਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਸ ਜਪ ਨਾਮ ਲੇ ਤੁਜੈ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹਿ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜੇ ਆਰੋ ਭਵਨ ਸਗਲਾਰੇ ਨਾਮ ਤੇਰੋ ਤਾਕਾ ਨਾਮ ਫੂਲ ਮਾਲਾ ਪਾਰ ਅਟਾਰੇ ਸਗਲ ਜੁਠਾਰੇ ਤੇਰੋ ਕੀਆ ਤੁਜੈ ਕਿਆ ਅਰਪੋ ਨਾਮ ਤੇਰਾ ਤੁਹੀ ਚਬਰ ਟੁਲਾਰੇ ਦਸ ਅਠਾ ਅੱਠ ਸਟੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਬੋਦ ਤੁਹਾਰੇ ਉਪ ਦੀਪ ਕ੍ਰਿਤ ਸਾਜ ਆਰਤੀ ਵਰਨ ਜਾਓ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਨਾਮ ਰਾਏ ਕੋ ਉੱਤਮ ਦਿਅਰਾ ਨਿਰਮਲ ਬਾਤੀ ਤੋਹਿ ਨਿਰੰਜਨ ਕਮਲਾ ਪਾਤੀ ਰਾਮ ਭਗਤ ਰਾਮ ਨਾ
ਆਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ ਇਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਪਾਈ ਆਂਡਾ ਬ੍ਰਹਮ ਨਿਗਮ ਵਿਚਾਰੇ, ਲਖ ਨਲ ਕਿਆ ਸਵਾਰਤਾ। ਦਾਲ ਸੀਤਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਬਨਿਆ ਸਾਧਨ ਨਿਕਾਇਆ ਨਾਜ ਮੰਗੋ ਸਤਿ ਸ੍ਰੀ ਅਕਾਲ, ਗਉ ਭੈਂਸ ਮੰਗੋ ਲਾਹੇਰੀ ਇੱਕ ਤਾਜਨ ਤੁਰੀ ਚੰਗੇਰੀ, ਹਰ ਕੀ ਹਨ ਚੰਗੀ ਧਨ ਧੰਨਾ ਲੈ ਵੈ ਮੰਗੀ, ਹਰ ਕੀ ਹਨ ਚੰਗੀ ਧਨ ਧੰਨਾ ਲੈ ਵੈ ਮੰਗੀ, ਸਵਈਆ ਪਾਏ ਗਹਿ ਜਬ ਤੇ ਤੁਮਰੇ, ਰਬ ਤੇ ਕੋ ਆਖ ਤਰੇ ਨਹੀਂ ਅਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮੰਨਿਓ, ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ, ਸਗਲ ਦਵਾਰ ਕੋ ਸਾਟ ਕੇ ਗਏ ਤੁਹਾਰੋ ਗਾਹ, ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਐਸੇ ਚੰਡ ਪ੍ਰਤਾਪ ਕੇ ਦੇ ਮਨ ਵਡਿਓ ਪ੍ਰਤਾਪ, ਦੀਨ ਲੋਕ ਜੈ ਜੈ ਕਰੈ ਰਰੈ ਨਾਮ ਸਤ ਜਾਪ, ਚਤਰ ਚੱਕਰਵਰਤੀ ਚਤਰ ਚੱਕਰ ਉਗਤੇ, ਸਵਯੰ ਭਵ ਸੁਮੰ ਸਰਬਦਾ ਸਰਬ ਜੁਗਤੇ, ਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਿਭੂਤੇ, ਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਿਭੂਤੇ।
हम अवगुण परे एक गुण नाही, अमृत छाड़ बिखे बिख खाई, माया मोह परम पैप पाठ कीरत की गुरु रामदास राखो शरणाई, गुरु रामदास गुरु रामदास राखो शरणाई। जो हमरी बेद होती मेरे सतगुरा साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे, कीरे हम थापे। हमारे एह कृपा की जय, हमारे एह कृपा की जय, हमारे एह कृपा की जय, हमारे एह कृपा की जय। मकरंद चरण कमल स्यों,
ਸਤਿਗੁਰ ਰਖਵਾਲਾ ਮੇਰਾ ਪਿਆਰਾ, ਮੇਰਾ ਪਿਆਰਾ। ਹਮ ਬਾਰਕ ਦੀਨ ਕਰੋ ਪ੍ਰਤਪਾਲਾ, ਹਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਪਿਆਰਾ, ਮੇਰਾ ਪਿਆਰਾ। ਪ੍ਰੀਤਮ ਸਤਿਗੁਰ ਰਖਵਾਲਾ ਮੇਰਾ ਪਿਆਰਾ, ਮੇਰਾ ਪਿਆਰਾ। ਮਧੂਸੂਦਨ ਮੇਰੇ ਮਨ ਤਨ ਪ੍ਰਾਣਾ, ਮਧੂਸੂਦਨ ਮੇਰੇ ਮਨ ਤਨ ਪ੍ਰਾਣਾ, ਹੋ ਹਰ ਬਿਨ ਦੂਜਾ ਅਵਰ ਨਾ ਜਾਣਾ। ਹੋਏ
ਪਿਤਾ ਗੁਰ ਸਤ
ਫਤਿਹ। ਸੋ ਬੀਬੀ ਬਲਜੀਤ ਕੌਰ ਜੀ ਦਮਦਮੀ ਟਕਸਾਲ ਵਾਲਿਆਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹਜੂਰੀ ਰਾਗਣ ਜੀ ਜਥਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ 8:15 ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪ ਜੀ ਨੂੰ ਗੁਰੂ ਕੇ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਹਨ। ਸਾਰੀਆਂ ਸੰਗਤਾਂ ਆਓ, ਬੜੇ ਪਿਆਰ ਦੇ ਨਾਲ ਆਪਾਂ ਕੀਰਤਨ ਵਿੱਚ ਵੀ ਹਾਜ਼ਰੀਆਂ ਭਰੀਏ। ਸੋ ਉਸ ਤੋਂ ਉਪਰੰਤ ਬਾਬਾ ਜੀ ਪਾਸੋਂ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਲਿਖੀ ਨੀ ਸੰਤ ਸੇਵ,
ਸੁੱਕੇ ਨਾਹੀ ਸਾਵ ਧੂਪ, ਸੁੱਕ
Then
ਹਰ ਹਰ ਨਾਮ ਜਪੰਤਿਆ ਕਸ ਨ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਹਰ ਕਾ ਨਾਮ ਧਿਆਇ ਕੈ ਹੋਰ ਵਾਈ ਕਰਮ ਲਿਖਣ ਤੇ ਪਾਈਏ ਸਹਾਈ ਵਾਰਤ ਨਿਦਰ ਬਣਵਾਲਿਆ ਅੰਮ੍ਰਿਤ ਵਲ ਪਾਈ ਮਿਲ ਸਤ ਧੂਪ ਜੈ ਰਤੀ ਸਭ ਜਾਈ ਨਾਨਕ ਸਿਮਰੈ ਇੱਕ ਨਾਮ ਮੇਰ ਵਾਰ ਨਾ ਦਾ ਨਾਨਕ ਸਿਮਰੈ ਇੱਕ ਨਾਮ ਮੇਰ ਵਾਰ ਨਾ ਦਾ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਰਿਹਾ ਭਾਈ ਕਰਮ ਲਿਖਣ ਤੈ ਪਾਈਏ ਇਹ ਰੁੱਤ ਸੁਹਾਏ ਵਣ ਤ੍ਰਿਣ ਤ੍ਰਿਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਪੂਜੈ ਲੱਤੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜਨਾ ਹਾਈ ਕਾਮ ਕ੍ਰੋਧਰ ਲੋਭ ਮੋਹ ਬਿਨਸ ਜਾਏ ਅੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇ ਪੰਜੇ ਮਤ ਮਾਮਲੀ ਕਰ ਸੱਚਾ ਡੋਆ ਆਪਣੇ ਚਿੰਨ ਚ ਪਾਇਆ ਨਾ ਵਿੱਚ ਦਇਓ ਖੜੋਆ ਰੋਗ ਸੁਖ ਸਮਟ ਗਏ ਨਿਤ ਨਵਾ ਨਿਰਵਾ ਦਿਨ ਰਹਿਣ ਨਾਮ ਧਿਆਇ ਲਾ ਫਿਰ ਭਾਇ ਨਮੋ ਇਸ ਤੇ ਉਪਦਿਆ ਨਾਨਕਾ ਸੋਈ ਫਿਰ ਹੋਵਾ ਇਸ ਤੇ ਉਪਦਿਆ ਨਾਨਕਾ ਸੋਈ ਫਿਰ ਹੋਵਾ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਚ ਪਾਇਆ ਨਾ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਧਿਆਇ ਦਾ ਫਿਰ ਪਾਇ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਸੋਈ ਫਿਰ ਹੋਆ ਮੌਲੀ ਧਰਤੀ ਮੌਲਿਆ ਗਾਸ ਮਲੀ ਧਰਤੀ ਮਲਿਆ
Yeah.
ਮੌਲੀ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਕਿਥੋਂ ਜੇ ਕਹਿ ਰਹੇ ਕਹਿਵਾ ਸੁਭਾਵੇ ਜੀ ਜਨ ਸਭ ਕਸਮ ਕੇ ਕੌਣ ਕੀ ਮਤਾਵੇ ਕਹਿਣ ਧਿਆਨ ਸੁਣਨੇ ਤੁਸੇ ਬਲ ਸੁਭਾਵੇ ਅਗਮ ਗੋਚ ਸਾਹਿਬ ਦੂਸਰਣਾ ਬਣਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਭ ਕਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਜੋ ਦਮਦਮੀ ਟਕਸਾਲ ਦੀ ਬ੍ਰਾਂਚ ਪਾਵਨ ਪਵਿੱਤਰ ਸਥਾਨ ਜਿੱਥੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਖੂਹ ਲਵਾਇਆ, ਐਸੇ ਪਵਿੱਤਰ ਸਥਾਨ ਉੱਪਰ ਸੱਜ ਕੇ ਅੱਜ ਤੀਸਰੇ ਦਿਨਾਂ ਦੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾ ਰਹੇ ਹੋ। ਇਹਨਾਂ ਸਮਾਗਮਾਂ ਦੇ ਵਿੱਚ ਕਲਯੁਗ ਮਹਿ ਕੀਰਤਨ ਪ੍ਰਧਾਨਾ ਐਸੇ ਸਤਿਕਾਰਯੋਗ ਰਾਗੀ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੀ ਰਸਨਾ ਵਿੱਚ ਅਥਾਹ ਰਸ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਦਿੱਤਾ ਹੈ, ਉਹਨਾਂ ਪਾਸੋਂ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਕੀਰਤਨ ਆਪ ਜੀ ਸ਼ਰਵਣ ਕਰ ਰਹੇ ਸੀ। ਸੋ ਆਓ ਸਾਧ ਸੰਗਤ ਜੀਓ, ਨਿੱਤ ਦੀ ਮਰਿਆਦਾ ਅਨੁਸਾਰ ਜੋ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਸਭ ਤੋਂ ਉੱਤਮ ਹਰ ਕੀ ਕਥਾ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤਿਨ੍ਹਾਂ ਦੀ ਰਸਨਾ ਤੋਂ ਕੱਲ੍ਹ ਵੀ ਬੜੇ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕੀਤੀ ਸੀ, ਜਿਹਦੇ ਵਿੱਚ ਬਹੁਤ ਹੀ ਰਸ ਔਰ ਸ਼ਹੀਦਾਂ ਸਿੰਘਾਂ ਦੀ ਤਾਕਤ, ਗੁਰੂ ਕੇ ਪਿਆਰਿਆਂ ਦੀ ਤਾਕਤ ਮਹਾਂਪੁਰਖ ਦਰਸਾ ਰਹੇ ਸਨ। ਉਸੇ ਪ੍ਰਸੰਗ ਨੂੰ ਹੀ ਬਾਬਾ ਜੀ ਅੱਜ ਆਰੰਭ ਕਰਨ ਜਾ ਰਹੇ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦੀਵਾਨ ਹਾਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਸਮਾਗਮ ਦੀ ਆਰੰਭਤਾ ਕੀਤੀ ਜਾ ਸਕੇ। ਆਓ ਮਹਾਂਪੁਰਖਾਂ ਦੇ ਸਤਿਕਾਰ ਵਜੋਂ ਇੱਕ ਜਕਾਰਾ ਬੁਲਾਈਏ ਜੀ, ਬੋਲੇ
ਸੋ ਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋਂ ਤਰਾ ਪਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਦਿਨ ਦੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੁ ਤੇ ਪ੍ਰਸਾਦ ਸਚ ਹੋ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਲਖੋ ਅਸ਼ੁਭ ਪੀ ਇਨਹੁ ਮੈਂ, ਸ਼ੁਭ ਅਹੈ ਕਨੇਰੇ,
ਸੁਭਾਵ ਤ੍ਰੈ ਬਿਦਨ ਗੁਣ ਸਤ ਰਜ ਤਮ ਕੇਰੇ ਲਖ ਹੋ ਅਸ਼ੁਭ ਪੀ ਇਨਹੁ ਮੈਂ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਦਮਦਮੀ ਟਕਸਾਲ ਦੇ ਇਸ ਮਹਾਨ ਅਸਥਾਨ ਜਿਸ ਅਸਥਾਨ 'ਤੇ ਨੌਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਸਥਾਪਨਾ ਕੀਤੀ ਉਦੋਂ ਪੰਜ ਖੂਹ ਲਵਾਏ, ਜਿਨ੍ਹਾਂ ਵਿੱਚੋਂ ਇੱਕ ਖੂਹ ਇਸੇ ਅਸਥਾਨ 'ਤੇ ਪੁਰਾਤਨ ਸਮੇਂ ਦਾ ਉਸ ਸਮੇਂ ਦਾ ਸਤਿਗੁਰੂ ਜੀ ਵੱਲੋਂ ਲਗਾਇਆ ਹੋਇਆ ਹੈ। ਔਰ ਨੌਵੇਂ ਸਤਿਗੁਰੂ ਜੀ ਨੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਵਿੱਚੋਂ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਮੋਹੜੀ ਸਭ ਤੋਂ ਪਹਿਲਾਂ ਗੱਡਣਾ ਕੀਤੀ, ਉਹ ਭਾਈ ਗੁਰਦਿੱਤਾ ਜੀ ਸਮੇਤ, ਮਾਮਾ ਕਿਰਪਾਲ ਚੰਦ ਜੀ ਸਮੇਤ ਇਹਨਾਂ ਗੁਰਸਿੱਖਾਂ ਦੇ ਸਹਿਤ ਇੱਥੇ ਚਰਨ ਵੀ ਪਾਏ। ਔਰ ਇਹ ਖੂਹ ਸਾਹਿਬ ਸਤਿਗੁਰੂ ਜੀ ਦੇ ਹਸਤ ਕਮਲਾਂ ਦਾ ਲਵਾਇਆ ਹੋਇਆ ਹੈ, ਜੋ ਸੱਜੇ ਪਾਸੇ ਜਿੱਥੋਂ ਸੰਗਤਾਂ ਜਲ ਲੈ ਕੇ ਛਕਦੀਆਂ ਹਨ, ਪਵਿੱਤਰ ਇਸ਼ਨਾਨ ਕਰਦੀਆਂ ਹਨ। ਇਸੇ ਤਰ੍ਹਾਂ ਇਸ ਅਸਥਾਨ 'ਤੇ ਸ਼ਹੀਦ ਸਿੰਘਾਂ ਦੇ ਸੰਸਕਾਰ ਸਤਿਗੁਰੂ ਜੀ ਦੇ ਸਮੇਂ ਕੀਤੇ ਜਾਂਦੇ ਰਹੇ ਹਨ। ਔਰ ਇਹ ਜਿਹੜਾ ਦੀਵਾਨ ਹਾਲ ਹੈ, ਇਹ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਪਾਵਨ ਯਾਦ ਨੂੰ ਅਤੇ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਅਮਰ ਸ਼ਹੀਦ ਧੰਨ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ। ਇਸ ਅਸਥਾਨ 'ਤੇ ਪਿਛਲੇ ਦਿਨਾਂ ਤੋਂ ਦੀਵਾਨਾਂ ਵਿੱਚ ਹੋਲੇ ਮਹੱਲੇ ਦੇ ਜੋੜ ਮੇਲਿਆਂ 'ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਹਨ। ਯਥਾ ਸਖਤ ਸੰਗਤਾਂ ਦੀ ਰਾਤ ਦਿਨ 24 ਘੰਟੇ ਲੰਗਰਾਂ ਦੀ, ਜਲ ਪਾਣੀ ਦੀ, ਹਰ ਤਰ੍ਹਾਂ ਕਰਕੇ ਸੇਵਾ ਦੇ ਪ੍ਰਵਾਹ ਵੀ ਚੱਲ ਰਹੇ ਹਨ। ਸਤਿ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ। ਵੱਡਿਆਂ ਭਾਗਾਂ ਵਾਲੇ ਪ੍ਰਾਣੀਆਂ ਨੇ ਪੰਜਾਂ ਪਿਆਰਿਆਂ ਤੋਂ ਇਸ ਅਸਥਾਨ 'ਤੇ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼
ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰਸਿੱਖੀ ਧਾਰਨ ਕੀਤੀ ਹੈ। ਦਾਸ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਵੱਡਿਆਂ ਭਾਗਾਂ ਵਾਲੇ ਬਣੇ ਹਨ। ਇਸ ਕਰਕੇ ਆਪ ਸੰਗਤਾਂ ਨੂੰ ਦਾਸ ਹੋਲੇ ਮਹੱਲੇ ਦੇ ਜੋੜ ਮੇਲਿਆਂ ਦੇ ਨਾਲ ਨਾਲ ਅੰਮ੍ਰਿਤ ਅਭਲਾਖੀ ਸੰਗਤਾਂ ਦੇ ਅੰਮ੍ਰਿਤ ਛਕਣ 'ਤੇ ਵੀ ਆਪਣੇ ਵੱਲੋਂ ਜਥੇ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ। ਆਓ ਸੰਗਤ ਜੀ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੇ ਸੀ। ਉਪਰੰਤ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਖਾਸ ਕਰਕੇ ਬਸੰਤ ਰਾਗ ਦੇ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ। ਹੋਲੀ ਕੇਨੀ ਸੰਤ ਸੇਵ ਰੰਗ ਲਾਗਾ ਤਲਾਲ ਦੇਵ ਸੰਕਰ ਸੰਕਰ ਮੌਲਿਓ ਯੋਗ ਧਿਆਨ। ਇਹ ਸਾਰੇ ਬਸੰਤ ਰਾਗ ਦੇ ਜੋ ਸ਼ਬਦ ਹੈ ਉਹ ਸੰਗਤਾਂ ਨੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਉਤਸ਼ਾਹ ਨਾਲ ਸਰਵਣ ਕੀਤੇ ਹਨ। ਅੱਜ ਰਾਤਰੀ ਨੂੰ ਬਸੰਤ ਰਾਗ ਦੀ ਸੰਪੂਰਨਤਾ ਹੋ ਜਾਣੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਲ ਵਿੱਚ ਮਾਘ ਦੀ ਸੰਗਰਾਂਦ ਤੋਂ ਲੈ ਕੇ ਚੇਤ ਦੀ ਸੰਗਰਾਂਦ ਤੱਕ ਜੇ ਚੇਤਰ ਦੀ ਸੰਗਰਾਂਦ ਤੋਂ ਬਾਅਦ ਹੋਲਾ ਮਹੱਲਾ ਆਉਂਦਾ ਤਾਂ ਹੋਲੇ ਮਹੱਲੇ ਦੇ ਜੋੜ ਮੇਲਿਆਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਸੰਤ ਰਾਗ ਦਾ ਕੀਰਤਨ ਕੀਤਾ ਜਾਂਦਾ। ਇਹ ਸਤਿਗੁਰਾਂ ਨੇ ਮਰਜ਼ਾਦਾ ਬਣਾਈ ਹੈ। ਔਰ ਅੱਜ ਰਾਤਰੀ ਦੀ ਅਖੀਰਲੀ ਚੌਂਕੀ ਅਖੀਰਲਾ ਕੀਰਤਨ ਬਸੰਤ ਰਾਗ ਦਾ ਕਰਕੇ ਬਸੰਤ ਰਾਗ ਦੀ ਸੰਪੂਰਨਤਾ ਹੁੰਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਅੱਜ ਬਸੰਤ ਰਾਗ ਦਰਬਾਰ ਸਜ ਰਹੇ ਹਨ, ਉੱਥੇ ਵੀ ਅੱਜ ਬਸੰਤ ਰਾਗ ਦੀ ਸੰਪੂਰਨਤਾ ਹੋ ਜਾਣੀ ਹੈ ਔਰ ਇੱਥੇ ਵੀ ਬਸੰਤ ਰਾਗ ਦੇ ਕੀਰਤਨ ਦੀ ਸੰਪੂਰਨਤਾ ਹੋ ਰਹੀ ਹੈ। ਆਓ ਹੁਣ ਮੈਂ ਸਮਾਂ ਵਧੇਰੇ ਨਾ ਲਵਾਂ, ਗੁਰ ਇਤਿਹਾਸ ਦੀ ਕਥਾ ਪੂਰੇ ਮਨ ਦੀ ਇਕਾਗਰਤਾ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੋ, ਕਿਉਂਕਿ ਸਮਾਂ ਅੱਜ ਬਹੁਤ ਸੰਕੋਚਮਾ ਹੈ, ਜ਼ਿਆਦਾ ਸਮਾਂ ਨਹੀਂ ਮੈਂ ਲੈ ਸਕਾਂਗਾ। ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਬਹਾਦਰ ਬ੍ਰਹਮ ਗਿਆਨੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਨਾ ਸਰੂਪ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਮਹਾਂਪੁਰਖ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਮਹਾਨ ਪ੍ਰਚਾਰਕ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲਿਆਂ ਨੇ ਵੀ 8:30 ਵਜੇ ਗੁਰਮਤਿ ਦੀਆਂ ਵਿਚਾਰਾਂ ਤੁਹਾਨੂੰ ਸਰਵਣ ਕਰਵਾਉਣੀਆਂ ਹਨ। ਉਸ ਤੋਂ ਉਪਰੰਤ ਸਿੰਘ ਸਾਹਿਬਾਨਾਂ ਨੇ ਵੀ ਆਉਣਾ। ਇੱਕ ਮੇਰੀ ਅੱਜ ਗੁਜ਼ਾਰਿਸ਼ ਹੈ ਕਿ ਅੱਜ ਸੰਪੂਰਨਤਾ ਦਾ ਦੀਵਾਨ ਹੈ, ਉੱਠ ਕੇ ਜਾਣ ਦੀ ਕਾਹਲੀ ਨਾ ਕਰਿਓ, ਛੇਤੀ ਵੀ ਲੰਮੇ ਪੈਣ ਦੀ ਖੇਚਲਾ ਨਾ ਕਰਿਓ। ਜਿੰਨਾ ਚਿਰ ਸਿੰਘ ਸਾਹਿਬਾਨ ਵਿਦਵਾਨ ਬੋਲ ਕੇ ਸਮਾਪਤੀ ਨਾ ਕਰ ਦੇਣ, ਉਨਾ ਚਿਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਚੌਂਕੜੇ ਮਾਰ ਕੇ ਬੈਠੋ, ਸੌਣਾ ਨਹੀਂ, ਲੰਮੇ ਨਹੀਂ ਪੈਣਾ, ਗੱਲਾਂ ਨਹੀਂ ਕਰਨੀਆਂ, ਪੂਰੀ ਇਕਾਗਰਤਾ ਨਾਲ ਬੈਠ ਕੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ। ਸਾਰਿਆਂ ਨੇ ਬੇਨਤੀ ਸਵੀਕਾਰ ਕਰਨੀ। ਆਓ ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਨੇ
ਸ਼ਹੀਦਾਂ ਦੀ ਗਾਥਾ ਪੁੱਛੀ ਹੈ ਕਿ ਸ਼ਹੀਦ ਕਿਹਨਾਂ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਜੀ ਸ਼ਹੀਦਾਂ ਬਾਬਤ ਖਾਲਸੇ ਨੂੰ ਗਿਆਨ ਕਰਾ ਰਹੇ ਹਨ, ਉਹ ਰਹਿੰਦਾ ਪ੍ਰਸੰਗ ਆਪ ਸੰਗਤਾਂ ਸਰਵਣ ਕਰੋ। ਇੱਕ ਵਾਰੀ ਸਾਰੇ ਇਕਾਗਰਤਾ ਦਾ ਸਬੂਤ ਦਿੰਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਮਨ ਬਿਰਤੀ ਨੂੰ ਜੋੜ ਕੇ ਗੱਡ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਖੋਂ ਅਸ਼ੁਭ ਪੀ ਇਨਹੋ ਮੈਂ ਸ਼ੁਭ ਅਹੈਂ ਕਨੇਰੇ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਕੱਲ੍ਹ ਦੱਸਿਆ ਸੀ ਸੱਚੇ ਪਾਤਸ਼ਾਹ ਜੀ ਨੇ ਕਿ ਮੁਸਲਮਾਨਾਂ ਵਿੱਚ ਸ਼ਹੀਦਾਂ ਨੂੰ ਬੈਤਾਲ ਕਿਹਾ ਜਾਂਦਾ ਹੈ। ਬੈਤਾਲ ਜਿਸ ਦਾ ਹਵਾ ਵਿੱਚ ਘਰ ਹੋਵੇ, ਜਿਹੜਾ ਰੂਹ ਦੇ ਜਾਮੇ ਵਿੱਚ ਵਿਚਰਦਾ, ਸਥੂਲ ਸਰੀਰ ਤੋਂ ਬਿਨਾਂ ਵਿਚਰਦਾ। ਹਾਂ, ਸ਼ਹੀਦਾਂ ਵਿੱਚ ਇਹ ਸ਼ਕਤੀ ਜ਼ਰੂਰ ਹੁੰਦੀ ਹੈ, ਜੇ ਉਹ ਚਾਹੁਣ ਤਾਂ ਆਪਣਾ ਸਰੀਰ ਧਾਰਨ ਕਰ ਸਕਦੇ ਹੈ। ਇਹ ਸਿੱਧਾਂ ਵਿੱਚ ਵੀ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਸਰੀਰ ਜਿੱਥੇ ਮਰਜ਼ੀ ਪ੍ਰਗਟ ਕਰ ਲੈਣ। ਸ਼ਹੀਦਾਂ ਵਿੱਚ ਵੀ ਇਹ ਸ਼ਕਤੀ ਹੁੰਦੀ ਹੈ ਕਿ ਉਹ ਹਾਂ ਕਿਸੇ ਦੀ ਸ਼ਰਧਾ ਭਾਵਨਾ ਪੂਰੀ ਕਰਨ ਵਾਸਤੇ, ਕਿਸੇ ਨਾਲ ਬਚਨ ਬਲਾਸ ਕਰਨ ਵਾਸਤੇ, ਕਿਸੇ ਨੂੰ ਤਾਰਨ ਵਾਸਤੇ, ਕਿਸੇ ਦਾ ਸੰਕਟ ਹਰਨ ਵਾਸਤੇ, ਦੂਰ ਕਰਨ ਵਾਸਤੇ ਆਪਣਾ ਸਰੀਰ ਦਾ ਜਾਮਾ ਉਹ ਧਾਰਨ ਕਰ ਲੈਂਦੇ ਆ। ਸਰੀਰ ਵਰਗੀ ਉਹ ਆਪਣੀ ਦੇਹ ਨੂੰ, ਸੂਖਮ ਪਵਿੱਤਰ ਰੂਹ ਨੂੰ, ਉਹ ਜਿਹੜੀ ਸ਼ਕਤੀਮੈ ਪਿੰਡ ਹੁੰਦਾ, ਉਹ ਸ਼ਕਤੀਮੈ ਜਿਹੜਾ ਸ਼ਹੀਦਾਂ ਦਾ ਸੂਖਮ ਪਿੰਡ, ਸੂਖਮ ਰੂਹ ਹੁੰਦੀ ਹੈ, ਉਸ ਨੂੰ ਸਰੀਰ ਵਿੱਚ ਵੀ ਬਦਲ ਲੈਂਦੇ ਹਨ। ਪਰ ਬੈਤਾਲ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਜਿਹੜੇ ਹਵਾ ਵਿੱਚ ਵਿਚਰਦੇ ਆ, ਆਕਾਸ਼ ਵਿੱਚ ਜਿਹੜੇ ਚੱਕਰ ਲਾਉਂਦੇ ਆ, ਜੀਵਾਂ ਦੇ ਕਰਮ ਕਿਰਿਆ ਨੂੰ ਵੇਖਦੇ ਹਨ। ਹੈ ਸੁਭਾਵ ਤ੍ਰੈ ਵਿਦਨ ਗੁਣ ਸਤ ਰਜ ਤਮ ਕੇਰੇ। ਔਰ ਦੂਸਰਾ, ਧਾਰਮਿਕ ਗ੍ਰੰਥਾਂ ਦੇ ਵਿੱਚ, ਸਨਾਤਨ ਧਰਮ ਦੇ ਵਿੱਚ ਉਹਨਾਂ ਨੂੰ ਵਿਦਿਆ ਧਰ ਵੀ ਕਿਹਾ ਜਾਂਦਾ। ਆਕਾਸ਼ ਵਿੱਚ ਵਿਚਰਨ ਵਾਲੇ ਦੇਵਤੇ ਨਾ ਹੀ ਵੱਖ ਵੱਖ ਹਨ, ਅਰਥ ਇੱਕੋ ਹੀ ਹੈ। ਇਸ ਤਰ੍ਹਾਂ ਦੋ ਤਰ੍ਹਾਂ ਦੇ ਇਹਨਾਂ ਧਰਮਾਂ ਵਿੱਚ ਸ਼ਹੀਦਾਂ ਦੇ ਰੁਤਬਿਆਂ ਦੇ ਨਾਮ ਹਨ। ਮੁਸਲਮਾਨਾਂ ਵਿੱਚ ਉਹਨਾਂ ਨੂੰ ਬੈਤਾਲ ਕਿਹਾ ਜਾਂਦਾ ਹੈ, ਹਿੰਦੂ ਧਰਮ ਦੇ ਵਿੱਚ ਉਹਨਾਂ ਨੂੰ ਵਿਦਿਆ ਧਰ ਵੀ ਕਿਹਾ ਜਾਂਦਾ ਹੈ। ਹਨ ਉਹ ਸ਼ਹੀਦ। ਔਰ ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਅਸ਼ੁਭ ਵੀ, ਸਾਰੇ ਸ਼ਹੀਦਾਂ ਦੇ ਇੱਕੋ ਜਿਹੇ ਸੁਭਾਅ ਨਹੀਂ ਹੁੰਦੇ। ਮਹਾਰਾਜ ਕਹਿੰਦੇ ਕਈ ਭਾਈ ਇਹਨਾਂ ਵਿੱਚੋਂ ਅਸ਼ੁਭ ਵੀ ਹੁੰਦੇ ਆ, ਬੜੇ ਦੁੱਖ ਕਸ਼ਟ ਦੇਣ ਵਾਲੇ ਵੀ ਹੁੰਦੇ ਆ, ਔਰ ਕਈ ਸ਼ੁਭ ਹੈ ਹਨੇਰੇ, ਕਈ ਸ਼ੁਭ ਪਵਿੱਤਰ ਸ਼ਾਂਤੀ ਵਰਤਾਉਣ ਵਾਲੇ, ਕੇਵਲ ਬਖਸ਼ਿਸ਼ਾਂ ਕਰਨ ਵਾਲੇ, ਤਾਰਨ ਵਾਲੇ, ਕਿਰਪਾ ਕਰਨ ਵਾਲੇ ਵੀ ਹੁੰਦੇ ਹਨ। ਔਰ ਤਿੰਨ ਤਰ੍ਹਾਂ ਦੇ ਇਹਨਾਂ ਦੇ ਸੁਭਾਅ ਵੀ ਸ਼ਹੀਦਾਂ ਦੇ ਹੁੰਦੇ ਹੈ। ਸਤੋ ਗੁਣੀ, ਬਿਲਕੁਲ ਸ਼ਾਂਤ ਸੁਭਾਅ ਵਾਲੇ, ਜਿਵੇਂ ਧੰਨ ਬਾਬਾ ਦੀਪ ਸਿੰਘ ਜੀ ਜੈਸੇ ਮਹਾਂਪੁਰਖ, ਧੰਨ ਭਾਈ ਮਨੀ ਸਿੰਘ ਜੀ ਇਸੇ ਤਰ੍ਹਾਂ, ਧੰਨ ਭਾਈ ਤਾਰੂ ਸਿੰਘ ਸਾਹਿਬ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਢਾਰ ਸਿੰਘ ਸਾਹਿਬ ਜੀ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਇਹ ਸ਼ਾਂਤ ਸੁਭਾਅ ਦੇ ਸ਼ਹੀਦ ਹਨ। ਦੂਜੇ ਰਜੋ ਗੁਣੀ ਸ਼ਹੀਦ ਹੁੰਦੇ ਹੈ ਜਿਹੜੇ ਸਾਧ ਸੰਗਤ ਜੀ
ਕੋਈ ਕਾਮਨਾ ਕਰੋ, ਉੱਥੇ ਮਨ ਇੱਛਾ ਲੈ ਕੇ ਜਾਓ ਵੀ ਸ਼ਹੀਦੋ ਮੇਰਾ ਆਹ ਕੰਮ ਪੂਰਾ ਹੋ ਜਾਏ, ਮੈਂ ਕੜਾ ਪ੍ਰਸ਼ਾਦੀ ਦੇ ਕਰਾਵਾਂਗਾ। ਇਤਨੀ ਮਾਇਆ ਇਸ ਅਸਥਾਨ 'ਤੇ ਤੁਹਾਡੇ ਚਰਨਾਂ ਵਿੱਚ ਭੇਟਾ ਕਰਾਂਗਾ, ਵਸਤਰ ਭੇਟਾ ਕਰਾਂਗਾ। ਪੂਜਾ ਦਾ ਮਨ ਵਿੱਚ ਸੰਕਲਪ ਹੋਣਾ, ਸਤਿਕਾਰ ਦਾ ਮਨ ਵਿੱਚ ਇੱਛਾ ਹੋਣੀ। ਰਜੋ ਖੁਣੀ ਰਾਜਸੀ ਖਿਆਲਾਂ ਨੂੰ ਕਿਹਾ ਜਾਂਦਾ ਨਾ, ਰਜੋ ਗੁਣੀ ਖਿਆਲ ਮੈਂ ਸੌਖਾ ਕਹਿੰਦਾ, ਜਿਨ੍ਹਾਂ ਦੇ ਮਨ ਵਿੱਚ ਪੂਜਾ ਕਰਾਉਣ ਦੀ ਇੱਛਾ ਰਹਿ ਜਾਂਦੀ ਹੈ ਉਹ ਵੀ ਸ਼ਹੀਦ ਹੁੰਦੇ ਹੈ। ਤੀਜੇ ਤਮੋ ਗੁਣੀ ਫਿਰ ਡਾਂਗ ਫੜ ਲੈਂਦੇ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਨਾ ਫਤਿਹਗੜ੍ਹ ਸਾਹਿਬ, ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਕਹਿੰਦੇ ਉਸ ਦਿਨ ਤੋਂ ਸੂਬੇ ਦੀ ਕਚਹਿਰੀ ਦੇ ਆਲੇ ਦੁਆਲੇ ਕੋਈ ਬੰਦਾ ਮੈਲੀ ਕਿਰਿਆ ਨਹੀਂ ਕਰਨ ਵਾਸਤੇ ਨੇੜੇ ਤੇੜੇ ਆ ਸਕਦਾ ਸੀ। ਜੇ ਕੋਈ ਆਉਂਦਾ ਤਾਂ ਸ਼ਹੀਦ ਸਿੰਘ ਫੜ ਕੇ ਸਲੋਤਰ ਫੇਰ ਕੇ ਕੁੱਟ ਕੇ ਸੋਧਾਂ ਲਾ ਕੇ ਭਜਾ ਦਿੰਦੇ ਸਨ। ਉਹ ਵੀਰ ਅਸੀ ਸ਼ਹੀਦ ਹੁੰਦੇ ਆ ਜਿਹੜੇ ਐਨ ਸੋਧਾਂ ਲਾ ਕੇ ਸਿੱਧਾ ਕਰ ਦਿੰਦੇ ਆ ਚੰਗੀ ਤਰ੍ਹਾਂ। ਉਹ ਤਮੋ ਗੁਣੀ ਵੀਰ ਸੁਭਾਅ ਵਾਲੇ, ਤਮੋ ਗੁਣੀ ਵੀ ਹੁੰਦੇ ਹਨ, ਤਿੰਨ ਤਰ੍ਹਾਂ ਦੇ ਇਹਨਾਂ ਦੇ ਸੁਭਾਅ। ਇਹ ਸ਼ਹੀਦਾਂ ਦੇ ਸੁਭਾਅ ਨਹੀਂ, ਸਾਡੇ ਵਿੱਚ ਵੀ ਤਿੰਨ ਤਰ੍ਹਾਂ ਦਾ ਸੁਭਾਅ ਹੈ। ਕਈ ਬੰਦੇ ਬੜੇ ਸ਼ਾਂਤੀ ਸੁਭਾਅ ਵਾਲੇ, ਉਹਨਾਂ ਨੂੰ ਸਤੋ ਗੁਣੀ ਕਿਹਾ ਜਾਂਦਾ। ਕਈ ਰਜੋ ਗੁਣੀ ਰਾਜਸੀ ਖਿਆਲਾਂ ਵਾਲੇ ਹੁੰਦੇ ਆ, ਰਾਜ ਦੀ ਇੱਛਾ, ਰਾਜ ਦੀ ਪਦਵੀ ਜਾਂ ਰਾਜ ਵਾਲੀ ਵਿਭੂਤੀ ਨੂੰ ਇਕੱਠੀ ਕਰਨ ਵਿੱਚ ਧਿਆਨ ਹੋਣਾ। ਕਈ ਤਮੋ ਗੁਣੀ ਕ੍ਰੋਧੀ ਖਿਆਲਾਂ ਵਾਲੇ, ਇਹ ਸਾਡੇ ਵਿੱਚ ਵੀ ਇਹੀ ਸੁਭਾਅ ਵਰਤਦੇ ਆ। ਰਜ ਗੁਣ, ਤਮ ਗੁਣ, ਸਤ ਗੁਣ ਕਈ ਹੈ, ਇਹ ਤੇਰੀ ਸਭ ਮਾਇਆ। ਜੀਵਾਂ ਦੇ ਸੁਭਾਅ ਵੀ ਵਾਹਿਗੁਰੂ ਨੇ ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ ਬਣਾਏ ਹੈ। ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਤਿੰਨ ਤਰ੍ਹਾਂ ਦੇ ਮਹਾਰਾਜ, ਕਹਿੰਦੇ ਸੁਭਾਵਾਂ ਵਾਲੇ ਸ਼ਹੀਦ ਹੁੰਦੇ ਹਨ। ਸੰਗਤ ਤੇ ਪੁਜਵਾ ਬਈ ਜੋ ਹੈ ਇਨਕੇਰੀ, ਜਿਹੜੀ ਸ਼ਹੀਦਾਂ ਦੀ ਸੰਗਤ ਹੁੰਦੀ ਹੈ, ਸ਼ਹੀਦ ਆਪਣੀ ਸੰਗਤ ਕੋਲੋਂ ਖਾਸ ਤੌਰ ਤੇ ਆਪਣੀ ਪੂਜਾ ਵਡਿਆਈ ਸਨਮਾਨ ਕਰਾਉਂਦੇ ਐ, ਪੂਜਾ ਕਰਾਉਂਦੇ ਐ। ਪੂਰੀ ਕਰਤ ਸੋ ਕਾਮਨਾ ਜਸ ਜਨ ਹੈ ਕੇਰੀ, ਪੂਜਾ ਵੀ ਕਰਾਉਂਦੇ ਐ, ਜਿਹਦੀ ਜਿਹਦੀ ਜੋ ਜੋ ਕਾਮਨਾ ਇੱਛਾ ਹੁੰਦੀ ਹੈ ਪੂਰੀ ਵੀ ਕਰ ਦਿੰਦੇ ਹਨ। ਦੁੱਖ ਸੁੱਖ ਕੇ ਦਾਤਾ ਅਹ ਦੇਤੇ ਸਭ ਪ੍ਰਾਣੀ। ਆਖੋ ਭਾਈ ਵਾਹਿਗੁਰੂ ਸਾਹਿਬਜ਼ਾਦੇ, ਵਾਹਿਗੁਰੂ ਸ਼ਹੀਦਾਂ ਬਾਬਤ ਕਹਿ ਰਹੇ ਐ, ਇਹ ਦੁੱਖ ਦੇਣ ਦੇ ਵੀ ਸੁੱਖ ਦੇਣ ਦੇ ਵੀ ਦਾਤੇ ਹੈ ਸ਼ਹੀਦ। ਬਾਬਾ ਨੌਧ ਸਿੰਘ ਜੀ ਦੇ ਸ਼ਹੀਦੀ ਸਮਾਧੇ ਦੇ ਕੋਲ ਦੀ ਨਮਸਕਾਰ ਕੀਤਿਆਂ ਤੋਂ ਬਿਨਾਂ ਕੋਈ ਲੰਘ ਕੇ ਵਿਖਾਵੇ, ਉਦੋਂ ਹੀ ਸਾਧ ਸੰਗਤ ਜੀ ਉਹਨੂੰ ਫਲ ਮਿਲ ਜਾਂਦਾ, ਸੋਧਾ ਲੱਗ ਜਾਂਦਾ। ਕਿਉਂ ਸ਼ਹੀਦ ਸਿੰਘਾਂ ਵਿੱਚ ਇਹ ਸ਼ਕਤੀ ਹੈ, ਇਹ ਕਈ ਵਾਰੀ ਬੰਦੇ ਨੂੰ ਸਿੱਧੇ ਰਸਤੇ ਪਾਉਣ ਲਈ ਦੁੱਖ ਵੀ ਦੇ ਦਿੰਦੇ ਹੈ। ਦੁੱਖ ਦੇਣ ਦੇ ਵੀ ਇਹ ਸਮਰੱਥ ਹਨ, ਸੁੱਖ ਵੀ ਦੇ ਦਿੰਦੇ ਆ ਸਾਰੇ ਪ੍ਰਾਣੀਆਂ ਨੂੰ। ਸੁੱਖ ਦੁੱਖ ਦੇਣ ਵਾਲੇ ਦਾਤੇ ਵੀ ਮੰਨੇ ਜਾਂਦੇ ਆ। ਸਰਬ ਕਲਾ ਸਮਰੱਥ ਇਹੋ ਧਰ ਸ਼ਕਤ ਮਹਾਨੀ, ਕਲਗੀਧਰ ਕਹਿੰਦੇ ਸਾਰੀਆਂ ਸ਼ਕਤੀਆਂ ਕਰਕੇ ਸ਼ਹੀਦ ਸਮਰੱਥ ਹੁੰਦੇ ਆ, ਸ਼ਕਤੀਵਾਨ ਹੁੰਦੇ ਆ, ਬੜੀਆਂ ਸ਼ਕਤੀਆਂ ਇਹਨਾਂ ਦੇ ਵਿੱਚ ਹੁੰਦੀਆਂ ਹਨ। ਦੇ ਕਰ ਇਨਕੋ ਭਰਤ ਖੰਡ ਸੁਰ ਸੁਰਗ ਸਿਧਾਰੇ, ਕਹਿੰਦੇ ਜਦੋਂ ਦੇ ਧਰਮ ਦੇ ਜੰਗਾਂ ਯੁੱਧਾਂ ਦਾ ਇਸ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਕਹਿੰਦੇ ਪਹਿਰਾ ਚੱਲਿਆ ਨਾ,
ਉਦੋਂ ਦੇ ਜਿਹੜੇ ਦੇਵਤੇ ਸਨ ਨਾ ਭਰਤ ਖੰਡ ਇਸ ਭਾਰਤ ਭੂਮੀ ਦੇ ਵਿੱਚ ਜਿਨ੍ਹਾਂ ਦਾ ਨਿਵਾਸ ਸੀ ਉਹ ਦੇਵ ਰੂਹਾਂ ਦੇਵਤੇ ਮਾਤ ਲੋਕ ਦਾ ਇਸ ਲੋਕ ਦਾ ਰਾਜ ਸ਼ਹੀਦਾਂ ਨੂੰ ਦੇ ਕੇ ਆਪ ਸਵਰਗਾਂ ਨੂੰ ਚਲੇ ਗਏ ਹਨ। ਬੈਠੇ ਜਾਏ ਨਿਸ਼ਚਿੰਤ ਹੋਏ ਸਾਂਭੀ ਸਭ ਕਾਰੇ, ਉਹ ਨਿਸ਼ਚਿੰਤ ਹੋ ਕੇ ਸਵਰਗ ਵਿੱਚ ਚਲੇ ਗਏ ਹੈ ਔਰ ਸ਼ਹੀਦਾਂ ਨੂੰ ਇੱਥੇ ਆਪਣੀ ਥਾਂ ਉਹਨਾਂ ਨੇ ਛੱਡ ਦਿੱਤੀ ਹੈ ਔਰ ਇਸ ਧਰਤੀ ਦੇ ਉੱਤੇ ਮਾਤ ਲੋਕ ਤੇ ਜਿਹੜੇ ਸ਼ਹੀਦ ਹਨ ਹੁਣ ਦੇਵਤਿਆਂ ਵਾਲੀ ਡਿਊਟੀ ਦੇਵਤਿਆਂ ਵਾਲੇ ਕਾਰਜ ਸ਼ਹੀਦਾਂ ਦੇ ਜਿੰਮੇ ਹੈ। ਸ਼ਹੀਦ ਹੀ ਉਹ ਸਾਰੀਆਂ ਕਾਮਨਾਵਾਂ ਆਦਿਕ ਸਾਰੇ ਸੁੱਖ ਆਦਿਕ ਦੇਣੇ ਕਸ਼ਟ ਹਰਨੇ ਇਹ ਸਾਰੇ ਕਾਰਜ ਸ਼ਹੀਦ ਹੀ ਕਰਦੇ ਕਰਾਉਂਦੇ ਹੈ। ਪਹੁੰਚੈ ਜੋ ਦੇਵਨ ਸਭਨ ਅਰਪਤ ਜੇ ਪ੍ਰਾਣੀ, ਕਹਿੰਦੇ ਜੋ ਕੋਈ ਪ੍ਰਾਣੀ ਦੇਵਤਿਆਂ ਨੂੰ ਭੇਟਾ ਕਰਦਾ ਦੇਵਤਿਆਂ ਅੱਗੇ ਜੋ ਵੀ ਕੋਈ ਅਰਪਿਤ ਕਰਦਾ ਹੈ ਜੋ ਵੀ ਪ੍ਰਾਣੀ ਦੇਵਤਿਆਂ ਦੇ ਅੱਗੇ ਭੇਟਾ ਕਰਦਾ ਹੈ ਮਨ ਇੱਛਤ ਸ਼ਰਧਾ ਨਾਲ ਭੇਟਾਵਾਂ ਰੱਖ ਰੱਖ ਕੇ ਸਤਿਕਾਰ ਨਾਲ ਆਥ ਸ਼ਹੀਦਨ ਹੋਏ ਕੈ ਜੈ ਹੈ ਸਭ ਥਾਨੀ, ਉਹ ਸ਼ਹੀਦਾਂ ਦੇ ਰਾਹੀਂ ਦੇਵਤਿਆਂ ਨੂੰ ਜਾ ਕੇ ਮਿਲਦਾ ਸ਼ਹੀਦਾਂ ਦੇ ਹੱਥੀਂ ਉਹ ਸਾਰਾ ਕੁਝ ਪਹੁੰਚਦਾ ਉਹਨਾਂ ਦੇ ਕੋਲੇ ਇਸ ਕਰਕੇ ਸ਼ਹੀਦ ਹੀ ਉੱਥੇ ਪਹੁੰਚਾਉਂਦੇ ਆ ਸਵਰਗ ਵਿੱਚ। ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਏ, ਮਹਾਰਾਜ ਕਹਿੰਦੇ ਭਾਈ ਕਰਤਾ ਪੁਰਖ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਨਾ ਇਸ ਕਾਰ ਵਿੱਚ ਇਸ ਡਿਊਟੀ ਵਿੱਚ ਇਸ ਸੇਵਾ ਸੰਭਾਲ ਵਿੱਚ ਵਾਹਿਗੁਰੂ ਨੇ ਸ਼ਹੀਦਾਂ ਨੂੰ ਆਪ ਲਾਇਆ ਹੈ। ਹੋਏ ਸੁਚੇਤ ਨਿਸਕਰਤ ਹੈ ਕਬ ਨਹਿ ਬਿਸਰਾਏ, ਕਹਿੰਦੇ ਸ਼ਹੀਦ ਸੁਚੇਤ ਹੋ ਕੇ ਹਮੇਸ਼ਾ ਵਾਸਤੇ ਢਿੱਲੇ ਜੇ ਨਹੀਂ ਆਲਸੀ ਨਹੀਂ ਸ਼ਹੀਦ ਐਨ ਤਿਆਰ ਪਰ ਤਿਆਰ ਹੋ ਕੇ ਸੁਚੇਤ ਹੋ ਕੇ ਨਿਤਾ ਪ੍ਰਤੀ ਸਾਰਿਆਂ ਦੇ ਕਾਰਜ ਕਰਦੇ ਹੈ। ਜਿਹੜਾ ਕੋਈ ਸ਼ਹੀਦਾਂ ਦੇ ਅਰਦਾਸ ਕਰਦਾ ਉਹਨਾਂ ਦੀ ਸੇਵਾ ਕਰਦਾ ਉਹਨੂੰ ਕਦੇ ਭੁਲਾਉਂਦੇ ਨਹੀਂ ਉਹਦੀ ਮਦਦ ਕਰਦੇ ਉਹਦੀ ਸਹਾਇਤਾ ਕਰਦੇ ਹੈ। ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਵਿਸਾਲਾ, ਸ਼ਹੀਦ ਵੀ ਹਰ ਤਰ੍ਹਾਂ ਦੇ ਹੈ ਕੋਈ ਛੋਟੇ ਹੈ ਕੋਈ ਵੱਡੇ ਹੈ ਕੋਈ ਥੋੜੀ ਸ਼ਕਤੀ ਵਾਲੇ ਆ ਕੋਈ ਅਪਾਰ ਸ਼ਕਤੀਆਂ ਦੇ ਮਾਲਕ ਹਨ। ਭੋਜਨ ਅਨਕ ਪ੍ਰਕਾਰ ਕੇ ਅਚਵਹਿ ਸਭ ਕਾਲਾ, ਸ਼ਹੀਦਾਂ ਨੂੰ ਅਨੇਕਾਂ ਤਰ੍ਹਾਂ ਦਾ ਭੋਜਨ ਦਿੱਤਾ ਹੋਇਆ ਉਹ ਛਕਦੇ ਆ ਹਰ ਸਮੇਂ। ਸਾਡੇ ਵਿੱਚੋਂ ਤਾਂ ਇਹ ਗੱਲਾਂ ਗੁਰਮਤ ਦੀਆਂ ਰਹਿਣੀ ਬਹਿਣੀ ਦੀਆਂ ਉੱਡ ਗਈਆਂ ਖੰਭ ਲਾ ਕੇ। ਪੁਰਾਣੇ ਸਮਿਆਂ ਵਿੱਚ ਕੋਈ ਘਰ ਵਿੱਚ ਦੁੱਖ ਤਕਲੀਫ ਆਉਣੀ ਕੋਈ ਕਸ਼ਟ ਨਿਵਿਰਤੀ ਵਾਸਤੇ ਬਜ਼ੁਰਗਾਂ ਨੇ ਸਿਆਣਿਆਂ ਨੇ ਕਹਿਣਾ ਭਾਈ ਪੰਜ ਅੰਮ੍ਰਿਤਧਾਰੀ ਸਿੰਘਾਂ ਨੂੰ ਘਰੇ ਲਿਆ ਕੇ ਪ੍ਰਸ਼ਾਦਾ ਛਕਾਓ, ਬਸਤਰ ਦਿਓ, ਮਾਇਆ ਦਿਓ, ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕਰਨਗੇ। ਉਹ ਗੁਰਸਿੱਖਾਂ ਦੇ ਰਾਹੀਂ ਛਕਿਆ ਹੋਇਆ ਭੋਜਨ ਸ਼ਹੀਦਾਂ ਨੂੰ ਪ੍ਰਵਾਨ ਹੁੰਦਾ ਸੀ। ਗੁਰਸਿੱਖਾਂ ਨੂੰ ਦਿੱਤੇ ਬਸਤਰ ਮਾਇਆ ਪਦਾਰਥ ਉਹ ਸ਼ਹੀਦਾਂ ਦੇ ਦਰ 'ਤੇ ਪ੍ਰਵਾਨ ਹੁੰਦਾ ਸੀ। ਸ਼ਹੀਦ ਗੁਰਸਿੱਖਾਂ ਵਿੱਚ ਬੈਠ ਕੇ ਛਕਦੇ ਹੈ। ਇਸ ਕਰਕੇ ਇਹ ਸਾਡੀ ਪਰੰਪਰਾ ਅੱਜ ਦਿਨ ਬ ਦਿਨ ਖਤਮ ਹੋ ਗਈ। ਕੌਣ ਬਿਠਾਉਂਦਾ ਪਿੰਡਾਂ ਵਿੱਚ ਅੰਮ੍ਰਿਤਧਾਰੀ ਸਿੰਘਾਂ ਨੂੰ ਲੰਗਰ ਛਕਣ ਵਾਸਤੇ? ਜੇ ਪਹਿਲਾਂ ਸਮਰੱਥਾ ਨਹੀਂ ਹੁੰਦੀ ਸੀ ਇੱਕ ਸਿੰਘ ਨੂੰ ਬੁਲਾ ਕੇ ਸੇਵਾ ਕਰ ਦੇਣੀ, ਦੋ ਤਿੰਨ ਚੌਂ ਪੰਜਾਂ ਨੂੰ ਕਰ ਦੇਵੇ ਤਾਂ ਬਹੁਤ ਹੀ ਵੱਡੀ ਕਿਰਪਾ ਹੈ। ਮਹਾਰਾਜ ਸਾਹਿਬ ਨੇ ਕਿਹਾ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਕੋਲ ਹੀ ਹੈ ਸਭ, ਵਰਤਣਾ ਨਹੀਂ ਸਾਨੂੰ ਆਉਂਦਾ ਜਾਂ ਅਸੀਂ ਛੱਡ ਗਏ। ਆਪਣੇ ਬਜ਼ੁਰਗਾਂ ਦੇ ਚੰਗੇ ਕਹੇ ਹੋਏ ਬਚਨਾਂ ਦਾ
ਅਸੀਂ ਤਿਆਗ ਕਰ ਦਿੱਤਾ, ਪੱਲੇ ਹੀ ਝਾੜ ਦਿੱਤਾ, ਦੁੱਖ ਭੋਗ ਰਹੇ ਹਾਂ, ਭੋਗੀ ਜਾਓ, ਫਿਰ ਇਹ ਦੁੱਖਾਂ ਤੋਂ ਫਿਰ ਖਹਿੜਾ ਥੋੜ੍ਹੋ ਛੁੱਟਣਾ। ਸ਼ਹੀਦਾਂ ਨੇ ਸਾਧ ਸੰਗਤ ਜੀ ਫਿਰ ਨੂੜ ਕੇ ਸੇਵਾ ਲੈ ਹੀ ਲੈਣੀ ਆ ਕਿਸੇ ਨਾ ਕਿਸੇ ਤਰ੍ਹਾਂ। ਚਾੜ ਦਿੰਦੇ ਆ ਕੜਾਕਾ, ਫਿਰ ਪਤਾ ਲੱਗ ਜਾਂਦਾ ਬੰਦਾ ਜਦੋਂ ਚੀਕਾਂ ਨਿਕਲ ਜਾਂਦੀਆਂ, ਜਦੋਂ ਆਪਣੀ ਆਈ ਤੇ ਸ਼ਹੀਦ ਸਿੰਘ ਆ ਜਾਂਦੇ ਆ। ਸੋ ਇਸ ਕਰਕੇ ਅਨੇਕਾਂ ਤਰ੍ਹਾਂ ਦੇ ਭੋਜਨ ਵੀ ਛਕਦੇ ਆ ਸ਼ਹੀਦ, ਪਰ ਛਕਾਉਣ ਵਾਲਾ ਹੋਵੇ। 36 ਪ੍ਰਕਾਰ ਦੇ ਭੋਜਨ, ਹੋਰ ਭੋਜਨ ਨਾ ਕੋਈ ਸਮਝ ਲਓ, ਆ ਮਾਸ ਸ਼ਰਾਬ ਆਦਿਕ ਲੋਕ ਚੜ੍ਹਾਈ ਜਾਂਦੇ ਆ। 36 ਪ੍ਰਕਾਰ ਦਾ ਸਤੋ ਗੁਣੀ ਭੋਜਨ ਪ੍ਰਸ਼ਾਦਾ ਬਣਾਇਆ ਹੋਇਆ, ਸੁੱਚ ਪਵਿੱਤਰਤਾ ਨਾਲ ਵਿਵੇਕ ਦਾ ਬਣਾਇਆ ਹੋਇਆ ਭੋਜਨ ਸ਼ਹੀਦਾਂ ਅੱਗੇ ਅਰਦਾਸ ਕਰੋਗੇ, ਸ਼ਹੀਦ ਜ਼ਰੂਰ ਛਕਣਗੇ। ਹਰ ਸਮੇਂ ਛਕਦੇ ਹਨ ਅਨੇਕਾਂ ਤਰ੍ਹਾਂ ਦੇ ਭੋਜਨ ਵੀ। ਸੂਖਮ ਬਸਤਰਨ ਬਰਨ ਬਹੁ ਨਿਜ ਤਨ ਪਰ ਧਾਰੇ, ਬੜੇ ਸੂਖਮ, ਬਹੁਤ ਪਤਲੇ ਤੋਂ ਪਤਲੇ ਬਸਤਰ। ਸ਼ਹੀਦ ਸੰਘ ਵੱਖ ਵੱਖ ਚਾਰ ਰੰਗਾਂ ਦੇ, ਸਫੇਦ ਰੰਗ ਦੇ ਵੀ, ਨੀਲੇ ਰੰਗ ਦੇ ਵੀ, ਪੀਲੇ ਰੰਗ ਦੇ ਵੀ, ਚਿੱਟੇ ਰੰਗ ਦਾ ਵੀ, ਕਾਲੇ ਰੰਗ ਦਾ ਵੀ। ਜ਼ਿਆਦਾ ਸ਼ਹੀਦ ਸਿੰਘ ਕੇਸਰੀ ਰੰਗ ਦਾ ਪੁਸ਼ਾਕਾ ਪਾਉਂਦੇ ਹੈ, ਸਫੇਦ ਰੰਗ ਦੇ ਵੀ ਪਾਉਂਦੇ ਹੈ। ਇਸ ਕਰਕੇ ਵੱਖਰੇ ਵੱਖਰੇ ਇਹਨਾਂ ਰੰਗਾਂ ਦੇ ਸ਼ਹੀਦ ਸਿੰਘ ਆਪਣੇ ਤਨ ਉੱਤੇ ਵਸਤਰ ਵੀ ਸਜਾਉਂਦੇ ਆ, ਪਾਉਂਦੇ ਆ। ਅਸਵਾਰੀ ਸਭ ਰੀਤ ਕੀ ਆਰੋਹੇ ਬਿਹਾਰੇ, ਸ਼ਹੀਦ ਅਸਵਾਰੀਆਂ ਤੇ ਵੀ ਚੜ੍ਹਦੇ ਆ, ਘੋੜਿਆਂ ਤੇ ਵੀ ਚੜ੍ਹਦੇ ਆ, ਹਾਥੀਆਂ ਦੀ ਵੀ ਅਸਵਾਰੀ ਕਰਦੇ ਆ। ਇਉਂ ਵੱਖ ਵੱਖ ਅਸਵਾਰੀਆਂ ਤੇ ਵੀ ਸ਼ਹੀਦ ਸਿੰਘ ਅਸਵਾਰ ਹੁੰਦੇ ਆ। ਅਸਨ ਬਸਨ ਬਾਹਨ ਭਲੇ ਜੇਤਕ, ਸਭ ਜੇਤਕ ਲਹਿ ਇਹੋ ਲੈ ਹੈ। ਕਹਿੰਦੇ ਅਸਨ ਅੰਨ ਦਾ ਦਾਨ, ਵਸਤਰਾਂ ਦਾ ਦਾਨ, ਬਾਹਨਾਂ ਦਾ ਦਾਨ, ਭਾਵ ਅਸਵਾਰੀਆਂ ਦਾ ਦਾਨ ਸ਼ਹੀਦ ਲੈਂਦੇ ਆ, ਪ੍ਰਵਾਨ ਕਰਦੇ, ਚੰਗੇ ਤੋਂ ਚੰਗੇ ਲੈਂਦੇ ਆ, ਮਾੜੇ ਦਾਨ ਨਹੀਂ ਲੈਂਦੇ, ਚੰਗੇ ਤੋਂ ਚੰਗੀ ਵਸਤੂ ਸ਼ਹੀਦ ਸਿੰਘ ਜ਼ਰੂਰ ਅੰਗੀਕਾਰ ਕਰਦੇ ਆ। ਆ ਸਾਡੇ 'ਚ ਕਈ ਵਾਰੀ ਇਹੋ ਜਿਹਾ ਸੁਭਾਅ ਹੁੰਦਾ ਕਿ ਸੇਵਾ ਕਰਨ ਲੱਗਿਆਂ, ਦਾਨ ਦੇਣ ਲੱਗਿਆਂ, ਕੰਮ ਵੱਡਾ ਕਰਾ ਲਓ ਅਤੇ ਦਾਨ ਮਾੜਾ ਜਿਹਾ, ਕਹਿੰਦੇ ਜਿਹੜਾ ਸਭ ਤੋਂ ਸਸਤਾ ਕੱਪੜਾ ਨਾ ਉਹ ਦਈਂ ਵੇਈ, ਥਾਨ ਕੱਟ ਕੇ ਅਤੇ ਦਸਤਾਰ ਅਸੀਂ ਸ਼ਹੀਦਾਂ ਦੇ ਨਿਮਿੱਤ ਦੇਣਾ, ਚੰਗਾ ਨਾਪ ਖਾ ਲੈਣਾ, ਰੁੱਖਾ ਸੁੱਖਾ ਸ਼ਹੀਦਾਂ ਨੂੰ ਦੇ ਦੇਣਾ। ਭਲੇ ਦਾ ਅਰਥ ਹੈ ਚੰਗੇ, ਚੰਗੇ ਤੋਂ ਚੰਗੇ, ਚੰਗੀਆਂ ਸਵਾਰੀਆਂ, ਚੰਗੇ ਪਦਾਰਥ ਸ਼ਹੀਦ ਸਿੰਘ ਸਾਰੇ ਅੰਗੀਕਾਰ ਕਰਦੇ ਲੈਂਦੇ ਜੇ ਕੋਈ ਸ਼ਰਧਾ ਨਾਲ ਚੜਾਵੇ। ਸਭੈ ਮੁਹਾਬ ਸ਼ਹੀਦ ਗਨ ਜਿਮ ਕਿਮ ਕੋ ਦੈ ਹੈ, ਜਿਵੇਂ ਕੋਈ ਜਿਹੜਾ ਜਾਇਜ਼, ਮੁਹਾਬ ਦਾ ਅਰਥ ਹੁੰਦਾ ਜਾਇਜ਼ ਭੇਟਾ, ਸਤਿਕਾਰ ਵਾਲੀ ਭੇਟਾ, ਭਾਵ ਜਿਹੜੀ ਗੁਰਮਤ ਦੇ ਅਨੁਸਾਰ ਪ੍ਰਵਾਨ ਹੈ ਗੁਰੂ ਦੇ ਦਰ ਤੇ। ਲਾਲ ਕੱਪੜੇ ਸ਼ਹੀਦਾਂ ਨੂੰ ਲਿਆ ਕੇ ਦਿਓ, ਕਦੇ ਨਹੀਂ ਭੇਟਾ ਤੁਹਾਡੀ ਅੰਗੀਕਾਰ ਕਰਨਗੇ, ਹਰੇ ਵੀ ਨਹੀਂ ਕਰਨਗੇ ਕਦੇ। ਖਾਲਸੇ ਦੇ ਚਾਰ ਰੰਗਾਂ 'ਚੋਂ ਲੈ ਲੈਣਗੇ, ਖਾਸ ਕਰਕੇ ਤਿੰਨ ਮੁੱਖ ਰੰਗ, ਨੀਲਾ, ਕੇਸਰੀ ਅਤੇ ਸਫੇਦ ਰੰਗ। ਇਸ ਕਰਕੇ ਸ਼ਹੀਦ ਸਿੰਘ ਕਹਿੰਦੇ ਵੇਹਿਤ ਜਿਹੜੀ ਜਾਇਜ਼ ਹੋਵੇ, ਸਹੀ ਗੁਰਮਤ ਮਰਯਾਦਾ ਅਨੁਸਾਰ ਹੋਵੇ, ਉਹ ਸਾਰੀ ਭੇਟਾ ਲੈ ਲੈਂਦੇ ਆ, ਪ੍ਰਵਾਨ ਕਰ ਲੈਂਦੇ, ਅੰਗੀਕਾਰ ਕਰ ਲੈਂਦੇ ਆ। ਜੇ ਕੋਈ ਸ਼ਰਧਾ ਨਾਲ ਦੇ ਦੇਵੇ, ਭਾਵਨਾ ਨਾਲ ਦੇ ਦੇਵੇ ਸ਼ਹੀਦਾਂ ਨੂੰ। ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ, ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾ ਕੇ ਥੜੇ ਦਾ ਧੂਪ ਦੇ ਦਿਓ, ਵਸਤਰ ਰੱਖ ਕੇ ਦੇਗ ਲਿਆ ਕੇ ਅਰਦਾਸ ਕਰ ਦਿਓ, ਸ਼ਹੀਦ ਸਿੰਘ ਉੱਥੋਂ ਹੀ ਪ੍ਰਵਾਨ ਕਰ ਲੈਂਦੇ ਆ।
ਮਹਾਰਾਜ ਦੀ ਹਜ਼ੂਰੀ 'ਚੋਂ ਪ੍ਰਵਾਨ ਕਰ ਲੈਂਦੇ ਹੈ। ਇਸ ਕਰਕੇ ਸਾਰੇ ਸੱਤਾਂ ਦੀਪਾਂ ਨੌ ਖੰਡਾਂ ਵਿੱਚ ਸ਼ਹੀਦ ਸਿੰਘ ਇੱਕ ਥਾਂ 'ਤੇ ਨਹੀਂ, ਚੰਗੀਆਂ ਤੋਂ ਚੰਗੀਆਂ ਥਾਵਾਂ ਦੀ ਸੈਲ ਵੀ ਕਰਦੇ ਆ, ਯਾਤਰਾ ਵੀ ਕਰਦੇ ਆ। ਸਾਗਰ ਸਲਤਾ ਪਰ ਫਿਰੈ ਭੁੱਲੈ ਨਹਿ ਪਹਿਲਾ, ਕਹਿੰਦੇ ਸਾਗਰ ਸਮੁੰਦਰਾਂ ਦੇ ਉੱਤੇ ਵੀ ਸੈਲ ਕਰਦੇ ਆ ਸ਼ਹੀਦ। ਸਲਤਾ ਨਦੀਆਂ ਦੇ ਕਿਨਾਰਿਆਂ 'ਤੇ, ਗੰਦੇ ਪਾਣੀ ਦੇ ਕਿਨਾਰਿਆਂ 'ਤੇ ਨਹੀਂ, ਸਾਫ ਝੀਲਾਂ 'ਤੇ, ਸਾਫ ਨਦੀਆਂ ਨਹਿਰਾਂ ਦੇ, ਸਾਫ ਸਮੁੰਦਰ ਦੇ ਜਲ ਦੇ ਕਿਨਾਰਿਆਂ ਦੇ ਉੱਤੇ, ਔਰ ਸਾਫ ਸਵੱਛ ਰਮਣੀਕ ਪਹਾੜੀਆਂ ਵਿੱਚ, ਬਾਗ ਬਗੀਚਿਆਂ ਵਿੱਚ ਸ਼ਹੀਦ ਸਿੰਘ ਜ਼ਰੂਰ ਉੱਥੇ ਜਾ ਕੇ ਚਰਨ ਪਾਉਂਦੇ ਹੈ ਅਤੇ ਉੱਥੇ ਸੈਰ ਕਰਦੀਆਂ ਉਹਨਾਂ ਦੀਆਂ ਪਵਿੱਤਰ ਰੂਹਾਂ। ਤਾਂ ਹੀ ਕਹਿੰਦੇ ਹੁੰਦੇ ਸਨ ਨਾ ਬਈ, ਜੇ ਕਿਸੇ ਗੁਰਮੁਖ ਨੇ ਨਾਮ ਜਪਣਾ, ਚੌਥੇ ਪਹਿਰ ਸੁਵਾਹ ਹੈ, ਸੁਰਤਿਆਂ ਉਪਜੈ ਨਟਾਓ, ਇਹਨਾਂ ਦਰਿਆਵਾਂ ਸਿਓਂ ਦੋਸਤੀ ਮਾਨ ਮੁੱਖ ਸੱਚਾ ਨਾ, ਮਨਮੁੱਖ ਨਹੀਂ ਕਰਨਾ ਪਾਠ। ਜਦੋਂ ਅੰਮ੍ਰਿਤ ਵੇਲਾ ਹੁੰਦਾ, ਗੁਰਸਿੱਖ ਚੌਥਾ ਪਹਿਰ ਅੰਮ੍ਰਿਤ ਵੇਲੇ ਦਾ ਉੱਠ ਕੇ ਦਰਿਆਵਾਂ ਦੇ ਕਿਨਾਰਿਆਂ 'ਤੇ ਇਸ਼ਨਾਨ ਕਰਦੇ, ਨਦੀਆਂ ਦੇ ਕਿਨਾਰਿਆਂ 'ਤੇ ਇਸ਼ਨਾਨ ਕਰਦੇ, ਸਰੋਵਰਾਂ 'ਤੇ। ਅੱਜ ਅੰਮ੍ਰਿਤ ਵੇਲੇ ਅਨੰਦਪੁਰ ਸਾਹਿਬ ਸਰੋਵਰਾਂ ਵਿੱਚ ਸੰਗਤ ਇਸ਼ਨਾਨ ਕਰੇਗੀ, ਹੋਲੇ ਮਹੱਲੇ ਦਾ, ਪੁੰਨਿਆਂ ਦਾ ਅਤੇ ਹੋਲੇ ਮਹੱਲੇ ਦਾ। ਔਰ ਸਾਧ ਸੰਗਤ ਜੀ, 1757 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1757 ਬਿਕਰਮੀ, 1700 ਈਸਵੀ, 57 ਸਾਲ ਪੁਰਾਣਾ ਬਿਕਰਮੀ ਸੰਮਤ ਈਸਵੀ ਨਾਲੋਂ ਗੁਰੂ ਘਰ ਵਿੱਚ ਪ੍ਰਵਾਨ ਵੀ ਬਿਕਰਮੀ ਸੰਮਤ ਹੋਇਆ, ਸਤਿਗੁਰੂ ਜੀ ਨੇ ਆਪ ਕੀਤਾ। ਇਸ ਕਰਕੇ 1700 ਈਸਵੀ, 1757 ਸੰਮਤ ਨੂੰ ਕ੍ਰਿਸ਼ਨ ਪੱਖ ਦੀ ਏਕਮ, ਜਿਹਨੂੰ ਬਦੀ ਸੁਦੀ ਦਾ ਕਿਹਾ ਜਾਂਦਾ ਨਾ ਖਿਆਲ, ਚਾਨਣ ਪੱਖ ਸੁਦੀ ਹੁੰਦਾ ਅਤੇ ਜਿਹੜਾ ਸਾਧ ਸੰਗਤ ਜੀ ਅਧੇਰ ਪੱਖ ਹੁੰਦਾ ਉਹਨੂੰ ਕ੍ਰਿਸ਼ਨ ਪੱਖ ਕਹਿੰਦੇ ਆ। ਉਸ ਦਿਨ ਮਹਾਰਾਜ ਜੀ ਨੇ ਹੋਲਾ ਮਹੱਲਾ ਖਾਲਸੇ ਨੂੰ ਖਿਡਾਇਆ। ਉਹ ਕੱਲ੍ਹ ਦਾ ਦਿਨ ਹੈ, ਕੱਲ੍ਹ ਨੂੰ ਪੁੰਨਿਆ, ਕੱਲ੍ਹ ਨੂੰ ਉਹ ਪੱਖ ਲੱਗ ਜਾਣਾ। ਐਵੇਂ ਗਲਤ ਭੁਲੇਖੇ ਵਿੱਚ ਕਈ ਸਾਡੇ ਵੀਰ ਪੈ ਗਏ ਹੈ, ਅਖੇ ਜੀ ਪੁੰਨਿਆ ਤੋਂ ਅਗਲੇ ਦਿਨ ਮਹੱਲਾ ਕੱਢਿਆ ਜਾਂਦਾ। ਗੁਰ ਇਤਿਹਾਸ ਤਾਂ ਪੜ੍ਹ ਲਓ, ਇੰਨੀ ਕੁ ਤਾਂ ਸੁਝੀ ਰੱਖਿਆ ਕਰੋ। ਕੋਈ ਗੱਲ ਕਰਨ ਲੱਗਿਆ ਉੱਦਾਂ ਕਹਾਉਣਾ ਆਪਣੇ ਆਪ ਨੂੰ ਪੰਥ ਦੇ ਸਭ ਤੋਂ ਵੱਡੇ ਮੁਖੀ। ਕ੍ਰਿਸ਼ਨ ਪੱਖ ਦੀ ਏਕਮ ਕੱਲ੍ਹ ਨੂੰ ਹੀ ਲੱਗ ਜਾਣੀ ਹੈ। ਕਈ ਵਾਰੀ ਇਹ ਪੂਰਨਮਾਸ਼ੀ ਤੋਂ ਬਾਅਦ ਆਉਂਦਾ, ਕਈ ਵਾਰੀ ਸੇਮ ਦਿਨ 'ਤੇ ਆ ਜਾਂਦਾ। ਇਸ ਕਰਕੇ ਅਸਲੀ ਮਹੱਲਾ ਕੱਲ੍ਹ ਨੂੰ ਹੀ ਹੈ, ਹੋਲਾ ਮਹੱਲਾ ਕੱਲ੍ਹ ਨੂੰ, ਪਰਸੋਂ ਨੂੰ ਨਹੀਂ। ਆਪਣੀ ਮਰਜ਼ੀ ਨਾਲ ਕੋਈ ਕੱਢਦਾ ਕੱਢੀ ਜਾਵੇ, ਉਹ ਤਾਂ ਮਨਮਤ ਹੈ ਨਾ। ਫਿਰ ਮਨ ਦੀ ਮਤ ਨਾਲ ਆਪਣਾ ਹੱਠ ਨਹੀਂ ਛੱਡਣਾ, ਗੁਰੂ ਦੀ ਮਤ ਨਾ ਮੰਨਣੀ, ਉਹਨੂੰ ਫਿਰ ਮਨਮਤੀ ਕਹਾਂਗੇ। ਗੁਰਮਤ ਨਹੀਂ ਹੈ ਇਹ, ਗੁਰਮਤ ਜੋ ਗੁਰ ਇਤਿਹਾਸ ਵਿੱਚ ਲਿਖਿਆ ਉਹ ਮਹੱਲਾ ਕੱਲ੍ਹ ਨੂੰ ਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਇਹ ਪੂਰਨਮਾਸ਼ੀ ਦੇ ਦਿਨ ਔਰ ਕ੍ਰਿਸ਼ਨ ਪੱਖ ਦੀ ਏਕਮ ਨੂੰ ਸਤਿਗੁਰੂ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਜੋੜ ਮੇਲਾ ਆਰੰਭ ਕੀਤਾ। ਇਸ ਕਰਕੇ ਅੰਮ੍ਰਿਤ ਵੇਲੇ ਪੁੰਨਿਆਂ ਦਾ ਸੰਗਤ ਇਸ਼ਨਾਨ ਕਰੇਗੀ, ਫਿਰ ਮਹੱਲੇ ਖਾਲਸਾ ਚੜ੍ਹੇਗਾ, ਦਰਸ਼ਨ ਕਰੇਗਾ, ਯਾਤਰਾ ਕਰੇਗਾ। ਇਸ ਕਰਕੇ ਤਾਂ ਕਹਿੰਦੇ ਸਨ ਵੀ ਸਰੋਵਰਾਂ ਦੇ ਕਿਨਾਰੇ 'ਤੇ ਇਸ਼ਨਾਨ ਕਰਕੇ, ਦਰਿਆਵਾਂ ਦੇ ਕਿਨਾਰੇ 'ਤੇ, ਨਦੀਆਂ ਦੇ ਸਵੱਛ ਜਲ ਵਿੱਚ ਇਸ਼ਨਾਨ ਕਰਕੇ
ਸਿੱਖ ਚੌਥੇ ਪਹਿਰ ਵਿੱਚ ਚੌਂਕੜਾ ਮਾਰ ਕੇ ਬੈਠਦਾ ਸੀ ਤੇ ਨਿਤਨੇਮ ਕਰਦਾ ਸੀ। ਉੱਥੇ ਸ਼ਹੀਦ ਸਿੰਘਾਂ ਦੀ ਸ਼ੋਅ ਪ੍ਰਾਪਤ ਹੁੰਦੀ ਸੀ, ਮਨ ਜੁੜ ਜਾਂਦਾ ਸੀ ਬਾਣੀ ਵਿੱਚ, ਇਕਾਗਰ ਹੋ ਜਾਂਦਾ ਸੀ। ਜਲ ਦੇ ਕਿਨਾਰੇ ਕਿਉਂ ਬਾਣੀ ਪੜ੍ਹਦੇ ਸਨ ਸਿੰਘ, ਜਲ ਦਾ ਗੜਬਾ ਨਿਤਨੇਮ ਵੇਲੇ ਕਿਉਂ ਰੱਖਦੇ ਸਨ ਕੋਲੇ, ਇਹ ਕੋਈ ਕਾਰਨ ਸਨ, ਐਵੇਂ ਨਹੀਂ ਇਹ ਕਾਰਨ ਬਣ ਗਏ। ਇੱਕੋ ਹੀ ਪੰਥ ਨੂੰ ਤਾਂ ਇੱਕ ਚੀਜ਼ ਨੇ ਸਾਧ ਸੰਗਤ ਜੀ ਪਿੱਛੇ ਕਰ ਦਿੱਤਾ, ਹਰ ਗੱਲ ਨੂੰ ਬਾਹਮਣਵਾਦ ਕਰੀ ਜਾਓ ਤੇ ਸਿੱਖਾਂ ਨੂੰ ਆਹ ਜਿਹੜੇ ਸ਼ੁਭ ਨੇਕ ਚੰਗੇ ਕਰਮ ਆ ਉਹਨਾਂ ਵੱਲੋਂ ਸਿੱਖਾਂ ਦੇ ਹੱਥ ਧੁਆ ਕੇ ਸਿੱਖਾਂ ਨੂੰ ਖਾਲੀ ਕਰਕੇ ਬਿਠਾ ਦਿਓ। ਉਹਨਾਂ ਨੇ ਤਾਂ ਇੱਕੋ ਹੀ ਠੇਕਾ ਲਿਆ ਸਿੱਖਾਂ ਦਾ ਨੁਕਸਾਨ ਕਰਨ ਦਾ। ਇਹਨਾਂ ਲੋਕਾਂ ਤੋਂ ਬਚੋ, ਸਾਵਧਾਨ ਰਹੋ। ਜੋ ਪੁਰਾਣੀਆਂ ਪਰੰਪਰਾਵਾਂ ਗੁਰੂ ਸਾਹਿਬ ਨੇ ਸਾਡੇ ਮਹਾਂਪੁਰਖਾਂ ਨੇ ਚਲਾਈਆਂ ਉਹਨਾਂ 'ਤੇ ਦ੍ਰਿੜਤਾਪੂਰਵਕ ਪਹਿਰਾ ਦੇਣਾ ਚਾਹੀਦਾ। ਇਸ ਕਰਕੇ ਕਹਿੰਦੇ ਸਾਗਰਾਂ ਦੇ ਉੱਤੇ, ਸਲਤਾ ਨਦੀਆਂ ਦੇ ਕਿਨਾਰਿਆਂ 'ਤੇ ਇਹ ਸ਼ਹੀਦ ਵਿਚਰਦੇ ਹੈ, ਫਿਰ ਆਪਣਾ ਰਸਤਾ ਨਹੀਂ ਭੁੱਲਦੇ, ਜਿੱਧਰ ਨੂੰ ਜਾਣਾ ਆਪਣੀ ਮੌਜ ਨਾਲ ਚਲੇ ਜਾਂਦੇ ਹਨ। ਅਵ ਲੋਕੈ ਸਭ ਥਲ ਵਿਚਰ ਮਾਇਆ ਜੋ ਤਮਾਸ਼ਾ, ਸਾਰੀਆਂ ਥਾਵਾਂ ਵਿੱਚ ਵਿਚਰਦੇ ਆ ਮਾਇਆ ਦਾ। ਵਾਹਿਗੁਰੂ ਨੇ ਜੋ ਰਚਨਾ ਰਚੀ ਹੈ ਇਹ ਮਾਇਆ ਦੀ, ਦੋਈ ਕੁਦਰਤ ਸਾਡੀ ਹੈ, ਕਰ ਆਸਣ ਡਿੱਠੋ ਚਾਓ। ਇਹ ਕੁਦਰਤ ਦੇ ਤਮਾਸ਼ੇ ਨੂੰ ਜਿਹੜਾ ਮਾਇਆ ਦੁਆਰਾ ਰਚਿਆ, ਪੜਦਾ ਹੀ ਪਾਇਆ ਨਾ ਪਰਮੇਸ਼ਰ ਨੇ ਸਾਡੇ ਉੱਤੇ। ਜਿਹੜਾ ਸਿੱਖ ਬਾਣੀ ਨਾ ਪੜ੍ਹੇ ਨਾ, ਸਤਸੰਗਤ ਨਾ ਕਰੇ, ਸੇਵਾ ਨਾ ਕਰੇ, ਪੁਰਾਤਨ ਕਾਲ ਵਿੱਚ ਸਿੰਘ ਕਹਿੰਦੇ ਸਨ ਇੱਥੇ ਮਾਇਆ ਪੈ ਗਈ, ਪਾਪ ਪੜਦਾ ਪੈ ਗਿਆ, ਦੀ ਬੁੱਧੀ ਦੇ ਉੱਤੇ ਮਾਇਆ ਦਾ ਅਸਰ ਹੋ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਹੁਕਮ ਚਲਾ ਦਿੱਤਾ। ਇਹ ਜਿੰਨੀ ਰਚਨਾ ਅੱਖਾਂ ਨਾਲ ਦਿਸ ਰਹੀ ਹੈ ਸਾਰੀ ਮਾਇਕੀ ਰਚਨਾ, ਇਸ ਰਚਨਾ ਨੂੰ ਸ਼ਹੀਦ ਸਿੰਘ ਆਪਣੀ ਮੌਜ ਨਾਲ ਵੇਖਦੇ ਹੈ, ਜੋ ਵਾਹਿਗੁਰੂ ਨੇ ਤਮਾਸ਼ਾ ਰੂਪ ਬਣਾਇਆ ਹੋਇਆ ਸੰਸਾਰ। ਜਥਾ ਬਿਪਸਚਿਤ ਨ੍ਰਿਪ ਭਇਓ ਕੀਨੀ ਤਿਨ ਆਸਾ, ਕਹਿੰਦੇ ਇੱਕ ਬਿਪਸਚਿਤ ਨਾਮੇ ਰਾਜਾ ਹੋਇਆ, ਔਰ ਸਾਧ ਸੰਗਤ ਜੀ ਬਿਪਸਚਿਤ ਪੰਡਿਤ ਨੂੰ ਵੀ, ਔਰ ਬਿਪਸਨ ਸੱਤਾਂ ਬੁੱਧਾਂ ਵਿੱਚੋਂ ਸਭ ਤੋਂ ਪਹਿਲੇ ਬੁੱਧ ਦਾ ਨਾਮ ਹੈ। ਕਹਿੰਦੇ ਉਹਨੇ ਇੱਕ ਵਾਰੀ ਫੁਰਨਾ ਕੀਤਾ ਕਿ ਪਰਮੇਸ਼ਰ ਦੀ ਜਿਹੜੀ ਮਾਇਆ ਨਾ, ਮਾਇਆ ਉਹ ਮਾਇਆ ਮੈਂ ਦੇਖਣੀ ਹੈ ਕਿ ਰੱਬ ਦੀ ਕਿੰਨੀ ਕੁ ਵੱਡੀ, ਕਿੰਨਾ ਕੁ ਵੱਡਾ ਪਸਾਰਾ ਹੈ, ਇਹ ਆਸਾ ਕੀਤੀ ਉਸਨੇ ਮਨ ਵਿੱਚ। ਮਾਇਆ ਕੋ ਦੇਖਣ ਗਏ ਚੌਕੁੰਟ ਮਝਾਰਾ, ਜਦੋਂ ਮਾਇਆ ਦੇਖਣ ਗਿਆ ਕੁਦਰਤ ਨੂੰ ਦੇਖ, ਇਹਨੂੰ ਆਪਾਂ ਕੁਦਰਤ ਕਹਿ ਦੇਈਦਾ, ਜਿਹੜਾ ਪਸਾਰਾ ਬਣਾਇਆ ਵਾਹਿਗੁਰੂ ਨੇ, ਕਰੋੜਾਂ ਖੰਡ ਬ੍ਰਹਿਮੰਡ ਜਿੰਨੇ ਆਕਾਸ਼ ਆਦਿਕ ਜੋ ਵੀ ਰਚੇ ਹੈ ਨਾ, ਦੇਸ਼ ਧਰਤੀਆਂ ਥਾਵਾਂ ਜੋ ਵੀ ਬਣਾਏ ਹੈ, ਕਹਿੰਦੇ ਚੌਂ ਕੁੰਟਾਂ ਦੇ ਵਿੱਚੋਂ ਵਿਚਰਿਆ ਮਾਇਆ ਦਾ ਤਮਾਸ਼ਾ ਦੇਖਣ ਵਾਸਤੇ ਗਿਆ। ਦੇਖਤ ਦੇਖਤ ਨਹਿ ਮੁਰਿਓ ਨਹਿ ਅੰਤ ਨਿਹਾਰਾ, ਦੇਖਦਾ ਦੇਖਦਾ ਮੁੜ ਕੇ ਨਹੀਂ ਮੁੜ ਕੇ ਆ ਕੇ ਕਿਸੇ ਨੂੰ ਦੱਸ ਸਕਿਆ ਕਿ ਮੈਂ ਮਾਇਆ ਦਾ, ਪ੍ਰਭੂ ਦੀ ਮਾਇਆ ਦਾ ਅੰਤ ਲੈ ਲਿਆ। ਘਟਨਾ ਘਟਨ ਪਟੀਸੀ ਮਾਇਆ, ਵਿਆਖਿਆ ਕਰਾਂਗੇ ਬੜਾ ਸਮਾਂ ਲੱਗੇਗਾ। ਨਾ ਸੱਤ ਹੈ ਨਾ ਸੱਤ ਹੈ ਨਾ ਸੱਤ ਸੱਤ ਉਭੇ ਹੈ, ਨਾ ਭਿੰਨ ਹੈ ਨਾ ਭਿੰਨ ਹੈ ਨਾ ਭਿੰਨ ਅਭਿੰਨ ਉਭੇ ਹੈ, ਨਾ ਸਵੈਬ ਹੈ ਨਾ ਨਿਰਵੈਬ ਹੈ, ਨਾ ਸਵੈਬ ਨਿਰਵੈਬ ਉਭੇ ਹੈ। ਇਹਨੂੰ ਮਾਇਆ ਨੂੰ ਅਨਰਬਚਨੀ ਕਿਹਾ, ਇਹ ਨੌਂ ਤਰ੍ਹਾਂ ਕਰਕੇ ਕਿਤੇ ਵੀ ਘਟਦੀ ਨਹੀਂ। ਵਿਆਖਿਆ ਦਾ ਸਮਾਂ ਨਹੀਂ ਮੈਨੂੰ ਸਮਾਂ ਦੇ ਰਿਹਾ। ਇਸ ਕਰਕੇ ਸਾਧ ਸੰਗਤ ਜੀ
ਇਹ ਵਾਹਿਗੁਰੂ ਦੀ ਮਾਇਆ ਦਾ ਅੰਤ ਨਹੀਂ ਲੈ ਕੇ ਵਾਪਸ ਆ ਸਕਿਆ, ਮੁੜ ਕੇ ਕਿਸੇ ਨੂੰ ਦੱਸ ਨਹੀਂ ਸਕਿਆ ਆ ਕੇ ਐਡੀ ਵੱਡੀ ਰਚਨਾ ਰਚੀ ਆ ਵਾਹਿਗੁਰੂ ਨੇ ਮਾਇਕੀ ਧਰਤੀ ਤੋਂ ਲੈ ਕੇ ਆਕਾਸ਼ ਤੱਕ। ਅੱਜ ਤੱਕ ਵੱਡੇ ਵੱਡੇ ਸਾਇੰਸਦਾਨ ਵੀ ਅੰਤ ਨਹੀਂ ਪਾ ਸਕੇ। ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣਕ ਬਾਤ। ਤਿੰਨ ਹੀ ਸਕਲ ਸ਼ਹੀਦ ਇਹੋ ਜਗ ਪਿਖਿਆ ਤਮਾਸ਼ਾ। ਕਹਿੰਦੇ ਉਹਨੇ ਵੀ ਮਾਇਆ ਦਾ ਤਮਾਸ਼ਾ ਦੇਖਣ ਗਿਆ ਸੀ, ਪ੍ਰਮਾਣ ਦਿੱਤਾ ਸ਼ਹੀਦ ਇਵੇਂ ਹੀ ਪ੍ਰਭੂ ਦੀ ਮਾਇਆ ਦਾ ਤਮਾਸ਼ਾ ਵੇਖਦੇ ਫਿਰਦੇ ਆ ਸਾਰੀਆਂ ਥਾਵਾਂ ਦੇ ਉੱਤੇ। ਤਨ ਜੋਨੀ ਅਪਰ ਨਾ ਧਰ ਹੈ ਜਿਮ ਜੀਵ ਸੋ ਆਸਾ। ਔਰ ਸ਼ਹੀਦ ਕਹਿੰਦੇ ਹੋਰ ਜੂਨ ਨਹੀਂ ਧਾਰਨ ਕਰਦੇ ਜਿਵੇਂ ਆਸਾ, ਆਸਾ ਵੱਧਾ ਆਵੇ ਜਾਵੇ। ਭਾਈ ਗੁਰਦਾਸ ਜੀ ਨੇ ਕਿਹਾ ਬੰਦਾ ਵਾਸ਼ਨਾ ਦਾ ਵਧਿਆ ਆਉਂਦਾ ਜਾਂਦਾ, ਜਨਮਾਂ ਮਰਨ ਦੇ ਚੱਕਰ 'ਚ ਪੈਂਦਾ, ਜੂਨੀਆਂ 'ਚ ਪੈਂਦਾ, ਪਰ ਸ਼ਹੀਦ 84 ਲੱਖ ਜੂਨ ਵਿੱਚ ਨਹੀਂ ਆਉਂਦੇ, ਸੁਤੰਤਰ ਆਪਣੀ ਸਵੈ ਇੱਛਾ ਨਾਲ ਵਿਚਰਦੇ ਹਨ। ਪਰਮਤ ਨਹਿ ਮਰਬੇ ਜਨਮ ਸਿਰ ਪਰ ਗੁਰ ਪੂਰਾ। ਆ ਕਈ ਪਾਪੀ ਕਿੰਨੇ ਨਖਿੱਧ ਲੋਕ ਹੈ, ਆਖੇ ਜੀ ਸਾਡੇ 'ਚ ਬਾਬਾ ਦੀਪ ਸਿੰਘ ਜੀ ਆਉਂਦਾ, ਇਹੋ ਜਿਹਿਆਂ ਦੇ ਸਿਰ ਵਿੱਚ 100 ਮੁੱਠ ਸਵਾਦ ਹੀ ਹੈ। ਐਡੇ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ, ਉਹ ਤੁਹਾਡੇ ਵਰਗੇ ਗੰਦ ਗੰਦਗੀ ਦੇ ਭਰੇ ਹੋਏ ਸਰੀਰ ਵਿੱਚ ਆਉਣਗੇ ਕਿਤੇ? ਇਹ ਭੂਤਾਂ ਦੇ ਚੱਕਰਾਂ ਵਿੱਚ ਫਸੇ ਹੋਏ ਲੋਕ ਸਾਡੇ ਸ਼ਹੀਦਾਂ ਨੂੰ ਬਦਨਾਮ ਕਰਦੇ ਆ, ਇਹਨਾਂ ਨੂੰ ਜਿਹੜਾ ਸਿੰਘ ਸੋਧਾ ਲਾਉਂਦੇ ਸਹੀ ਲਾਉਂਦੇ, ਲਾਉਣਾ ਵੀ ਚਾਹੀਦਾ ਇਹਨਾਂ ਨੂੰ। ਇਹ ਕਦੇ ਵੀ ਇਹੋ ਜਿਹੀ ਗੱਲ ਸੋਚਣੀ ਵੀ ਨਹੀਂ ਚਾਹੀਦੀ। ਮਹਾਰਾਜ ਕਲਗੀਧਰ ਕਹਿ ਰਹੇ ਹੈ ਸ਼ਹੀਦ ਸਿੰਘ ਕਦੇ ਕਿਸੇ ਜੂਨ ਵਿੱਚ ਨਹੀਂ ਆਉਂਦੇ, ਕਿਸੇ ਦੀ ਐਂ ਦੇਹ ਵਿੱਚ ਨਹੀਂ ਉਹ ਤੁਰੇ ਫਿਰਦੇ, ਉਹ ਸੁਤੰਤਰ ਵਿਚਰਦੇ ਹੈ, ਜਿੱਥੇ ਬਖਸ਼ਿਸ਼ ਕਰਨੀ ਆਪਣੀ ਮੌਜ ਵਿੱਚ ਹੀ ਕਰ ਜਾਂਦੇ ਹੈ। ਭਰਮਤ ਨਹਿ ਮਰਬੇ ਜਨਮ, ਉਹ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ ਹਨ ਕਦੇ। ਕਿਉਂ ਨਹੀਂ ਪੈਂਦੇ? ਉਹਨਾਂ ਦੇ ਸਿਰ 'ਤੇ ਪੂਰਾ ਗੁਰੂ ਹੈ, ਪੂਰੇ ਗੁਰੂ ਦਾ ਹੱਥ। ਸ਼ਹੀਦ ਸਿੰਘ ਜਿੱਥੇ ਆਉਣਗੇ ਨਾ, ਕੋਈ ਸਿੱਖ ਨਿਤਨੇਮ ਕਰਦਾ ਹੋਏ, ਜਿੱਥੇ ਸ਼ਹੀਦ ਆਉਣਗੇ ਉੱਥੋਂ ਖੁਸ਼ਬੂਆਂ ਆਉਣ ਲੱਗ ਜਾਣਗੀਆਂ ਤੁਹਾਨੂੰ, ਜਿਹੜੀਆਂ ਕਦੇ ਲਈਆਂ ਨਾ ਹੋਣ। ਐਵੇਂ ਨਹੀਂ ਖਾਲਸਾ ਗੁਰੂ ਸਾਹਿਬ ਨੂੰ ਧੂਫ ਦਿੰਦਾ, ਇਹ ਸ਼ਹੀਦਾਂ ਸਿੰਘਾਂ ਦੀ ਖੁਰਾਕ ਹੈ, ਪਵਿੱਤਰ ਰੂਹਾਂ ਦੀ ਖੁਰਾਕ ਹੈ, ਦੇਵਤਿਆਂ ਦੀ ਖੁਰਾਕ ਹੈ, ਇਹ ਰਾਕਸ਼ਾਂ ਦੀ ਖੁਰਾਕ ਨਹੀਂ ਹੈ ਭਾਈ। ਸ਼ਹੀਦਾਂ ਦੀ ਪ੍ਰਸੰਨਤਾ ਵਾਸਤੇ ਸੇਵਾ ਕਰੀਦੀ ਹੈ, ਧੂਪ ਦੀਪ ਸੇਵਾ ਗੋਪਾਲ। ਜਿੱਥੇ ਸ਼ਹੀਦਾਂ ਦਾ ਪਹਿਰਾ ਹੋ ਜਾਏ ਉੱਥੇ ਮਨ ਐਨ ਫੁੱਲ ਵਾਂਗੂ ਬੰਦੇ ਦਾ ਖਿੜ ਜਾਂਦਾ, ਚਿੰਤਾ ਲਹਿ ਜਾਂਦੀ ਹੈ, ਰੋਗ ਸੋਗ ਤੋਂ ਰਹਿਤ ਹੋ ਜਾਂਦਾ। ਐਵੇਂ ਨਹੀਂ, ਸ਼ਹੀਦਾਂ ਦੀਆਂ ਬਰਕਤਾਂ ਅਤੇ ਸ਼ਕਤੀਆਂ ਹੁੰਦੀਆਂ। ਜਿੱਥੇ ਸ਼ਹੀਦਾਂ ਦੀ ਬਰਕਤ ਹੋਵੇ ਉੱਥੇ ਵੱਡੇ ਤੋਂ ਵੱਡੇ ਵੀ ਨਹੀਂ ਸ਼ਹੀਦਾਂ ਦੀ ਬਰਕਤ ਦੇ ਨਾਲ ਸਾਹਮਣੇ ਅੜ ਸਕਦੇ ਕੋਈ, ਭਾਵੇਂ ਵੱਡੇ ਤੋਂ ਵੱਡਾ ਸ਼ਕਤੀਆਂ ਵਾਲਾ ਵੀ ਤੁਰਿਆ ਫਿਰੇ, ਪਰ ਇਹ ਹਰ ਇੱਕ ਉੱਤੇ ਨਹੀਂ ਇਹ ਕਿਰਪਾ ਹੁੰਦੀ, ਇਹ ਬਹੁਤ ਵਿਰਲੇ ਹੀ ਇਸ ਦਾਤ ਦੇ ਅਧਿਕਾਰੀ ਹੈ। ਸ਼ਹੀਦ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਬਾਲੀ ਸਭ ਸੰਭਾਲ ਲੈ ਕਹਿ ਕਹਿ ਬਚ ਰੂਰਾ। ਔਰ ਸ਼ਹੀਦ ਸਿੰਘ ਪਾਲਣਾ ਕਰਦੇ ਆ, ਰੱਖਿਆ ਕਰਦੇ ਆਪਣੇ ਪਿਆਰਿਆਂ ਦੀ, ਪਰ ਐ ਨਹੀਂ ਕਰਦੇ ਉਹਨਾਂ ਨੂੰ ਸੁੰਦਰ ਧਿਆਨ ਨਾ ਤੁਹਾਡਾ ਹੋਰ ਪਾਸੇ ਜਾਵੇ, ਤੁਹਾਡੇ ਸੁਣਨ ਵਾਲੇ ਬਚਨ ਹੈ। ਸ਼ਹੀਦਾਂ ਨੂੰ ਸੁੰਦਰ ਢੰਗ ਨਾਲ ਬੇਨਤੀਆਂ ਕਰਨੀਆਂ ਆਉਂਦੀਆਂ ਹੋਣ, ਸ਼ਰਧਾ ਨਾਲ ਪ੍ਰੇਮ ਵਿੱਚ ਭਿੱਜ ਕੇ, ਵੈਰਾਗ ਵਿੱਚ ਭਿੱਜ ਕੇ,
ਸੁੰਦਰ ਸ਼ਹੀਦਾਂ ਦੀ ਉਸਤਤ ਕਰਕੇ ਹਿਰਦੇ ਵਿੱਚ ਤੇ ਜ਼ੁਬਾਨ ਨਾਲ ਉਹਨਾਂ ਨੂੰ ਬੇਨਤੀਆਂ ਕਰੋਗੇ, ਉਹਨਾਂ ਅੱਗੇ ਸੁੰਦਰ ਸੁੰਦਰ ਸ਼ਬਦ ਕਹੋਗੇ, ਫਿਰ ਉਹ ਭਾਈ ਔਖੇ ਤੋਂ ਔਖਾ ਸਮਾਂ ਵੀ ਸੰਭਾਲ ਲੈਂਦੇ ਆ, ਸ਼ਹੀਦ ਰੱਖਿਆ ਕਰਦੇ ਆ, ਪਾਲਦੇ ਆ ਆਪਣੇ ਪਿਆਰਿਆਂ ਨੂੰ ਤੇ ਹਰ ਔਖੇ ਸਮੇਂ ਨੂੰ ਸੰਭਾਲ ਲੈਂਦੇ ਆ, ਕਸ਼ਟ ਨਹੀਂ ਆਉਣ ਦਿੰਦੇ ਆਪਣੇ ਪਿਆਰਿਆਂ ਤੇ। ਸਬਲ ਸਮੂਹ ਸ਼ਹੀਦ ਕੀ ਗਤ ਮਿਤ ਲੱਖ ਐਸੇ, ਜਿਨ੍ਹਾਂ ਸ਼ਹੀਦਾਂ ਦੀ ਐਸੀ ਮਹਾਨ ਸ਼ਕਤੀਵਾਨ ਜਿਹੜੀ ਸਮਰੱਥਾ ਸ਼ਕਤੀ ਹੈ ਭਾਈ, ਉਸ ਦੀ ਗਤੀ ਨੂੰ ਮਹਾਰਾਜ ਕਹਿੰਦੇ ਉਹ ਜਿਹੜੀ ਸ਼ਹੀਦਾਂ ਦਾ ਇਹ ਵਰਣਨ ਕੀਤਾ ਨਾ ਔਰ ਉਹਨਾਂ ਦੀ ਮਰਯਾਦਾ ਦਾ, ਇਹ ਅਸੀਂ ਤੁਹਾਡੇ ਗਿਆਨ ਕਰਾਉਣ ਵਾਸਤੇ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਸ਼ਹੀਦਾਂ ਦੀ ਇਹ ਸਾਰੀ ਰਹਿਣੀ ਬਹਿਣੀ ਹੈ, ਮਰਿਆਦਾ ਹੈ। ਤੁਮ ਮੇਰੇ ਪ੍ਰੇ ਸਿੱਖ ਹੋ ਬੂਜੀ ਕਹਿ ਤੈਸੇ, ਕਹਿੰਦੇ ਤੁਸੀਂ ਪਿਆਰੇ ਸਿੱਖ ਹੋ ਮੇਰੇ। ਮਹਾਰਾਜ ਕਹਿੰਦੇ ਭਾਈ ਮੋਹਨ ਸਿੰਘ, ਭਾਈ ਦਇਆ ਸਿੰਘ, ਭਾਈ ਹਿੰਮਤ ਸਿੰਘ ਜੀ, ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰਿਆਂ ਨੇ ਇਹ ਬਚਨ ਪੁੱਛਿਆ ਸੀ। ਪਿਆਰੇ ਸਿੱਖ ਹੋ, ਗੁਪਤ ਗੱਲ ਬੁੱਢੀ ਸੀ, ਇਹ ਤੁਹਾਨੂੰ ਹੁਣ ਖੋਲ ਕੇ ਦੱਸ ਦਿੱਤੀ ਹੈ ਭਲੇ ਵਾਸਤੇ। ਅਹ ਨਾਥ ਜੇ ਸ਼ਕਤ ਧਾਰ ਤਿੰਨ ਸੰਗਤ ਜੋਈ, ਨੌ ਨਾਥ ਵੀ ਹੈ ਕਹਿੰਦੇ, ਉਹਨਾਂ ਦੀ ਵੀ ਸੰਗਤ ਉਹਨਾਂ ਨੂੰ ਮੰਨਦੀ ਹੈ, ਉਹ ਵੀ ਸ਼ਕਤੀ ਵਾਲੇ ਮੰਨੇ ਜਾਂਦੇ ਹੈ। ਸਿੱਧ ਅਹ ਸਮੁਦਾਏ ਸੋ ਸਿੱਧੀ ਧਰ ਸੋਈ, 84 ਸਿੱਧ ਵੀ ਹੈ ਇਸ ਧਰਤੀ ਦੇ ਉੱਤੇ, ਉਹ ਬੜੀਆਂ ਸ਼ਕਤੀਆਂ ਰੱਖਦੇ, ਉਹਨਾਂ ਨੂੰ ਵੀ ਲੋਕ ਮੰਨਦੇ ਐ। ਕਹੇ ਦੀਨ ਵਾਲੀ ਜਿਸੈ ਬਹੁ ਦੀਨ ਕਮਾਵੇ, ਜਿਹਨੂੰ ਦੀਨ ਦਾ ਵਾਲੀ ਮੁਹੰਮਦ ਸਾਹਿਬ ਕਹਿੰਦੇ, ਉਹਨਾਂ ਦੀ ਵੀ ਸੰਗਤ ਹੈ, ਇਸਲਾਮ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਇਸਲਾਮਕ। ਲਖੋ ਮੁਹੰਮਦ ਕੀ ਅਹ ਤਿਹ ਨਿਕਟ ਰਹਾਵੇ, ਜਿਹੜੀ ਮੁਹੰਮਦ ਸਾਹਿਬ ਦੀ ਸੰਗਤ ਆ, ਮੁਹੰਮਦ ਸਾਹਿਬ ਦੇ ਨੇੜੇ ਰਹਿੰਦੀ ਹੈ, ਜਾਂ ਮੁਹੰਮਦ ਸਾਹਿਬ ਦੇ ਜਿਹੜੇ ਐਸੇ ਉਹਨਾਂ ਦੇ ਸ਼ਹੀਦ ਆ, ਉਹ ਉਹਨਾਂ ਦੀ ਸ਼ਰਨ ਵਿੱਚ ਰਹਿੰਦੇ ਹਨ। ਨਾਮ ਜਨਾਇਤ ਤਾਹੇ ਕਉ ਜਗ ਵਿਖੈ ਕਹਾਵੇ, ਉਹਨਾਂ ਨੂੰ ਲੋਕ ਜਿੰਨ ਆਦਿਕ ਵੀ ਕਹਿ ਕੇ ਬੁਲਾਉਂਦੇ ਆ। ਆਹ ਤੁਸੀਂ ਜਾਦੂਗਰਾਂ ਦਾ ਤਮਾਸ਼ਾ ਸੁਣਦੇ ਹੋ ਨਾ, ਬੋਲ ਮੇਰੇ ਜਿੰਨ ਕੱਢਦੇ ਆ ਕੁਛ। ਮੁਹੰਮਦੀ ਜਿੰਨੇ ਵੀ ਲੋਕ ਹੈ ਨਾ, ਮੁਹੰਮਦ ਸਾਹਿਬ ਨੂੰ ਮੰਨਣ ਵਾਲੇ, ਉਹ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਰੂਹਾਂ ਹਨ, ਉਹ ਜਿੰਨਾਂ ਦੀ ਪੂਜਾ ਕਰਦੇ ਆ, ਬੈਤਾਲਾਂ ਦੀ ਪੂਜਾ ਕਰਦੇ ਆ, ਉਹ ਜਿਨ੍ਹਾਂ ਨੂੰ ਮੰਨਦੇ ਹਨ ਉਹਨਾਂ ਨੂੰ ਜਿੰਨ ਕਿਹਾ ਜਾਂਦਾ ਹੈ ਸਾਰੇ ਸੰਸਾਰ ਵਿੱਚ। ਕਿਆ ਕਹੀਏ ਇਸ ਬਾਤ ਕੋ, ਕਿਆ ਕਿਸੈ ਸੁਣਾਵੇ, ਇਹ ਗੱਲਾਂ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਮਹਾਰਾਜ ਕਹਿੰਦੇ ਬਚਨ ਕੀ ਕਹੀਏ, ਕੀ ਇਹਨਾਂ ਦੀ ਤੁਹਾਨੂੰ, ਜੋ ਇਹਨਾਂ ਦਾ ਆਪੋ ਆਪਣੀਆਂ ਸੰਗਤਾਂ ਦੇ ਉੱਤੇ ਅਧਿਕਾਰ ਹੈ ਜਾਂ ਸ਼ਕਤੀ ਦਾ ਖੇਤਰ ਹੈ, ਉਹ ਕੀ ਕਹਿ ਕੇ ਦੱਸੀਏ। ਇਹ ਤਾਂ ਪਰੇ ਤੋਂ ਪਰੇ ਦੀਆਂ ਖੇਡਾਂ ਹਨ ਮਹਾਰਾਜ ਕਹਿੰਦੇ, ਪਰ ਸ਼ਹੀਦ ਇਹਨਾਂ ਤੋਂ ਸਾਰਿਆਂ ਤੋਂ ਉੱਤੇ ਹੈ, ਸ਼ਹੀਦਾਂ ਦਾ ਰਾਜ ਹੈ ਸਾਰਿਆਂ ਦੇ ਉੱਤੇ। ਨਿਗੁਰੇ ਬੇਮੁਖ ਹੋ ਤਜੇ ਕਰਤੇ ਮਨ ਪਾਇਆ, ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਬੇਮੁਖ ਹੈ, ਮਨ ਭਾਉਂਦਾ ਕਰਦੇ ਆ, ਜੋ ਮਨ ਕਹਿੰਦਾ ਉਵੇਂ ਕਰਦੇ ਆ, ਉਵੇਂ ਚੱਲਦੇ ਆ, ਮਨ ਆਈਆਂ ਕਰਦੇ ਆ, ਮਨ ਮਤੀਏ। ਤਨ ਤਿਆਗਤ ਹੋਏ ਭੂਤ ਨੇ ਤਨ ਪ੍ਰੇਤ ਕੋ ਪਾਇਆ, ਮਹਾਰਾਜ ਕਹਿੰਦੇ ਭੂਤ ਕਿਵੇਂ ਵੜਦੇ ਆ, ਜਿਹਨਾਂ ਨੇ ਮਨਮਤ ਕੀਤੀ ਹੈ, ਅੰਮ੍ਰਿਤ ਨਹੀਂ ਛਕਿਆ, ਜਾਂ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ, ਮਨ ਭਾਉਂਦੀਆਂ ਕਰਦੇ ਆ, ਕਿ ਇਹ ਤਾਂ ਗੱਲਾਂ ਹੀ ਬਣਾਈਆਂ, ਅੰਮ੍ਰਿਤ ਛਕ ਲਓ, ਕੇਸ ਰੱਖ ਲਓ, ਸ਼ਰਾਬ ਮਾਸ ਛੱਡ ਦਿਓ, ਇਹ ਤਾਂ ਗੱਲਾਂ ਹਨ।
ਉਹ ਇਹਨੂੰ ਮਖੌਲ ਕਰਦੇ ਆ ਜਿਹੜੇ ਮਨਮੁੱਖ ਹੈ ਗੁਰਮਤ ਨੂੰ, ਗੁਰਸਿੱਖੀ ਨੂੰ, ਗੁਰੂ ਦੇ ਬਚਨਾਂ ਨੂੰ। ਕਹਿੰਦੇ ਜਿਹੜੇ ਮਨ ਭਾਉਂਦੀਆਂ ਕਰਦੇ ਵੀ ਆਹ ਜਗ ਡਿੱਠਾ, ਆਹ ਜਗ ਮਿੱਠਾ, ਅਗਲਾ ਕਨ ਡਿੱਠਾ। ਅਹੰ ਬ੍ਰਹਮ ਅਕਰੇ ਨਿਸ਼ੰਗ ਖਾਂ ਬੱਕਰੇ, ਅਹੰ ਬ੍ਰਹਮ ਅਸਮੀ ਨਿਸ਼ੰਗ ਭੋਗ ਲੱਛਮੀ। ਇਹ ਜਿਹੜੇ ਮਨਮੁੱਖ ਹੈ ਨਾ, ਜਿਹੜੇ ਇਸ ਤਰ੍ਹਾਂ ਦੇ ਹੈ, ਬਾਗੀ ਕਹਿ ਲਓ ਇਹਨਾਂ ਨੂੰ, ਗੁਰੂ ਦੀ ਰਹਿਤ ਮਰਜ਼ਾਦਾ ਤੋਂ, ਹਰ ਜੈ ਸੁਣਨ ਹਰ ਗੁਣ ਗਾਵੈ ਬਤ ਨਹੀਂ ਅਸਮਾਨ ਗਰਾਵੈ, ਮਰ ਕੇ ਭੂਤ ਬਣਨਗੇ ਮਹਾਰਾਜ। ਕਹਿੰਦੇ ਇਹ ਛੁੱਟ ਨਹੀਂ ਸਕਣਗੇ। ਭੂਤ ਇਹੋ ਜਿਹੇ ਲੋਕ ਬਣਦੇ ਆ, ਫਿਰ ਦੁੱਖ ਭੋਗਦੇ ਆ। ਸੰਕਟ ਵਿਖੇ ਬਿਤਾਵਤੇ ਨਿਜ ਬੈਸ ਮਹਾਨੀ। ਇਹ ਮਹਾਨ ਜਿਹੜੀ ਮਨੁੱਖਾ ਜਨਮ ਰੂਹ ਉਮਰ ਮਿਲੀ ਸੀ, ਉਹ ਸੰਕਟਾਂ ਵਿੱਚ ਹੀ ਗੁਜ਼ਾਰਦੇ ਆ, ਫਿਰ ਅਗਲੀਆਂ ਪ੍ਰੇਤ ਦੇਹੀਆਂ ਭੂਤਾਂ ਦੇਹੀਆਂ ਨੂੰ ਲੈ ਕੇ। ਗੁਰਬਿਨ ਕਿਮ ਸੁੱਖ ਲਹਿ ਕੋ, ਗੁਰਬਿਨ ਕਿਮ ਸੁੱਖ ਕੋ ਲਹਿ ਅੰਧੇ ਅਗਿਆਨੀ। ਅੰਨੇ ਅਗਿਆਨੀ ਗੁਰੂ ਪੂਰੇ ਦੇ ਬਚਨ ਮੰਨੇ ਤੋਂ, ਪੂਰੇ ਗੁਰੂ ਨੂੰ ਧਾਰਨ ਕੀਤੇ ਤੋਂ, ਗੁਰੂ ਕੀ ਸਿੱਖਿਆ ਨੂੰ ਕਮਾਏ ਤੋਂ ਬਿਨਾਂ ਕਦੇ ਸੁੱਖ ਨਹੀਂ ਲੈ ਸਕਣਗੇ। ਸੁਣ ਸਿੱਖਨ ਗੁਰ ਕੋ ਬਚਨ ਮਨ ਵਿਖੇ ਬਸਾਇਓ। ਸਾਰੇ ਸਿੱਖਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਮਨ ਵਿੱਚ ਧਾਰਨ ਕੀਤੇ। ਧੰਨ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਇਓ। ਧੰਨ ਓ ਪੂਰਨ ਪ੍ਰਭੂ, ਸਾਰੀਆਂ ਸ਼ਕਤੀਆਂ ਕਰਕੇ ਤੁਸੀਂ ਪੂਰੇ ਹੋ। ਸਾਰਾ ਸ਼ਹੀਦਾਂ ਦਾ ਵਰਣ ਤੁਸੀਂ ਖੋਲ੍ਹ ਕੇ ਸਾਨੂੰ ਦੱਸਿਆ। ਧੰਨੋ ਸੱਚੇ ਪਾਤਸ਼ਾਹ, ਤੁਸੀਂ ਸਾਡੀ ਇੱਛਾ ਪੂਰੀ ਕੀਤੀ, ਸ਼ੰਕਾ ਦੂਰ ਕੀਤੀ। ਸਿੱਖਾਂ ਨੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ। ਪਰੇ ਸ਼ਰਨ ਤੁਮਰੀ ਮਲਨ ਲਿਹੋ ਆਪ ਸੁਧਾਰੀ। ਇਹ ਮਹਾਰਾ ਅਸੀਂ ਪਾਪੀ ਹਾਂ, ਪਰ ਤੁਹਾਡੀ ਸ਼ਰਨ ਵਿੱਚ ਪਏ ਹਾਂ, ਸਾਡਾ ਸੁਧਾਰ ਕਰ ਦਿਓ, ਸਾਨੂੰ ਬਖਸ਼ ਦਿਓ, ਸਾਨੂੰ ਨਾ ਮਾਰਾ ਟੇਢੀਆਂ ਜੂਨਾਂ ਵਿੱਚ ਜਾਣ ਦਿਓ। ਕਿਆ ਜਾਣੈ ਨਰ ਮੰਦ ਮਤ ਅਤ ਗਮ ਅਪਾਰੀ। ਇਹ ਮੰਦੀ ਮਤ ਵਾਲੇ ਅਸੀਂ ਜਿਹੜੇ ਲੋਕ ਹੈ ਮਹਾਰਾਜ, ਤੁਹਾਡੀ ਅਗੰਮ ਖੇਡ ਨੂੰ ਪਾਰਾਵਾਰ ਤੁਰਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਜਿੱਥੇ ਮਨ ਦੀ ਗਮਤਾ ਨਹੀਂ ਪਹੁੰਚ ਸਕਦੀ, ਮਨ ਉੱਥੇ ਨਹੀਂ ਪਹੁੰਚੇਗਾ, ਬੁੱਧੀ ਦਾ ਗਿਆਨ ਨਹੀਂ ਉੱਥੇ ਪਹੁੰਚੇਗਾ, ਵਿਆਖਿਆ ਕਰਨ ਦਾ ਸਮਾਂ ਨਹੀਂ ਹੈ। ਸੌਖਾ ਹੀ ਸਮਝ ਲਓ, ਮਨ ਨਹੀਂ ਉੱਥੇ ਪਹੁੰਚ ਸਕਦਾ, ਬੁੱਧੀ ਦੀ ਦੌੜ ਨਹੀਂ ਉੱਥੇ ਤੱਕ ਜਾ ਸਕਦੀ। ਮਨ ਦੀ ਬੁੱਧੀ ਦੀ ਗਮਤਾ ਤੋਂ ਪਰੇ ਦੀਆਂ ਖੇਡਾਂ ਹਨ ਇਹ। ਇਹ ਖੇਡਾਂ ਸ਼ਰਧਾ ਵਿਸ਼ਵਾਸ ਦੀਆਂ, ਜਿਵੇਂ ਗਿਆਨੀ ਜੀ ਕੱਲ ਸਤਿਕਾਰ ਜੋ ਗਿਆਨੀ ਹਰਦੀਪ ਸਿੰਘ ਜੀ ਦੱਸ ਰਹੇ ਸਨ, ਬੜਾ ਸੋਹਣਾ ਪ੍ਰਮਾਣ ਦਿੱਤਾ ਸੀ ਉਹਨਾਂ ਨੇ। ਇਸ ਕਰਕੇ ਭਾਈ ਇਹ ਸ਼ਰਧਾ ਵਿਸ਼ਵਾਸ ਵਾਲਿਆਂ ਦੇ ਮੰਨਣ ਵਾਲੀਆਂ ਇਹ ਰਹਿਮਤਾਂ ਬਖਸ਼ਿਸ਼ਾਂ ਹਨ। ਇਸ ਕਰਕੇ ਮੰਦੀ ਮਤ ਵਾਲੇ ਅਗੰਮ ਖੇਡਾਂ ਨੂੰ ਨਹੀਂ ਜਾਣ ਸਕਦੇ, ਨਹੀਂ ਅੰਤ ਪਾ ਸਕਦੇ। ਕਿਤਕ ਦਿਉਸ ਦੁਰ ਭਿੱਚ ਰਹਿ ਦੇਹੋ ਆਪ ਬਤਾਈ। ਹੁਣ ਸਿੱਖਾਂ ਨੇ ਕਿਹਾ ਮਹਾਰਾ ਕਾਲ ਪਿਆ, 12 ਸਾਲ ਹੋ ਗਏ ਵਰਖਾ ਨਹੀਂ ਪਈ, ਕਿੰਨਾ ਚਿਰ ਦੁਰ ਭਿੱਚ ਕਾਲ ਦਾ ਸਮਾਂ ਰਹੇਗਾ ਇਸ ਧਰਤੀ ਦੇ ਉੱਤੇ, ਕਿਰਪਾ ਕਰਕੇ ਦੱਸੋ। ਅੰਨ ਥੁਰਿਓ ਸਭ ਦੇਸ਼ ਤੇ ਡੁੱਲ ਗਈ ਲੁਕਾਈ। ਮਹਾਰਾ ਅੰਨ ਮੁੱਕ ਗਿਆ ਸਾਰੇ ਦੇਸ਼ ਵਿੱਚੋਂ, ਜਿੰਨੀ ਲੁਕਾਈ ਡੋਲ ਗਈ, ਲੋਕ ਭੁੱਖੇ ਮਰ ਰਹੇ ਆ। 12 ਸਾਲ ਹੋ ਗਏ ਇਸ ਧਰਤੀ ਤੇ ਵਰਖਾ ਹੀ ਨਹੀਂ ਹੋਈ, ਮਹਾਰਾ ਅੰਨ ਨਹੀਂ ਹੈ ਲੋਕਾਂ ਕੋਲੇ ਖਾਣ ਵਾਸਤੇ, ਭੁੱਖ ਮਰੀ ਪੈ ਗਈ ਹੈ। ਸ੍ਰੀ ਮੁਖ ਤੇ ਕਹਿ ਬਾਕ ਕੋ ਦੁੱਖ ਕਾਲ ਬਤਾਇਓ। ਮਹਾਰਾ ਆਪਣੇ ਮੁਖ ਤੋਂ ਦੱਸ ਦਿਓ ਇਹ ਕਾਲ ਦਾ ਸਮਾਂ, ਔਖਾ ਸਮਾਂ ਕਿੰਨਾ ਚਿਰ ਰਹੇਗਾ। ਵਰਖਾ ਘਨ ਸਭ ਭੂਮ ਪਰ ਅਬ ਸਮਾਂ ਸੋ ਆਇਓ। ਮਹਾਰਾ ਕਹਿੰਦੇ ਭਾਈ ਔਖਾ ਤੇ ਦੁੱਖਾਂ ਦਾ ਸਮਾਂ ਬੀਤ ਗਿਆ, ਗੁਜ਼ਰ ਗਿਆ, ਔਖੀ ਘੜੀ ਨਾ ਦੇਖਣ ਦੇਈ, ਬਹੁਤ ਛੇਤੀ ਹੁਣ ਵਰਖਾ ਪਵੇਗੀ ਤੇ ਬਹੁਤ ਛੇਤੀ ਇਸ ਧਰਤੀ ਤੇ ਅਨਾਜ ਅਤੇ ਅੰਨ ਬਹੁਤ ਪੈਦਾ ਹੋਏਗਾ,
ਆ ਗਿਆ ਸਮਾਂ ਬਹੁਤ ਚੰਗਾ ਮਹਾਰਾਜ ਕਹਿਣ ਲੱਗੇ ਦੋਹਰਾ ਸੁਣ ਸਿੰਘਨ ਸੁਣ ਸਿੰਘਨ ਕਰ ਜੋਰ ਕਰ ਜਦੋਂ ਸਿੰਘਾਂ ਨੇ ਬਚਨ ਸੁਣਿਆ ਕਿ ਮਹਾਰਾਜ ਰਹਿਮਤਾਂ ਦੇ ਘਰ ਵਿੱਚ ਆ ਗਏ ਹੁਣ ਕਾਲ ਦਾ ਸਮਾਂ ਭੁੱਖਮਰੀ ਕੱਟ ਦੇਣਗੇ ਹੁਣ ਮਹਾਰਾਜ ਬਖਸ਼ਿਸ਼ਾਂ ਦੇ ਘਰ ਵਿੱਚ ਆ ਗਏ ਸਾਰੇ ਸਿੰਘਾਂ ਨੇ ਸੁਣ ਕੇ ਹੱਥ ਜੋੜ ਲਏ ਸ਼ੁਕਰਾਨੇ ਵਿੱਚ ਧਰ ਪੱਗ ਪੰਕਜ ਸੀਸ ਸਤਿਗੁਰਾਂ ਦੇ ਚਰਨਾਂ ਤੇ ਸਾਰਿਆਂ ਨੇ ਮਿਲ ਕੇ ਆਪਣਾ ਸਿਰ ਰੱਖਿਆ ਧੰਨ ਧੰਨ ਸਗਰੇ ਪਨਹਿ ਸਾਰੇ ਕੀ ਕਹਿੰਦੇ ਤੁਸੀਂ ਵੀ ਕਹੋ ਆਪਣੇ ਹਿਰਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੇ ਖਾਲਸੇ ਨੇ ਸਤਿਗੁਰਾਂ ਨੂੰ ਧੰਨ ਧੰਨ ਕਹਿ ਕੇ ਚਰਨਾਂ ਵਿੱਚ ਸਿਰ ਰੱਖਿਆ ਜਾਨ ਰੂਪ ਜਗਦੀਸ਼ ਜਗਦੀਸ਼ ਪਰਮੇਸ਼ਰ ਦਾ ਰੂਪ ਜਾਣ ਕੇ ਸਾਰਿਆਂ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਆਪਾਂ ਵੀ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਮਸਕਾਰ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਡਾ ਵੀ ਔਖਾ ਸਮਾਂ ਜਿਹੜਾ ਕੱਟਿਆ ਜਾਏ ਸੰਗਤ ਜੀ ਸਮਾਂ ਅੱਗੇ ਨਹੀਂ ਆਗਿਆ ਨਹੀਂ ਦਿੰਦਾ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਜਥੇਦਾਰ ਮਹਾਂਪੁਰਖ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਪਹੁੰਚ ਕੇ ਉਹਨਾਂ ਨੇ ਤੁਹਾਡੇ ਸਨਮੁਖ ਹੋਣ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਾਉਣੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਥੇਬੰਦੀ ਦੇ ਮਹਾਨ ਪ੍ਰਚਾਰਕ ਗਿਆਨੀ ਸੁਖਜੀਤ ਸਿੰਘ ਜੀ ਘਨੱਈਆ ਉਹ ਵੀ ਪਹੁੰਚੇ ਹੈ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਕਥਾਵਾਚਕ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਸਮੇਂ ਸਮੇਂ ਨਾਲ ਦਰਸ਼ਨ ਕਰਨੇ ਹੈ ਸਿੰਘ ਸਾਹਿਬਾਨਾਂ ਨੇ ਵੀ ਤੁਹਾਡੇ ਪਾਸ ਆ ਕੇ ਹਾਜ਼ਰੀ ਲਵਾਉਣੀ ਹੈ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੋਲੇ ਮਹੱਲੇ 'ਤੇ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਾਰਿਆਂ ਨੂੰ ਸਤਿਗੁਰਾਂ ਦੇ ਹੋਲੇ ਮਹੱਲੇ ਦੇ ਜੋੜ ਮੇਲਿਆਂ ਦੀ ਲੱਖ ਲੱਖ ਵਧਾਈ ਹੋਵੇ ਜਿਹੜੀਆਂ ਸੰਗਤਾਂ ਲੰਗਰਾਂ ਕਰਕੇ ਮੋਗੇ ਦੇ ਇਲਾਕੇ ਦੀ ਕਪੂਰੇ ਚੁਗਾਵੇਂ ਦੇ ਇਲਾਕੇ ਦੀ ਸੰਗਤ ਲੰਗਰ ਦੀ ਸੇਵਾ ਕਰ ਰਹੀ ਹੈ ਹਰਚੋਵਾਲ ਦੇ ਇਲਾਕੇ ਦੀ ਸੰਗਤ ਲੰਗਰ ਦੀ ਸੇਵਾ ਕਰ ਰਹੀ ਹੈ ਜਗਰਾਵਾਂ ਦੇ ਇਲਾਕੇ ਦੀ ਸੰਗਤ ਲੰਗਰਾਂ ਦੀ ਸੇਵਾ ਕਰ ਰਹੀ ਹੈ ਮਲਕ ਨਗਰ ਦੀ ਸੰਗਤ ਨੇ ਰੋਹ ਪਿਆਉਣ ਦੀ ਰਸ ਪਿਆਉਣ ਦੀ ਸੇਵਾ ਕੀਤੀ ਜੋੜਿਆਂ ਦੀ ਸੇਵਾ ਬੂੜੇ ਨੰਗਲ ਆਦੋ ਨੰਗਲ ਆਦੋ ਵਾਲੀ ਨਗਰ ਦੀਆਂ ਸੰਗਤਾਂ ਕਰ ਰਹੀਆਂ ਹਨ ਖਾਲਸਾ ਅਕੈਡਮੀ ਵੱਲੋਂ ਮੈਡੀਕਲ ਕੰਪ ਦੁਆਰਾ ਦਵਾਈਆਂ ਦੀ ਸੇਵਾ ਹੋ ਰਹੀ ਹੈ ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਜਿਹੜੇ ਬਹੁਤ ਮਿਹਨਤ ਨਾਲ ਇਹਨਾਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਹਨ ਜਥੇਬੰਦੀ ਵੱਲੋਂ ਇਸੇ ਤਰ੍ਹਾਂ ਬਾਬਾ ਸ਼ਾਹ ਜੀ ਗਿਆਨੀ ਜੀ ਸਾਰੇ ਸਿੰਘਾਂ ਦਾ ਭਾਈ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ ਆਓ ਹੋਲੇ ਮਹੱਲੇ 'ਤੇ ਆਇਓ ਪ੍ਰਣ ਕਰਕੇ ਜਾਓ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਨਸ਼ਿਆਂ ਦਾ ਜਿਹੜੇ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ ਜਿਨ੍ਹਾਂ ਨੇ ਕੇਸ ਕਟਾਏ ਸਾਬਤ ਸੂਰਤ ਕੇਸ ਰੱਖੋ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ ਸਤਿਕਾਰਯੋਗ ਗਿਆਨੀ ਬਘੇਲ ਸਿੰਘ ਜੀ ਇੰਗਲੈਂਡ ਤੋਂ ਪਹੁੰਚੇ ਆ ਉਹਨਾਂ ਦਾ ਵੀ ਸਾਰਿਆਂ ਦੇ ਭਾਈ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਸੁਣ ਸਿੰਘਨ ਕਰ ਜੋਰ ਕਰ ਧਰ ਪੱਗ ਪੰਕਜ ਸੀਸ ਧੰਨ ਧੰਨ ਸਗਰੇ ਭਨੈ ਜਾਨ ਰੂਪ ਜਗਦੀਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਮਹਾਂਪੁਰਖਾਂ ਦੀ ਰਸਨਾ ਪਾਸੋਂ ਸ਼ਹੀਦਾਂ ਦਾ ਪਵਿੱਤਰ ਇਤਿਹਾਸ, ਸ਼ਹੀਦਾਂ ਦੀਆਂ ਬਰਕਤਾਂ ਸ਼੍ਰਵਣ ਕਰ ਰਹੇ ਸੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਅੰਦਰ ਫਰਮਾਉਂਦੇ ਹਨ, ਵਾਹੋ ਵਾਹੋ ਸੇ ਜਨ ਸਦਾ ਕਰਹਿ ਜਿਨ ਕੋ ਆਪ ਦੇ ਬੁਝਾਏ। ਵਾਹਿਗੁਰੂ ਪਰਮੇਸ਼ਰ ਦੀ ਸਿਫਤ ਉਹੀ ਕਰ ਸਕਦਾ ਹੈ ਜਿਹਨੂੰ ਆਪ ਪਰਮੇਸ਼ਰ ਇਹ ਸੋਝੀ ਦਿੰਦਾ ਹੈ, ਔਰ ਇਸ ਸਿਫਤ ਦਾ ਕਿੱਡਾ ਵੱਡਾ ਫਲ ਹੈ। ਸਤਿਗੁਰੂ ਜੀ ਕਹਿੰਦੇ ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ। ਆਪਾਂ ਕਈ ਵਾਰੀ ਸਵਾਲ ਕਰਦੇ ਮਹਾਂਪੁਰਖਾਂ ਨੂੰ ਕਿ ਜੀ ਹਿਰਦੇ 'ਚ ਨਾਮ ਕਿੱਦਾਂ ਵੱਸਦਾ ਹੈ, ਨਾਮ ਕਿੱਦਾਂ ਚੱਲਦਾ, ਸਵਾਸ ਸਵਾਸ ਸੁੱਤਿਆਂ ਵੀ ਜਾਗਦਿਆਂ ਵੀ ਕੰਮ ਕਰਦਿਆਂ ਵੀ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਵੀ ਰੱਬ ਦੀ ਸਿਫਤ ਕਰ, ਪਰਮਾਤਮਾ ਦੀ ਸਿਫਤ ਕਰ, ਆਪਣੇ ਆਪ ਹੀ ਤੇਰੇ ਹਿਰਦੇ ਵਿੱਚ ਨਾਮ ਵੱਸ ਜਾਵੇਗਾ। ਸ੍ਰੀ ਅਨੰਦ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਔਰ ਫਿਰ ਸਿਫਤ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ। ਮਹਾਰਾਜ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਾ ਹਾਰੇ। ਏਡੀ ਵੱਡੀ ਦਾਤ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸੋ ਆਪ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਸੰਗ ਦੇ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਹੁਣ ਦਾਸ ਬੇਨਤੀ ਕਰੇ ਪੰਥ ਦੇ ਮਹਾਨ ਵਿਦਵਾਨ ਸਤਿਕਾਰੇ ਯੋਗ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਉਹ ਸੰਗਤ ਦੇ ਨਾਲ ਗੁਰਮਤ ਵਿਚਾਰਾਂ ਦੁਆਰਾ ਸਾਂਝ ਪਾਉਣਗੇ। ਆਓ ਉਹਨਾਂ ਦੀ ਰਸਨਾ ਪਾਸੋਂ ਗੁਰਮਤ ਵਿਚਾਰਾਂ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਮਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਗ ਰਾ ਫਤਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ
ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਿਹਾੜੇ ਹੋਲੇ ਮਹੱਲੇ ਉੱਪਰ ਹਰ ਸਾਲ ਦੀ ਤਰ੍ਹਾਂ ਆਪ ਸਰਬੱਤ ਸੰਗਤਾਂ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਉੱਥੇ ਹੀ ਇਸ ਪਵਿੱਤਰ ਨਗਰ ਵਿੱਚ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹੋ। ਦਾਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪ ਸਰਬੱਤ ਸੰਗਤ ਦੇ ਨਾਲ ਗੁਰਮਤ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਹੋਲੇ ਮਹੱਲੇ ਦਾ ਆਗਾਜ਼ ਕਿਉਂ ਹੁੰਦਾ ਹੈ ਔਰ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਸ ਮਰਿਆਦਾ ਦੇ ਨਾਲ ਹੋਲੇ ਮਹੱਲੇ ਦਾ ਆਗਾਜ਼ ਕੀਤਾ, ਕਿਵੇਂ ਰੰਗਾਂ ਦੀ ਬੌਛਾਰ ਤੋਂ ਬਾਅਦ ਤੀਰਾਂ ਤਲਵਾਰਾਂ ਦੀ ਬੌਛਾਰ ਹੋਈ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਆਪਣੀ ਪਵਿੱਤਰ ਗਜ਼ਲ ਦੇ ਵਿੱਚ ਤਕਰੀਬਨ 6-7 ਸ਼ੇਰ ਐਸੇ ਨੇ ਜਿਹਦੇ ਵਿੱਚ ਜੋ ਅੱਖੀਂ ਡਿੱਠਾ ਹਾਲ ਹੈ ਚਿਤਰਿਆ ਹੈ। ਪਹਿਲਾਂ ਤਾਂ ਹੋਲੀ ਤੋਂ ਹੋਲੇ ਤੱਕ ਪਹੁੰਚਣ ਦਾ ਕਾਰਨ ਕੀ ਹੈ, ਗੁਰੂ ਗੋਬਿੰਦ ਸਿੰਘ ਨੇ ਸਾਫ਼ ਬਚਿੱਤਰ ਨਾਟਕ ਵਿੱਚ ਲਿਖਿਆ, ਯਹੀ ਕਾਜ ਧਰਾਹਮ ਜਨਮੰਗ ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹੇ ਧਰਤ ਅਵਤਾਰਾ, ਦੁਨੀਆਂ ਦੇ ਉੱਤੇ ਪਾਪ ਵਾਧਾ ਹੈ, ਅਵਤਾਰੀ ਪੁਰਸ਼ਾਂ ਦਾ ਆਗਾਜ਼ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਸੱਤ ਪੁਰਸ਼ਾਂ ਦੀ ਰੱਖਿਆ ਦੇ ਲਈ, ਪਾਪੀਆਂ ਨੂੰ ਡੰਡ ਦੇਣ ਦੇ ਲਈ ਦੁਨੀਆਂ 'ਤੇ ਸਾਡਾ ਆਗਾਜ਼ ਹੋਇਆ। ਵੈਸੇ ਵੀ ਇਹ ਸੱਤ ਪੁਰਸ਼ਾਂ ਦਾ ਕਰਮ ਹੈ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਗੁਰਬਾਣੀ ਦਾ ਵੀ ਫੁਰਮਾਨ ਹੈ। ਬੜੇ ਬੜੇ ਇੰਗਲਿਸ਼ ਦੇ ਟੀਕਾਕਾਰ ਅਰਥ ਕਰਦੇ ਨੇ ਆਈ ਓਨਰ ਐਂਡ ਓਬੇਜ ਦਾ ਸੇਂਟਸ, ਸੰਤਾਂ ਦੀ ਰੱਖਿਆ, ਸੰਤਾਂ ਦੀ ਹਿਫਾਜ਼ਤ, ਸੰਤਾਂ ਦਾ ਅਦਬ ਬਹਾਲ ਕਰਨ ਲਈ ਹੀ ਮਹਾਂਪੁਰਸ਼ਾਂ ਦਾ ਆਗਾਜ਼ ਹੁੰਦਾ ਹੈ। ਐਂਡ ਪਨਿਸ਼ ਦਾ ਵਿਕਿਡ, ਪਾਪੀਆਂ ਨੂੰ ਡੰਡ ਦੇਣ ਦੇ ਲਈ ਅਵਤਾਰਾਂ ਦਾ ਆਗਾਜ਼ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਕਾਰਨ ਦੁਨੀਆਂ 'ਤੇ ਅਸੀਂ ਆਏ ਹਾਂ। ਹੁਣ ਦੀਨ ਦੁਨੀਆਂ ਦੇ ਮਾਲਕ ਨਾਲ ਇਹ ਵੀ ਦਰਸਾਉਂਦੇ ਨੇ ਵੀ ਖਾਮ ਖਾ ਲੜਨਾ ਸਾਨੂੰ ਪਾਉਂਦਾ ਨਹੀਂ ਹੈ। ਜਦੋਂ ਅਰਿਸ਼ਟ ਵੱਧਦੇ ਨੇ, ਪਾਪੀ ਵੱਧਦੇ ਨੇ, ਫਿਰ ਤਲਵਾਰ ਚੁੱਕਦੇ ਹਾਂ। ਇਹ ਕੋਈ ਸ਼ੌਂਕ ਲਈ ਤਲਵਾਰ ਨਹੀਂ ਚੁੱਕੀ,
ਹਕੀਮ ਅੱਲਾ ਯਾਰ ਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਤਲਵਾਰ ਉਠਾਉਣ ਬਾਬਤ ਸਾਫ਼ ਲਿਖਿਆ ਹੈ, ਬੇਵਜ੍ਹਾ ਹੈ, ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ, ਲੜੇਂਗੇ ਉਸੇ ਲੜਨੇ ਕੀ ਜਿਸੇ ਉਮੰਗ ਹੋ, ਠੋਕਰ ਸੇ ਫੇਂਕ ਦੇਂਗੇ ਜੋ ਰਸਤੇ ਮੇਂ ਸੰਗ ਹੋ, ਸਰ ਉਸਕਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ, ਖੁਰੇਂਜ਼ੀ ਖਲਕ ਕੀ ਵਰਨਾ ਕਬ ਹਮਕੋ ਭਾਤੀ ਹੈ, ਖੁਰੇਂਜ਼ੀ ਖਲਕ ਕੀ ਵਰਨਾ ਕਬ ਹਮਕੋ ਭਾਤੀ ਹੈ, ਸ਼ੇਰੋਂ ਕੀ ਫੌਜ ਕਹਿਦੇ ਤੂੰ ਕਾਸਿਦ ਜਾਤੀ ਹੈ। ਅੱਲਾ ਯਾਰ ਖਾਂ ਕਹਿੰਦਾ ਵੀ ਬੇਵਜ੍ਹਾ ਨਹੀਂ ਸੀ ਲੜਦੇ, ਉਹ ਲਾਚਾਰ ਹੋ ਕੇ ਲੜਦੇ ਸਨ। ਜਦੋਂ ਸਾਧੂਆਂ ਸਤਪੁਰਸ਼ਾਂ ਦਾ ਦੇਸ਼ ਦੀ ਸੰਸਕ੍ਰਿਤੀ ਦਾ ਕਾਣ ਹੁੰਦਾ ਸੀ ਫਿਰ ਹੋਲੇ ਤੱਕ ਪਹੁੰਚਿਆ ਜਾਂਦਾ ਸੀ, ਇਹ ਦੁਨਿਆਵੀ ਰੰਗਾਂ ਤੋਂ ਲਹੂ ਦੇ ਰੰਗ ਤੱਕ ਪਹੁੰਚਿਆ ਜਾਂਦਾ ਸੀ। ਵੈਸੇ ਜਿੰਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਹੈ ਪ੍ਰੇਮ ਭਰਿਆ ਹੈ, ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ, ਅਨੁਰਾਗ ਉਹਨਾਂ ਨੂੰ ਹਰ ਜਗ੍ਹਾ ਹਰ ਜ਼ਰੇ ਵਿੱਚ ਪ੍ਰੇਮ ਫੈਲਿਆ ਦਿਖਦਾ ਸੀ। ਪਰ ਜਦੋਂ ਨਿਮਰਤਾ ਨੂੰ ਪ੍ਰੇਮ ਨੂੰ ਭਾਰਤ ਵਰਸ਼ ਦੀ ਮੁਗਲੀਆ ਹਕੂਮਤ ਨਹੀਂ ਸੀ ਸਮਝਦੀ, ਫਿਰ ਮਹਾਰਾਜ ਕਹਿੰਦੇ ਨੇ ਵੀ ਲਾਚਾਰ ਹੋ ਕੇ ਮੈਂ ਤਲਵਾਰ ਚੁੱਕਦਾ ਸਾਂ। ਫਿਰ ਹੋਲੀ ਤੋਂ ਹੋਲੇ ਤੱਕ ਪਹੁੰਚਿਆ ਜਾਂਦਾ ਸੀ, ਹੱਲਾ ਕਰਨਾ ਸਿਖਾਇਆ ਜਾਂਦਾ ਸੀ ਖਾਲਸੇ ਨੂੰ ਵੀ ਇਹ ਹੁਕਮਰਾਨ ਨਿਰਮਾਣਤਾ ਨੂੰ ਬੁਜਦਲੀ ਸਮਝਦੇ ਨੇ, ਇਹਨਾਂ ਸਾਹਮਣੇ ਤਲਵਾਰ ਚੁੱਕਣੀ ਪਵੇਗੀ। ਉਹਨਾਂ ਸਾਫ਼ ਲਿਖਿਆ ਹੈ ਕਹਿੰਦੇ ਬਲਾ ਚਾਰਗੀ ਦਰਮਿਆਂ ਆਮ ਦਮ, ਬਾ ਤਦਬੀਰ ਤੀਰੋ ਤੂਫੰਗ ਆਮ ਦਮ, ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀ ਹੈ ਸ਼ੌਂਕ ਨਾਲ ਨਹੀਂ। ਹੁਣ ਹੋਲਾ ਮਹੱਲਾ ਹੈ ਕੀ ਹੈ, ਹਮਲਾ ਤੇ ਜ਼ਾਏ ਹਮਲਾ, ਦੋ ਧੜੇ ਖੜੇ ਕਰ ਦੇਣੇ, ਇੱਕ ਜਗ੍ਹਾ ਮੁਕਰਰ ਕਰ ਦੇਣੀ। ਮੁਹੱਲਾ ਅਰਬੀ ਦਾ ਲਫ਼ਜ਼ ਹੈ, ਮਹੱਲਾ ਇਹ ਜਿਹੜਾ ਲਫ਼ਜ਼ ਹੈ ਮਹੱਲਾ, ਇਸਦੇ ਸਾਫ਼ ਅਰਥ ਵਿਦਵਾਨ ਪੁਰਸ਼ਾਂ ਨੇ ਲਿਖੇ ਨੇ, ਹਲੂਲ ਦੀ ਜਗ੍ਹਾ, ਜਿਸ ਜਗ੍ਹਾ 'ਤੇ ਹਮਲਾ ਕੀਤਾ ਜਾਣਾ ਹੈ ਉਹ ਜਗ੍ਹਾ ਜਿੱਥੇ ਜੰਗਜੂ ਕਿਰਿਆ ਨੂੰ ਅੰਜਾਮ ਦਿੱਤਾ ਜਾਵੇਗਾ। ਹੋਲਾ ਹਮਲਾ ਕਰਕੇ ਪੈ ਜਾਣਾ ਉਸ ਜਗ੍ਹਾ 'ਤੇ, ਦੋ ਧੜੇ ਮੁਕਰਰ ਕੀਤੇ ਜਾਂਦੇ ਸਨ। ਇਉਂ ਜੰਗਜੂ ਸ਼ਸਤਰਾਂ ਦੇ ਨਾਲ ਆਪਸ ਦੇ ਵਿੱਚ ਜੰਗ ਲੜਿਆ ਜਾਂਦਾ ਸੀ, ਯੁੱਧ ਵਿੱਦਿਆ ਦਾ ਅਭਿਆਸ ਹੁੰਦਾ ਸੀ, ਕਿਉਂਕਿ ਆਉਣ ਵਾਲਾ ਸਮਾਂ ਭਾਰਤ ਵਰਸ਼ ਦਾ ਇਸੇ ਤਰ੍ਹਾਂ ਹੀ ਬੀਤਣਾ ਸੀ। ਇਉਂ ਹੋਲੇ ਮਹੱਲੇ ਦੀ ਪ੍ਰਥਾ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ੁਰੂ ਕੀਤੀ। ਹੋਲਗੜ੍ਹ ਕਿਲ੍ਹੇ ਤੋਂ ਆਪ ਸੰਗਤਾਂ ਵਾਕਫ ਹੋ, ਇਸੇ ਜਗ੍ਹਾ ਹੀ ਦੀਨ ਦੁਨੀਆ ਦੇ ਮਾਲਕ ਨੇ ਦੀਵਾਨ ਲਗਾਇਆ ਔਰ ਇਸ ਜੰਗਜੂ ਕਿਰਿਆ ਨੂੰ ਅੰਜਾਮ ਦਿੱਤਾ। ਇਹ ਮਰਿਆਦਾ ਹੋਲੇ ਮਹੱਲੇ ਦੀ ਸਥਾਪਿਤ ਕੀਤੀ। ਭਾਈ ਸਾਹਿਬ ਭਾਈ ਨੰਦ ਲਾਲ ਨੇ ਬੜਾ ਸੁੰਦਰ ਲਿਖਿਆ ਹੈ ਇਸ ਬਾਬਤ, ਉੱਥੇ ਦਾਸ ਪਹੁੰਚੇਗਾ, ਪਰ ਇਸ ਗੱਲ ਦਾ ਖਿਆਲ ਰੱਖਿਓ ਵੀ ਕਦੇ ਵੀ ਸ਼ੌਂਕ ਵਾਸਤੇ ਪਾਤਸ਼ਾਹ ਕਹਿੰਦੇ ਮੈਂ ਤਲਵਾਰ ਨਹੀਂ ਸੀ ਚਲਾਉਂਦਾ। ਜੰਗ ਦਾ ਵਿਸਤਾਰ ਤਾਂ ਨਹੀਂ ਕਰਾਂਗਾ, ਕੇਵਲ ਉਦਾਹਰਣ ਦੇ ਦੇਵਾਂ ਸੰਖੇਪ ਵਿੱਚ ਵੀ ਜਦੋਂ ਹਰੀ ਚੰਦ ਨੇ ਬਾਈ ਧਾਰ ਦੇ ਉਸ ਮਹਾਨ ਰਾਜੇ ਨੇ 80,000 ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਿਆ, ਮੁੱਠੀ ਭਰ ਸਿੰਘ ਨਾਲ ਨੇ ਪਾਤਸ਼ਾਹ ਦੇ,
ਦੁਨੀਆ ਦੇ ਇਤਿਹਾਸ ਵਿੱਚ ਇੱਕੋ ਹੀ ਜਰਨੈਲ ਐਸਾ ਹੋਇਆ ਹੈ ਗੁਰੂ ਗੋਬਿੰਦ ਸਿੰਘ ਜਿਸ ਨੇ ਕਿਸੇ ਦੁਸ਼ਮਣ ਨੂੰ 3 ਵਾਰ ਕਰਨ ਦਾ ਮੌਕਾ ਦਿੱਤਾ ਹੋਵੇ। ਨਹੀਂ ਤੇ ਮਰਿਆਦਾ ਹੈ ਵੀ ਇੱਕ ਵਾਰ ਦੁਸ਼ਮਣ ਕਰਦਾ ਹੈ ਤੇ ਦੂਸਰਾ ਫਿਰ ਦੂਸਰੇ ਪੱਖ ਤੋਂ ਵਾਰ ਕਰਦਾ ਹੈ। ਹਰੀ ਚੰਦ ਨੇ 3 ਵਾਰ ਕੀਤੇ ਸਨ। ਕਲਗੀਧਰ ਪਾਤਸ਼ਾਹ ਨੇ ਜਦੋਂ ਤੀਸਰਾ ਵਾਰ ਇਸਦਾ ਕਾਰਗਰ ਸਾਬਤ ਨਾ ਹੋਇਆ, ਕੇਵਲ ਕਮਰ ਕਸੇ ਨੂੰ ਵਿੰਨ ਕੇ, ਚਿਲਕਤ ਨੂੰ ਵਿੰਨ ਕੇ ਪੇਟ ਦੇ ਨਾਲ ਟਕਰਾਇਆ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਅੰਦਰ ਲਿਖਦੇ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਨੰਗ ਬਾਣ ਤਾਨੰਗ। ਫਿਰ ਕਹਿੰਦੇ ਮੈਂ ਧਨੁੱਖ ਮੋਢੇ ਤੋਂ ਲਾਇਆ, ਤੀਰ ਪੱਥੇ ਚੋਂ ਕੱਢਿਆ ਤੇ ਇੱਕ ਤੀਰ ਦੇ ਨਾਲ ਹਰੀ ਚੰਦ ਧਰਤੀ ਤੇ ਸੁੱਟ ਲਿਆ। ਹੁਣ 3 ਵਾਰ ਹਰੀ ਚੰਦ ਨੇ ਕੀਤੇ, ਮਤਲਬ ਪ੍ਰੇਮ ਦੀ ਪਰਿਭਾਸ਼ਾ ਨਹੀਂ ਸੀ ਸਮਝਦਾ, ਫਕੀਰ ਤੇ ਵਾਰ ਕਰਦਾ ਸੀ। ਕਲਗੀਧਰ ਵਾਰ ਵਾਰ ਸਮਝਾਉਂਦੇ ਸੀ ਵੀ ਬੇਵਜਹ ਹੈ ਹਮ ਤੋ ਖੁਦ ਨਹੀਂ ਚਾਹਤੇ ਕੇ ਜੰਗ ਹੋ, ਲੜੇਂਗੇ ਉਸੇ ਲੜਨੇ ਕੀ ਜਿਸੇ ਉਮੰਗ ਹੋ। ਤੈਨੂੰ ਚਾਹ ਹੈ ਹਰੀ ਚੰਦਾ, ਤੈਨੂੰ ਚਾਹ ਹੈ ਲੜਨ ਦਾ, ਮੈਂ ਇਸ ਲਈ ਤਲਵਾਰ ਚੁੱਕਣ ਲੱਗਾ, ਮੈਨੂੰ ਖੂਨ ਵਹਾਉਣ ਦਾ ਕੋਈ ਚਾਹ ਨਹੀਂ ਹੈ। ਤਾਂ ਕਹਿੰਦੇ ਨੇ ਚੁੰਕਾਰਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤਲਵਾਰ ਦੇ ਮੁੱਠੇ ਤੇ ਹੱਥ ਮੈਂ ਫਿਰ ਲੈ ਕੇ ਜਾਂਦਾ ਹਾਂ। ਜਦੋਂ ਪ੍ਰੇਮ ਦਾ, ਨਿਮਰਤਾ ਦਾ, ਨਿਰਮਾਣਤਾ ਦਾ ਰਸਤਾ ਇਹਨਾਂ ਨੂੰ ਸਮਝ ਵਿੱਚ ਨਾ ਆਵੇ, ਨਿਮਰਤਾ ਨੂੰ ਇਹ ਹੁਕਮਰਾਨ ਬੁੱਝਦਲੀ ਸਮਝ ਲੈਣ, ਕਦੇ ਤਤੀ ਤਵੀ ਤੇ ਬਾ ਕੇ ਸਾੜ ਦੇਣ ਤੇ ਕਦੇ ਚਾਂਦਨੀ ਚੌਂਕ ਸ਼ਹੀਦ ਕਰ ਦੇਣ, ਫਿਰ ਤਲਵਾਰ ਚੁੱਕਦਾ ਹਾਂ। ਕਹਿੰਦੇ ਖੈਰ, ਦੀਨ ਦੁਨੀਆ ਦੇ ਮਾਲਕ ਸੱਜੇ ਹੋਏ ਨੇ। 1757 ਬਿਕਰਮੀ ਸੰਮਤ ਲੰਘਿਆ ਹੈ, ਇਹ ਮਹੀਨਾ ਮਾਘ ਦਾ ਬੀਤਿਆ ਹੈ, ਚੇਤ ਚੜ੍ਹਿਆ ਹੈ। ਕੁੱਲ ਕਾਇਨਾਤ ਦਾ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਕਮਨਾਮੇ ਸੰਗਤਾਂ ਨੂੰ ਭੇਜਦਾ ਹੈ। ਸੰਗਤਾਂ ਦੀ ਇਕੱਤਰਤਾਈ ਹੁੰਦੀ ਹੈ। ਨੰਦ ਚੰਦ ਵਰਗੇ ਮਹਾਂਪੁਰਸ਼, ਮਤੀ ਰਾਮ ਵਰਗੇ ਸਤਪੁਰਸ਼ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਭੌਰੇ ਨੇ, ਸੇਵਾਦਾਰ ਨੇ, ਦੀਵਾਨ ਨੰਦ ਚੰਦ ਨੂੰ ਤੇ ਖਜ਼ਾਨਚੀ ਮਨੀ ਰਾਮ, ਮਤੀ ਰਾਮ ਵਰਗਿਆਂ ਨੂੰ ਸੱਦਿਆ ਪਾਤਸ਼ਾਹ ਨੇ। ਇਹਨਾਂ ਨੂੰ ਸੱਦ ਕਰਕੇ ਕੁਮਕੁਮੇ ਪਿਚਕਾਰੀਆਂ, ਗੁਲਾਲ ਇਹ ਰੰਗ ਪਾਤਸ਼ਾਹ ਨੇ ਫੁੱਲਾਂ ਤੋਂ ਤਿਆਰ ਕਰਵਾਇਆ। ਔਰ ਸਾਰਿਆਂ ਤੋਂ ਪਹਿਲਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਸੰਗਤਾਂ ਉਮੜ ਆਈਆਂ, ਇਕੱਤਰਤਾਈ ਹੋਣ ਲੱਗੀ। ਕੁੱਲ ਕਾਇਨਾਤ ਦਾ ਮਾਲਕ ਸੁੰਦਰ ਫਰਸ਼ ਸਿੰਘਾਂ ਪਾਸੋਂ ਵਿਸ਼ਵਾ ਕਰਕੇ ਆਪ ਸ਼ੋਭਾ ਪਾ ਰਿਹਾ, ਉੱਤੇ ਸਫੇਦ ਚਾਨਣੀ ਤਨੀ ਹੋਈ ਹੈ, ਦੀਵਾਨ ਸੱਜਿਆ ਹੋਇਆ ਹੈ। ਉਸ ਪਾਕ ਦਮਦਮਾ ਸਾਹਿਬ ਤੇ ਦੀਵਾਨ ਸੱਜਿਆ ਹੋਇਆ ਹੈ, ਨੰਦਾਂ ਦੀ ਪੁਰੀ ਦੇ ਅੰਦਰ। ਰਾਗੀਆਂ ਨੇ ਪਹਿਲਾਂ ਸ਼ਬਦ ਪੜ੍ਹਿਆ ਹੈ, ਇਤਿਹਾਸਕਾਰ ਕਹਿੰਦੇ ਨੇ ਬੜੇ ਪ੍ਰੇਮ ਸਹਿਤ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠੇ ਰਾਗੀ ਸ਼ਬਦ ਗਾਉਂਦੇ ਨੇ, ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰਾਗੀ ਸ਼ਬਦ ਗਾਉਂਦੇ ਨੇ। ਗੁਰ ਸੇਵੋ ਕਰ ਨਮਸਕਾਰ, ਆਜ ਹਮਾਰੈ ਮੰਗਲ ਚਾਰ, ਆਜ ਹਮਾਰੈ ਮਹਾ ਆਨੰਦ, ਚਿੰਤ ਲਥੀ ਭੇਟੇ ਗੋਬਿੰਦ, ਆਜ ਹਮਾਰੈ ਗ੍ਰਹਿ ਬਸੰਤ। ਸ਼ਬਦ ਪੜਿਆ ਗਿਆ, ਆਜ ਹਮਾਰੈ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ। ਇਹ ਸ਼ਬਦ ਪੜ ਰਹੇ ਸਨ, ਆਜ ਹਮਾਰੇ ਬਨੇ ਫਾਗ,
ਇਹਦਾ ਅਰਥ ਇੰਗਲਿਸ਼ ਦੇ ਟੀਕਾਕਾਰ ਨੇ ਬੜਾ ਸੁੰਦਰ ਕੀਤਾ, ਕਹਿੰਦਾ ਟੁਡੇ ਆਈ ਐਮ ਸੈਲੀਬ੍ਰੇਟਿੰਗ ਦਾ ਫੈਸਟੀਵਲ ਆਫ ਦਾ ਮੰਥ ਆਫ ਦਾ ਫਗਨ, ਇਹ ਫਗਣ ਦੇ ਮਹੀਨੇ ਦੀ ਹੋਲੀ ਮਨਾਈ ਜਾ ਰਹੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਪ੍ਰਭ ਸੰਗੀ ਮਿਲ ਖੇਲਣ ਲਾਗ, ਜਿਹੜੇ ਸਾਧੂ ਸੰਤ ਨੇ ਨਾ ਉਹਨਾਂ ਦੀ ਹੋਲੀ ਨਿਰਾਲੀ ਹੈ, ਉਹਨਾਂ ਦੀ ਹੋਲੀ ਸੇਵਾ ਸਿਮਰਨ ਹੈ, ਉਹਨਾਂ ਦੀ ਹੋਲੀ ਇਬਾਦਤ ਹੈ, ਬੰਦਗੀ ਕਰਨੀ ਹੈ। ਇਹ ਸ਼ਬਦ ਪੜ੍ਹਿਆ ਜਾ ਰਿਹਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਸਾਧੂਆਂ ਸਤਿਪੁਰਸ਼ਾਂ ਦੀ ਸੇਵਾ ਰੂਪੀ ਹੋਲੀ ਖੇਡੀ ਜਾਂਦੀ ਹੈ ਸਤਸੰਗੀਆਂ ਅੰਦਰ। ਕਹਿ ਰਹੇ ਸ਼ਬਦ ਪੜ੍ਹਿਆ ਗਿਆ, ਹੁਣ ਭਾਰਤ ਵਰਸ਼ ਅੰਦਰ ਰੰਗਾਂ ਦੀ ਹੋਲੀ ਖੇਡੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਜਦੋਂ ਇਹ ਸ਼ਬਦ ਪੜ੍ਹਿਆ ਗਿਆ, ਭਾਈ ਨੰਦ ਲਾਲ ਨੇ ਗਵਾਹੀ ਭਰੀ ਹੈ ਇਸ ਗੱਲ ਦੀ, ਹਰ ਕਿਰਿਆ ਨੂੰ ਸਨਾਤਨ ਮਤ ਨਾਲ ਦੂਸਰੇ ਧਰਮਾਂ ਨਾਲ ਜੋੜ ਦੇਣਾ ਇਹ ਠੀਕ ਨਹੀਂ ਹੁੰਦਾ। ਹੁਣ ਭਾਰਤ ਵਰਸ਼ ਵਿੱਚ ਲੋਕ ਇੱਕ ਦੂਜੇ ਤੇ ਰੰਗ ਪਾਉਂਦੇ ਸਨ, ਨਿਰਾਦਰੀ ਵੀ ਇੱਕ ਦੂਜੇ ਦੀ ਕਰਦੀ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਨਮੁਖ ਸਿੱਖਾਂ ਸੇਵਕਾਂ ਨੇ ਬੇਨਤੀ ਕੀਤੀ ਵੀ ਤੁਹਾਡੇ ਤੇ ਰੰਗ ਪਾਉਣਾ ਆਇਆ ਸੀ, ਫੁੱਲਾਂ ਦੇ ਮਹਿਕ ਦੇ ਰੰਗ ਤੋਂ ਬਾਅਦ ਲਹੂ ਦੇ ਰੰਗ ਤੱਕ ਹੋਲਾ ਜਾਂਦਾ ਹੈ, ਇਸ ਹੋਲੀ ਤੋਂ ਹੋਲਾ ਉੱਥੋਂ ਤੱਕ ਪਹੁੰਚੇਗਾ, ਆਗਾਜ਼ ਇੱਥੋਂ ਹੀ ਹੁੰਦਾ ਹੈ ਫੁੱਲਾਂ ਦੇ ਰੰਗ ਤੋਂ। ਔਰ ਇਹ ਮੈਂ ਨਹੀਂ ਕਹਿੰਦਾ, ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਅਨਨ ਸੇਵਕ ਜਿਹਨੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਦਿਦਾਰੇ ਕੀਤੇ ਨੇ ਲੰਮਾ ਸਮਾਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਭਾਈ ਨੰਦ ਲਾਲ ਕਹਿੰਦੇ ਰੰਗ ਪਾਇਆ ਗਿਆ ਹੈ। ਪਿਆਰਿਆਂ ਸਿੱਖਾਂ ਨੇ ਭਾਈ ਨੰਦ ਲਾਲ ਜੀ ਕਹਿੰਦੇ ਅਸੀਂ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 'ਤੇ ਰੰਗ ਪਾਇਆ ਹੈ, ਫਿਰ ਇੱਕ ਦੂਜੇ ਉੱਤੇ ਰੰਗ ਪਾਉਣ ਲੱਗ ਪਏ ਨੇ, ਬੜਾ ਹੱਲਾ ਗੁੱਲਾ ਉੱਥੇ ਮੱਚਿਆ ਹੈ। ਗੁਰੂ ਸਾਹਿਬ ਜੀ ਸੰਤਾਂ ਮਹਾਂਪੁਰਸ਼ਾਂ ਸਮੇਤ ਇੱਕ ਦੂਜੇ 'ਤੇ ਰੰਗ ਪਾਉਂਦੇ ਨੇ, ਅਤੇ ਕਵੀਸ਼ਰਾਂ ਨੇ ਇਸ ਦ੍ਰਿਸ਼ ਨੂੰ ਵੇਖ ਕੇ ਕਈ ਕਵਿਤ ਉਚਾਰੇ। ਔਰ ਇਹਨਾਂ ਹੀ ਵਿਦਵਾਨ ਪੁਰਸ਼ਾਂ ਦੇ ਵਿੱਚੋਂ ਇੱਕ ਗਜ਼ਲ ਦਾ ਨਮੂਨਾ ਤੁਹਾਡੇ ਸਾਹਮਣੇ ਪੇਸ਼ ਕਰਦਾ, ਜੋ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਸ ਰੰਗ ਨੂੰ ਵੇਖ ਕੇ, ਇਸ ਰੌਣਕ ਨੂੰ ਵੇਖ ਕੇ, ਇਸ ਬਰਸਦੀ ਹੋਈ ਰਹਿਮਤ ਨੂੰ ਵੇਖ ਕੇ, ਗੁਰੂ ਗੋਬਿੰਦ ਸਿੰਘ ਦੇ ਜਾਹੋ ਜਲਾਲ ਨੂੰ ਵੇਖ ਕੇ ਜੋ ਗਜ਼ਲ ਉਚਾਰੀ ਹੈ, ਉਹ ਮਹਾਂਪੁਰਸ਼ ਸਾਫ ਕਹਿੰਦਾ ਗੁਲੇ ਹੋਲੀ, ਗੁਲੇ ਹੋਲੀ ਬਾਬਾ ਗੇ ਦਹਰੇ ਬੂ ਕਰਦ, ਗੁਲੇ ਹੋਲੀ ਬਾਬਾ ਗੇ ਦਹਰੇ ਬੂ ਕਰਦ, ਲਬੇ ਚੂ ਗੁਚਾਰਾ ਫਰਖੰਦਾ ਕੂੰ ਕਰਦ। ਉਹ ਕਹਿੰਦਾ ਐ ਗੁਰੂ ਗੋਬਿੰਦ ਸਿੰਘ, ਤੇਰੇ ਸਾਹਮਣੇ ਤੇਰੇ ਪਿਆਰੇ ਸਿੱਖ ਨੇ ਹੋਲੀ ਦੇ ਮਹਿਕ ਦੇ ਟਹਿਕ ਦੇ ਫੁੱਲਾਂ ਨੇ ਇਸ ਜ਼ਮਾਨੇ ਨੂੰ ਮਹਿਕਾ ਸੁੱਟਿਆ ਹੈ, ਜਦੋਂ ਤੇਰੇ ਹੱਥਾਂ ਚੋਂ ਫੁੱਲਾਂ ਤੋਂ ਬਣਿਆ ਹੋਇਆ ਰੰਗ ਉਛਲਿਆ ਨਾ, ਤੇ ਮਹਾਰਾਜੇ ਜ਼ਮਾਨਾ ਮਹਿਕ ਉੱਠਿਆ, ਤੇ ਜਦੋਂ ਤੇਰੇ ਫੁੱਲਾਂ ਵਰਗੇ ਹੋਠਾਂ ਤੋਂ ਮੁਸਕੁਰਾਹਟ ਉੱਠੀ ਹੈ, ਤੇ ਸਾਰਾ ਜ਼ਮਾਨਾ ਕਹਿੰਦਾ ਰੰਗੀਨ ਹੋ ਗਿਆ। ਜੋ ਅੱਖੀਂ ਵੇਖਿਆ ਭਾਈ ਨੰਦ ਲਾਲ ਉਹ ਲਿਖਦਾ ਹੈ, ਇੱਥੇ ਜਿਹੜਾ ਮਰਜ਼ੀ ਪੂਛਾਂ ਚੁੱਕ ਕੇ ਕਹਿ ਦਿੰਦਾ ਵੀ ਆਹ ਵੀ ਬ੍ਰਾਹਮਣ ਮਤ ਅਤੇ ਆਹ ਵੀ ਸਨਾਤਨ ਮਤ, ਅਤੇ ਮੈਂ ਸੋਚਦਾ ਨਾ ਵੀ ਬਾਹਮਣ ਅੱਖਾਂ ਨਾਲ ਵੇਂਹਦੇ ਤੁਸੀਂ ਵੇਖਣਾ ਛੱਡ ਦਿਓ, ਹੋਰ ਬੰਨੇ ਦੀ ਵੇਖ ਲਿਆ ਕਰੋ, ਬਾਹਮਣ ਕੰਨਾਂ ਨਾਲ ਸੁਣਦੇ ਤੁਸੀਂ ਹੋਰ ਬੰਨੇ ਸੁਣ ਲਿਆ ਕਰੋ।
ਹੁਣ ਬ੍ਰਾਹਮਣਾਂ ਦੇ ਅੰਦਰ ਜੇ ਚਲੇ ਜਾਓ, ਛਤਰੀ ਜੰਗ ਲੜਦੇ ਰਹੇ ਨੇ, ਉਹਨਾਂ ਵੀ ਤਾਂ ਇਹੀ ਤਲਵਾਰ ਵਰਤੀ ਹੈ ਜਿਹੜੀ ਸਾਡੇ ਕੋਲ ਹੈ, ਅਤੇ ਅਸੀਂ ਚਲਾਉਣੀ ਛੱਡ ਦਈਏ ਵੀ ਬ੍ਰਾਹਮਣਾਂ ਨੇ ਵਰਤੀ ਸੀ। ਹਰ ਗੱਲ ਨੂੰ ਸਨਾਤਨ ਮਤ ਨਾਲ ਜੋੜਿਆ, ਸਨਾਤਨ ਫੋਬੀਆ ਹੋ ਗਿਆ ਲੋਕਾਂ ਨੂੰ, ਇਹਨਾਂ ਨੂੰ ਇਹ ਨਹੀਂ ਦੇਖਦਾ ਵੀ ਜਿੰਨਾ ਚਿਰ ਕੋਈ ਜੰਜੂ ਨਾ ਪਾਵੇ ਉਹ ਬ੍ਰਾਹਮਣ ਨਹੀਂ ਬਣਦਾ, ਹਿੰਦੂ ਨਹੀਂ ਬਣਦਾ, ਅਤੇ ਜਿੰਨਾ ਚਿਰ ਕੋਈ ਪੰਜ ਕਕਾਰ ਨਾ ਪਾਵੇ ਉਹ ਸਿੰਘ ਨਹੀਂ ਬਣਦਾ। ਕਿੱਥੇ ਇੱਕ ਧਾਗਾ ਅਤੇ ਕਿੱਥੇ ਪੰਜ ਕਕਾਰ, ਇਹਦਾ ਮਤਲਬ ਇਹ ਵਿਚਾਰ ਤੋਂ ਤਾਂ ਲੋਕ ਅੰਨੇ ਨੇ, ਅੱਖਾਂ ਤੋਂ ਵੀ ਅੰਨੇ ਹੋ ਗਏ ਨੇ। ਉਹ ਅੱਗੇ ਕਹਿੰਦਾ ਗੁਲਾਬੋ ਅੰਬਰੋ, ਗੁਲਾਬੋ ਅੰਬਰੋ ਮਸ਼ਕੋ ਅਬੇਰੀ, ਗੁਲਾਬੋ ਅੰਬਰੋ ਮਸ਼ਕੋ ਅਬੇਰੀ, ਚੂ ਬਾਰਾਂ ਨੇ ਬਾਰਸ਼ ਅਜ਼ਸੂ ਅਸੂ ਕਰਦ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਰੰਗ ਦੇ ਪਾਣੀ ਦੀ ਬੌਛਾਰ ਕੀਤੀ ਗਈ ਹੈ, ਜਿਵੇਂ ਪਾਤਸ਼ਾਹ 'ਤੇ ਪ੍ਰੇਮ ਨਾਲ ਰੰਗ ਪਾਇਆ ਗਿਆ ਹੈ, ਅੰਬਰ ਮੁਸ਼ਕ ਅੰਬੀਰ ਇਹ ਸਭ ਕੁਝ ਮਹਾਰਾਜ ਦੇ ਉੱਤੇ ਗੁਲਾਬ ਆਦਿਕ ਪਿਚਕਾਰੀਆਂ ਵਿੱਚ ਪਾ ਕੇ ਪਾਇਆ ਗਿਆ। ਮਹਾਰਾਜ ਦੇ ਨਾਲ ਗੁਰੂ ਕੇ ਪਿਆਰੇ ਸਿੰਘ ਹੋਲੀ ਖੇਡ ਰਹੇ ਨੇ। ਐ ਗੁਰੂ ਗੋਬਿੰਦ ਸਿੰਘ ਜ਼ਹੇ ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ, ਬੇਰੰਗੀ ਦੁਨੀਆ ਸੀ ਤੇਰੇ ਰੰਗ ਬਰਸਾਉਣ ਤੋਂ ਪਹਿਲਾਂ, ਕਿ ਹਰ ਬੇਰੰਗ ਰਾਹ ਖੁਸ਼ਬੂ ਰੰਗੋ ਕਰਦ। ਜਦੋਂ ਤੇਰੇ ਹੱਥਾਂ 'ਚੋਂ ਪਿਚਕਾਰੀ ਚੱਲੀ ਹੈ, ਜਦੋਂ ਤੇਰੇ ਹੱਥਾਂ 'ਚੋਂ ਹਸਤ ਕਮਲਾਂ ਦੇ ਵਿੱਚੋਂ ਰੰਗ ਦੀ ਬੌਛਾਰ ਹੋਈ ਹੈ, ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੇਸਰ ਭਰੀ ਪਿਚਕਾਰੀ ਜਦੋਂ ਤੂੰ ਚਲਾਈ ਹੈ, ਤੇ ਇਹ ਬੇਰੰਗ ਜੀ ਦੁਨੀਆ ਰੰਗੀਨ ਬਣਾ ਦਿੱਤੀ ਹੈ ਤੂੰ। ਉਹ ਵਡਿਆਈ ਕਰਦਾ ਹੈ ਪਾਤਸ਼ਾਹ ਦੀ, ਉਹ ਜੈ ਜੈਕਾਰ ਕਰਦਾ ਹੈ ਵੀ ਉਸ ਸਮੇਂ ਕੈਸਾ ਜ਼ਾਹੋ ਜ਼ਲਾਲ ਸੀ ਕਲਗੀਧਰ ਪਾਤਸ਼ਾਹ ਨੇ ਉਸ ਜਗ੍ਹਾ ਦੇ ਉੱਤੇ ਵਰਸਾਇਆ ਹੋਇਆ। ਅੱਗੇ ਭਾਈ ਨੰਦ ਲਾਲ ਇਹ ਗੱਲ ਕਹਿੰਦੇ ਨੇ, ਗੁਲਾਲੇ ਅਫਸਾਨੀਏ ਦਸਤੇ ਮੁਬਾਰਕ ਤੇਰੇ ਪਾਕ ਹਸਤ ਕਮਲ ਗੁਰੂ ਗੋਬਿੰਦ ਸਿੰਘ, ਗੁਲਾਲੇ ਅਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ। ਤੇਰੇ ਹੱਥਾਂ ਨੇ ਜਦੋਂ ਰੰਗ ਉਛਾਲਿਆ, ਮੁਬਾਰਕ ਹੱਥ ਲਿਖਿਆ, ਤੇਰੇ ਮੁਬਾਰਕ ਹੱਥਾਂ ਨੇ ਗੁਰੂ ਗੋਬਿੰਦ ਸਿੰਘ ਰੰਗ ਉਛਾਲਿਆ, ਧਰਤੀ ਅਸਮਾਨ ਲਾਲੋ ਲਾਲ ਕਰ ਦਿੱਤਾ ਗਿਆ। ਹਜੇ ਵੀ ਕੋਈ ਆਖੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਲਾ ਨਹੀਂ ਸ਼ੁਰੂ ਕੀਤਾ, ਇਹ ਪਾਕ ਰੰਗ ਨਹੀਂ ਬਖੇਰੇ, ਤੇ ਮਤਲਬ ਸਾਫ਼ ਹੈ ਵੀ ਨਾ ਇਤਿਹਾਸ ਨੂੰ ਮੰਨਦਾ ਹੈ ਤੇ ਨਾ ਭਾਈ ਨੰਦ ਲਾਲ ਵਰਗੇ ਮਹਾਂਪੁਰਸ਼ਾਂ ਨੂੰ ਹੀ ਮੰਨਦਾ ਹੈ। ਉਹ ਕਹਿੰਦਾ ਹੈ ਦੋ ਆਲਮ ਗਸ਼ਤ, ਦੋਵਾਂ ਆਲਮਾਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਨਾ, ਦੋ ਆਲਮ ਗਸ਼ਤ ਰੰਗੀ ਅਜ਼ ਤੁਫੈਲਸ਼, ਦੋ ਆਲਮ ਗਸ਼ਤ ਰੰਗੀ ਅਜ਼ ਤੁਫੈਲਸ਼ ਚੂ ਸ਼ਾਹਮ ਜ਼ਾਮਾ ਰੰਗੀਨ ਦਰਗੁਲੂ ਕਰਦ। ਗੁਰੂ ਗੋਬਿੰਦ ਸਿੰਘ ਨੇ ਭਾਈ ਨੰਦ ਲਾਲ ਕਹਿੰਦੇ ਰੰਗ ਬਖੇਰ ਕੇ ਲੋਕ ਤੇ ਪਰਲੋਕ ਰੰਗੀਨ ਕਰ ਦਿੱਤੇ, ਤੇ ਨਾਲ ਨਾਲ ਮੇਰਾ ਚਿੱਟਾ ਜਾਮਾ ਵੀ ਰੰਗੀਨ ਕਰ ਦਿੱਤਾ। ਤੇ ਗੁਰੂ ਨਾਲ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਾਮਾ ਵੀ ਰੰਗੀਨ ਹੋ ਗਿਆ। ਇਹ ਭਾਈ ਸਾਹਿਬ ਭਾਈ ਨੰਦ ਲਾਲ ਦੀ ਕਲਮ ਦੀ ਬਰਕਤ ਹੈ, ਕਹਿੰਦੇ ਉਸ ਦੀ ਕਿਰਪਾ ਨਾਲ ਜ਼ਮੀਨੋਂ ਆਸਮਾਨ ਰੰਗੀਨ ਹੋ ਗਏ,
ਨਾਲ ਨਾਲ ਸ਼ਾਹਾਂ ਵਰਗਾ ਰੰਗੀਨ ਉਸਦਾ ਜਾਮਾ ਹੋ ਗਿਆ। ਐਸੀ ਹੋਲੀ ਦੀਨ ਦੁਨੀਆ ਦੇ ਮਾਲਕ ਨੇ ਖੇਡੀ ਹੈ। ਉਹ ਕਹਿੰਦਾ ਕਸੇ ਕੁਦੀਦ, ਦੀਦਾਰ ਨੂੰ ਕਹਿੰਦੇ ਨੇ, ਦਰਸ਼ਨ ਨੂੰ ਕਹਿੰਦੇ ਨੇ, ਝਲਕ ਨੂੰ ਕਹਿੰਦੇ ਨੇ। ਕਸੇ ਕੁਦੀਦ ਦੀਦਾਰੇ ਮੁਕੱਦਸ, ਕਸੇ ਕੁਦੀਦ ਦੀਦਾਰੇ ਮੁਕੱਦਸ, ਮੁਰਾਦੇ ਉਮਰ ਰਾ ਹਾਸਲ ਨਿਰੇ ਕਰਦ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਸ ਨੇ ਵੀ ਤੇਰੇ ਉਸ ਦਿਨ ਦੀਦਾਰੇ ਕਰ ਲਏ, ਇਹ ਤੇ ਠੀਕ ਹੈ ਵੀ ਅੱਗੋਂ ਪਿੱਛੋਂ ਵੀ ਦਰਸ਼ਨ ਕਰੋ ਤੇ ਜੀਵਨ ਸਫਲਾ ਹੈ, ਜਿਸ ਨੇ ਵੀ ਤੇਰੇ ਉਸ ਦਿਨ ਰੂਪ ਦੇ ਦੀਦਾਰੇ ਕਰ ਲਏ, ਸਮਝੋ ਉਸਨੇ ਮੁਰਾਦ ਜੋ ਮੰਗ ਲਈ ਉਹੀ ਉਸਦੀ ਝੋਲੀ ਪੈ ਗਈ। ਜੋ ਵੀ ਮੰਗਿਆ ਦੇਣ ਵਾਲਾ ਵੀ ਉਹੀ ਹੈ। ਰੋਜ਼ ਪੜ੍ਹਦੇ ਹੋ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਣਹਾਰ, ਦੇਣ ਵਾਲਾ ਵੀ ਗੁਰੂ ਗੋਬਿੰਦ ਸਿੰਘ ਹੈ। ਤੁਸੀਂ ਕਹਿ ਦਿਓਗੇ ਵੀ ਇੱਥੇ ਤੇ ਰੱਬ ਦੀ ਉਸਤਤ ਹੈ, ਵੀ ਦਾਦਾ ਦਾਤਾ ਦੇਖੋ ਰੱਬ ਹੁੰਦਾ ਹੈ, ਭੁਲੇਖੇ ਵਿੱਚ ਹੈ, ਉਹ ਨਿਰਗੁਣ ਸਰੂਪ ਵਿੱਚ ਹੈ। ਗੁਰੂ ਗੋਬਿੰਦ ਸਿੰਘ ਸਰਗੁਣ ਸਰੂਪ ਵਿੱਚ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਭਾਈ ਨੰਦ ਲਾਲ ਕਹਿੰਦੇ ਜਿਹਨੇ ਵੀ ਦਰਸ਼ਨ ਕੀਤੇ ਉਹਦੇ ਮਨ ਦੀ ਮੁਰਾਦ ਉਸ ਦਿਨ ਪੂਰੀ ਹੋ ਗਈ। ਹਰ ਇੱਕ ਮਨ ਦੀ ਇੱਛਤ ਵਸਤੂ ਉਸਨੂੰ ਹਾਸਲ ਹੋ ਗਈ। ਅਖੀਰਲਾ ਸ਼ੇਰ ਹੈ, ਇਹ ਕਹਿ ਕੇ ਦਾਸ ਸਮਾਪਤੀ ਵੱਲ ਵਧੇ। ਕਹਿੰਦੇ ਮੈਂ ਉਸ ਗੁਰੂ ਗੋਬਿੰਦ ਸਿੰਘ ਵੱਲ ਤੱਕਦਾ ਹਾਂ, ਉਸਦੇ ਜਾਹੋ ਜਲਾਲ ਵੱਲ ਤੱਕਦਾ ਹਾਂ, ਸ਼ਬਦ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ, ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ, ਦਿਲੇ ਗੋਇਆ ਹਮੀਰਾ ਆਰਜ਼ੂ ਕਰਦ, ਮੈਂ ਸੰਗਤ ਦਿਆਂ ਚਰਨਾਂ ਦੀ ਧੂੜੀ ਤੋਂ ਵਾਰੇ ਜਾਵਾਂ, ਮੈਂ ਗੁਰੂ ਗੋਬਿੰਦ ਸਿੰਘ ਦੇ ਪਾਕ ਚਰਨਾਂ ਦੀ ਧੂੜੀ ਤੋਂ ਵਾਰੇ ਜਾਵਾਂ। ਮੇਰੇ ਦਿਲ ਦੀ ਚਾਹਨਾ ਹੈ ਵੀ ਮੈਂ ਸਦੀਵੀ ਜਿੰਨਾ ਚਿਰ ਦੁਨੀਆ 'ਤੇ ਹਾਂ, ਸੰਗਤ ਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜੀ ਤੋਂ ਆਪਾਂ ਕੁਰਬਾਨ ਕਰ ਦੇਵਾਂ ਅਤੇ ਧੂੜੀ ਵਿੱਚ ਹੀ ਮਿਟ ਜਾਵਾਂ, ਅਭੇਦ ਹੋ ਜਾਵਾਂ। ਇਹ ਭਾਈ ਨੰਦ ਲਾਲ ਦੇ ਬੋਲ ਨੇ, ਗੋਇਆ ਲਕਬ ਹੈ ਉਹਨਾਂ ਦਾ। ਖੈਰ ਇਹਦੇ ਬਾਅਦ ਪਾਤਸ਼ਾਹ ਨੇ ਹੁਕਮ ਕੀਤਾ ਹੈ, ਜਦਾ ਜਗ੍ਹਾ ਮੁਕਰਰ ਹੋ ਗਈ, ਇਹ ਮਹੱਲਾ ਹੈ, ਭਾਵ ਕਿ ਜਿੱਥੇ ਹਮਲਾ ਕੀਤਾ ਜਾਣਾ ਹੈ। ਹੋਲਾ ਕਰਨ ਲਈ ਇੱਕ ਧੜਾ ਤਿਆਰ ਕੀਤਾ ਗਿਆ, ਦੂਜਾ ਮਹੱਲ ਦੀ ਹਿਫਾਜ਼ਤ ਕਰੇਗਾ ਜੋ ਕਿਲ੍ਹੇ ਵਿੱਚ ਠਹਿਰਿਆ ਹੋਇਆ ਹੈ। ਇਉਂ ਦੋ ਧੜੇ ਰਲ ਕੇ ਜੰਗਜੂ ਕਿਰਿਆ ਨੂੰ ਅੰਜਾਮ ਦਿੰਦੇ ਸਨ। ਜਿੱਥੇ ਗੱਲ ਗੁਲਾਬ ਦੇ ਫੁੱਲਾਂ ਦੀ ਰੰਗੀਨੀ ਦੀ ਚੱਲਦੀ ਸੀ, ਜਿੱਥੇ ਖੁਸ਼ਬੋਈਆਂ ਬਖੇਰਨ ਵਾਲੇ ਰੰਗ ਤੋਂ ਆਗਾਜ਼ ਹੁੰਦਾ ਸੀ ਹੋਲੇ ਦਾ, ਫਿਰ ਜਦੋਂ ਦੋ ਦਲ ਭਿੜਦੇ ਸਨ, ਜੰਗ ਦੀ ਕਿਰਿਆ ਨੂੰ ਅੰਜਾਮ ਦਿੱਤਾ ਜਾਂਦਾ ਸੀ, ਅਤੇ ਫਿਰ ਪ੍ਰਤੱਖ ਲਾਲ ਰੰਗ ਦਾ ਲਹੂ ਅਸਮਾਨ ਨੂੰ ਲਾਲ ਕਰਦਾ ਸੀ, ਐਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਲੇ ਦਾ ਆਗਾਜ਼ ਕੀਤਾ। ਕਾਰਨ ਸਾਫ਼ ਸੀ, ਭਾਰਤ ਵਰਸ਼ ਦੇ ਲੋਕ ਅਹਿੰਸਾ ਪਰਮੋ ਧਰਮੰਗ ਦਾ ਨਾਰਾ ਪ੍ਰਵਾਨ ਕਰ ਚੁੱਕੇ ਸਨ, ਤਲਵਾਰਾਂ ਛੱਡ ਦਿੱਤੀਆਂ, ਲੜਨਾ ਭੁੱਲ ਗਏ, ਹੋਲੀ ਦੇ ਬਨਾਉਟੀ ਰੰਗਾਂ ਵਿੱਚ ਖੋ ਗਏ, ਅਤੇ ਗੁਰੂ ਗੋਬਿੰਦ ਸਿੰਘ ਦੇ ਲਹੂ ਦੇ ਰੰਗ ਵਿੱਚ ਫਿਰ ਰੰਗ ਦਿੱਤਾ। ਹੋਲੇ ਵਿੱਚ ਹੋਲੀ ਨੂੰ ਅਭੇਦ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਨੇ ਤਲਵਾਰ ਪਕੜਾਈ, ਭਾਰਤ ਵਰਸ਼ ਨੂੰ ਨਿਜ਼ਾਕਤ ਦਵਾਈ, ਮੁਕਤੀ ਦਵਾਈ। ਇਉਂ ਜੰਗਜੂ ਕਿਰਿਆ ਦੇ ਨਾਲ ਖਾਲਸੇ ਨੂੰ ਜੋੜ ਕਰਕੇ ਖਾਨਦਾਨੀ ਤਲਵਾਰੀਏ ਮੁਗਲੀਆ ਸਲਤਨਤ ਦੇ ਲੋਕਾਂ ਦੇ ਸਾਹਮਣੇ ਖਿਲਾਰ ਕੇ ਜੰਗ ਦੇ ਵਿੱਚ ਵਿਜੇਤੇ ਥਾਪ ਦਿੱਤਾ।
ਦੀਨ ਦੁਨੀਆ ਦੇ ਮਾਲਕ ਨੇ ਖਾਲਸੇ ਦੀ ਝੋਲੀ ਜਿੱਤ ਪਵਾਈ ਔਰ ਇਹ ਜਿੰਨੇ ਵੀ ਐਸੇ ਤਿਉਹਾਰ ਸਨ ਸਾਰੇ ਵੀਰ ਰਸੀ ਤਿਉਹਾਰ ਪਾਤਸ਼ਾਹ ਨੇ ਇਹਨਾਂ ਦਾ ਆਗਾਜ਼ ਕੀਤਾ ਔਰ ਡਿੱਗੀ ਹੋਈ ਤਲਵਾਰ ਖਾਲਸੇ ਦੇ ਹੱਥ ਵਿੱਚ ਪਕੜਾ ਕੇ ਮੁਗਲੀਆ ਸਲਤਨਤ ਦੇ ਤਖਤੋ ਤਾਜ ਨੂੰ ਪੁੱਟ ਦਿੱਤਾ ਭਾਰਤ ਵਰਸ਼ ਅੰਦਰੋਂ। ਖੈਰ, ਜਿਸ ਜਗ੍ਹਾ 'ਤੇ ਅੱਜ ਬੈਠੇ ਹੋ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮਾਖੋਵਾਲ ਦੀ ਜਗ੍ਹਾ ਲੈ ਕੇ ਆਨੰਦਾਂ ਦੀ ਪੁਰੀ ਨੂੰ ਵਸਾਇਆ ਹੈ, ਵੇਖੋ ਪਾਤਸ਼ਾਹ ਦਾ ਸੁਭਾਅ ਸੀ, ਕਰਤਾਰਪੁਰ ਵੀ ਵੱਡਿਆਂ ਗੁਰਾਂ ਦਾ ਪਰਿਵਾਰ ਉਹ ਈਰਖਾ ਕਰਦਾ ਸੀ, ਬਾਬੇ ਬਕਾਲੇ ਵੀ ਪਰਿਵਾਰ ਈਰਖਾ ਕਰਦਾ ਸੀ, ਸ਼ਰੀਕ ਈਰਖਾ ਕਰਦੇ ਸਨ। ਮਹਾਰਾਜ ਸਤਲੁਜ ਲੰਘ ਕੇ 5 ਕੋਹ ਦੀ ਦੂਰੀ 'ਤੇ ਕੀਰਤਪੁਰ ਸਾਹਿਬ ਤੋਂ ਜਗ੍ਹਾ ਦੇਖਦੇ ਨੇ, ਰਾਜੇ ਕਹਿਲੂਰ ਦੀ ਇਹ ਜਗ੍ਹਾ ਹੈ ਸਤਲੁਜ ਦੇ ਕੰਢੇ। ਰਾਜੇ ਕਹਿਲੂਰ ਦੀ ਇਹ ਜਗ੍ਹਾ ਸੀ, ਉਸ ਸਮੇਂ ਇਸ ਇਲਾਕੇ ਦਾ ਨਾਮ ਮਾਖੋਵਾਲ ਪ੍ਰਚਲਿਤ ਹੈ। ਮਹਾਰਾਜ ਨੇ ਇੱਥੇ ਡੇਰਾ ਲਾਇਆ ਅਤੇ ਉਹ ਬਾਬਾ ਮੱਖਣ ਸ਼ਾਹ ਲਵਾਣਾ ਵੀ ਨਾਲ ਹੀ ਸੀ ਪਾਤਸ਼ਾਹ ਦੇ, ਇੱਥੋਂ ਹੀ ਵਾਪਸ ਗਿਆ। ਉਹ ਦੀਨ ਦੁਨੀਆ ਦੇ ਮਾਲਕ ਨੇ ਇੱਥੇ ਜਗ੍ਹਾ ਖਰੀਦੀ ਔਰ ਬਕਾਇਦਾ ਉਹਦਾ ਮੁੱਲ ਤਾਰਿਆ, ਬਕਾਇਦਾ ਪਟਾ ਲਿਖਵਾਇਆ ਗਿਆ। ਹੁਣ ਇਸ ਜਗ੍ਹਾ ਨੂੰ ਵਸਾ ਕਰਕੇ ਇੱਥੇ ਬੜੇ ਲੋਕਾਂ ਨੂੰ ਵਸਾਇਆ ਗਿਆ। ਬੜਾ ਸੁੰਦਰ ਜ਼ਿਕਰ ਆਉਂਦਾ, ਮੈਂ ਸੰਖੇਪ ਵਿੱਚ ਹੀ ਸੁਣਾਵਾਂ। ਪੰਚਕੋਸ਼ ਕੀਰਤਪੁਰ ਪਰੇ ਤਹਾਂ ਜਾਏ ਗੁਰ ਡੇਰਾ ਕਰੇ। 5 ਕੋਹ ਦੀ ਦੂਰੀ ਹੈ ਕੀਰਤਪੁਰ ਤੋਂ ਜਿੱਥੇ ਪਾਤਸ਼ਾਹ ਨੇ ਡੇਰਾ ਲਾਇਆ। ਇਹ ਜਗ੍ਹਾ ਮਹਾਰਾਜ ਨੂੰ ਪਸੰਦ ਆਈ, ਰਾਜੇ ਦੀਪ ਚੰਦ ਕਹਿਲੂਰੀ ਨੂੰ ਪੈਸੇ ਦੇ ਕਰਕੇ ਇਹ ਜਗ੍ਹਾ ਮਾਖੋਵਾਲ ਦੀ ਖਰੀਦ ਲਈ ਗਈ। ਇਹਦਾ ਕਾਗਜ਼ ਪੱਤਰ ਲਿਖਵਾ ਲਿਆ ਗਿਆ ਔਰ ਸਾਫ਼ ਲਿਖਿਆ ਹੈ, ਜ਼ਰ ਖਰੀਦ ਕੇ ਪੱਟ ਲਿਖਾਏ, ਜਗ੍ਹਾ ਖਰੀਦ ਕੇ ਪਟਾ ਲਿਖਾਇਆ ਗਿਆ, ਜ਼ਰ ਖਰੀਦ ਕੇ ਪੱਟ ਲਿਖਾਏ, ਲੇ ਸਤਿਗੁਰ ਨਿਜ ਨਿਕਟ ਰਖਾਏ। ਉਹ ਸਾਂਭ ਲਏ ਕਾਗਜ਼, ਪਤਾ ਕੋਈ ਨਹੀਂ ਹੁਕਮਰਾਨ ਕਦੋਂ ਮੁੱਕਰ ਜਾਣ। ਖੈਰ, ਮੁੱਕਰੇ ਵੀ ਸਨ, ਕਲਗੀਧਰ ਨੇ ਕਿਹਾ ਇਹ ਸਾਰੇ ਮੁੱਕਰੇ ਨੇ ਝੂਠੀਆਂ ਕਸਮਾਂ ਖਾ ਕੇ, ਇਹਨਾਂ ਕਾਗਜ਼ਾਂ ਪੱਤਰਾਂ 'ਤੇ ਭਰੋਸਾ ਨਹੀਂ ਕੀਤਾ ਜੋ ਇਹਨਾਂ ਦੇ ਵੱਡਿਆਂ ਦੇ ਬਾਈ ਧਾਰ ਦੇ ਰਾਜਿਆਂ ਹੀ ਲਿਖ ਕੇ ਦਿੱਤੇ ਸਨ। ਸਾਫ਼ ਕਿਹਾ ਮਹਾਰਾਜ ਨੇ, ਦੀਨ ਦੁਨੀਆ ਦੇ ਮਾਲਕ ਕਹਿੰਦੇ ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ ਮਾਇਆ ਤੇਗ ਤੀਰੋ ਕਮਾ ਆਮਦਮ। ਇਹ ਵਾਅਦੇ ਤੋੜਨ ਵਾਲੇ, ਇਹ ਪੈਮਾ ਸ਼ਿਕਨ, ਇਹ ਵਾਅਦੇ ਤੋੜਨ ਵਾਲੇ ਲੋਕ ਨੇ। ਖੈਰ, ਪਟੇ ਲਿਖਵਾਏ ਗਏ ਸਨ, ਇੱਕ ਬੰਨੇ ਸਤਲੁਜ ਹੈ, ਦੂਸਰੇ ਪੱਖਾਂ ਵਿੱਚ ਸੁੰਦਰ ਪਹਾੜ ਨੇ। ਰਮਣੀਕ ਜੀ ਜਗ੍ਹਾ ਵੇਖ ਕੇ, ਆਨੰਦ ਬਖਸ਼ਣ ਵਾਲੀ ਜਗ੍ਹਾ ਵੇਖ ਕੇ, ਮਨ ਨੂੰ ਪ੍ਰਫੁੱਲਤ ਕਰਨ ਵਾਲੀ ਜਗ੍ਹਾ ਵੇਖ ਕੇ ਕਵੀ ਸੰਤੋਖ ਸਿੰਘ ਲਿਖਦੇ ਨੇ, ਹੋਤ ਆਨੰਦ ਪਿਖੇ ਅਬਿਰਹਾਮੂ, ਹੋਤ ਆਨੰਦ ਪਿਖੇ ਅਬਿਰਹਾਮੂ ਜਾਂ ਤੇ ਧਰ ਆਨੰਦਪੁਰ ਨਾਮੂ। ਆਨੰਦਿਤ ਕਰਨ ਵਾਲੀ ਜਗ੍ਹਾ ਹੈ ਅਤੇ ਆਨੰਦਪੁਰ ਨਾਮ ਰੱਖ ਦਿੱਤਾ ਗਿਆ। ਮਹਾਰਾਜ ਨੇ ਆਨੰਦਪੁਰ ਸਾਹਿਬ ਵਸਾਇਆ ਅਤੇ ਇੱਥੇ 5 ਖੂਹ ਲਗਵਾਏ ਸੰਗਤਾਂ ਦੀ ਵਰਤੋਂ ਲਈ। ਔਰ 5 ਖੂਹਾਂ ਦਾ ਜ਼ਿਕਰ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ, ਭੋਰਾ ਸਾਹਿਬ, ਦਮਦਮਾ ਸਾਹਿਬ ਵਿਖੇ, ਚੋਈ ਬਾਜ਼ਾਰ, ਸ਼ਹੀਦੀ ਬਾਗ, ਰਾਗੀ ਬਾਗ, ਇਹ 4 ਖੂਹ ਅਤੇ 5ਵਾਂ ਖੂਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਿੱਥੇ ਅੱਜ ਤੁਸੀਂ ਬੈਠੇ ਹੋ, ਦੀਵਾਨ ਵਿੱਚ ਸੱਜੇ ਹੋ, ਸੱਜੇ ਬੰਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਗਵਾਇਆ ਗਿਆ ਖੂਹ। ਜਦੋਂ ਉਹਨਾਂ ਨੇ ਇਸ ਪਾਕ ਜਗ੍ਹਾ 'ਤੇ ਕਦਮ ਪਾਏ ਅਤੇ ਸਿੱਖਾਂ ਨੇ ਕਦਮ ਬੋਸੀ ਕੀਤੀ, ਕਦਮ ਚੁੰਮੇ,
ਇਸ ਜਗ੍ਹਾ ਤੇ ਸੱਜੇ ਹੱਥੋਂ ਖੂਹ ਹੈ, ਉਸ ਖੂਹ ਦੇ ਸੁਭਾ ਆਪ ਸੰਗਤਾਂ ਦੀਦਾਰੇ ਕਰਿਓ ਔਰ ਕਰਦੇ ਵੀ ਰਹਿੰਦੇ ਹੋ। ਥੱਲੇ ਤੁਹਾਨੂੰ ਉਸੇ ਤਰ੍ਹਾਂ ਪੁਰਾਣੀ ਇੱਟ ਲੱਗੀ ਨਜ਼ਰੀ ਆਵੇਗੀ। ਪੰਜਵਾਂ ਖੂਹ ਇਸ ਜਗ੍ਹਾ ਤੇ ਹੈ ਜਿੱਥੇ ਦਮਦਮੀ ਟਕਸਾਲ ਦੀ ਸੇਵਾ ਚੱਲ ਰਹੀ ਹੈ। ਅਰਦਾਸ ਆਪ ਸਰਬੱਤ ਸੰਗਤ ਨੂੰ ਬੇਨਤੀ ਕਰੇ ਉਸੇ ਤਰ੍ਹਾਂ ਇਸ ਖੂਹ ਦੀ ਪੁਰਾਤਨ ਦਿੱਖ ਬਰਕਰਾਰ ਹੈ, ਛੋਟੀ ਇੱਟ ਦਾ ਬਣਿਆ ਹੋਇਆ ਹੈ, ਜਲ ਵੀ ਬੜਾ ਨਿਰਮਲ ਹੈ, ਸਵੱਛ ਹੈ, ਇਹ ਇਤਿਹਾਸਕ ਖੂਹ ਦੀ ਸੇਵਾ ਸੰਭਾਲ। ਆਉਣ ਵਾਲੇ ਸਮੇਂ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਥੇ ਦੇ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਉਣ ਦੇ ਲਈ ਪ੍ਰੋਗਰਾਮ ਉਲੀਕ ਰਹੇ ਨੇ ਔਰ ਨਾਲ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਥੇ ਕਦਮ ਬੋਸੀ ਸਿੱਖ ਕਰਦੇ ਰਹੇ ਨੇ। ਬੜਾ ਸੁੰਦਰ ਰਮਣੀਕ ਸਥਾਨ ਵੀ ਉਸ ਜਗ੍ਹਾ 'ਤੇ ਨਾਲ ਬਣਾਇਆ ਜਾਣਾ ਹੈ ਔਰ ਸਿੱਖਾਂ ਦਾ ਇਹ ਫਲਸਫਾ ਮਰਿਆਦਾ ਹੀ ਰਹੀ ਹੈ। ਬਾਣੀ ਦਾ ਫੁਰਮਾਨ ਹੈ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰ ਸਿੱਖੀ ਸੋ ਥਨ ਭਾਲੇ ਹਾਲੈ ਧੂੜ ਮੁੱਖ ਲਾਵਾ। ਜਿੱਥੇ ਵੀ ਗੁਰੂ ਕੇਕਿਆਂ ਨੇ ਦੀਨ ਦੁਨੀਆ ਦੇ ਮਾਲਕ ਦਸੋ ਪਾਤਸ਼ਾਹੀਆਂ ਨੇ ਉਸ ਅਗੰਮੀ ਜੋਤ ਨੂੰ ਧਾਰਨ ਵਾਲੇ 10 ਸਰੂਪਾਂ ਨੇ ਕਦਮ ਪਾਏ, ਸਿੱਖਾਂ ਨੇ ਕਦਮ ਚੁੰਮੇ, ਧੂੜੀ ਮੱਥੇ ਨੂੰ ਲਾਈ, ਅਤ ਉੱਚਾ ਤਾਂ ਕਾ ਦਰਬਾਰਾ, ਸੁੰਦਰ ਸੁੰਦਰ ਉੱਥੇ ਅਸਥਾਨ ਬਣਾਏ। ਸਿੱਖਾਂ ਦਾ ਇਹ ਸੁਭਾਅ ਹੀ ਰਿਹਾ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਸੇਵਾਵਾਂ ਨੂੰ ਅਗਾਂਹ ਵਧਾਉਣ ਦੇ ਲਈ ਪ੍ਰੋਗਰਾਮ ਉਲੀਕ ਰਹੇ ਨੇ। ਵੱਧ ਔਰ ਇਸ ਖੂਹ ਦੀ ਪੁਰਾਤਨ ਦਿੱਖ ਵੀ ਉਸੇ ਤਰ੍ਹਾਂ ਹੀ ਬਰਕਰਾਰ ਰੱਖੀ ਜਾਵੇਗੀ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਸੇਵਾਵਾਂ ਆਪ ਦਮਦਮੀ ਟਕਸਾਲ ਪਾਸੋਂ ਮਹਾਂਪੁਰਸ਼ਾਂ ਦੇ ਸੀਸ ਉੱਪਰ ਹੱਥ ਰੱਖ ਕੇ, ਹਸਤ ਕਮਲ ਰੱਖ ਕੇ ਕਰਵਾ ਲੈਣ। ਦਾਸ ਇੱਥੇ ਹੀ ਆਪਣੀ ਵਿਚਾਰ ਨੂੰ ਸੰਕੋਚਦਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਾਨ ਦਿਹਾੜੇ ਹੋਲੇ ਮਹੱਲੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਖੰਡੇ ਕੀ ਪੌਲ ਛਕੀਏ, ਗੁਰੂ ਵਾਲੇ ਬਣੀਏ, ਸਮੂਹ ਜਥੇ ਦੇ ਸਿੰਘਾਂ ਦਾ ਸੰਗਤਾਂ ਦਾ ਧੰਨਵਾਦ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬਾਨ ਵੀ ਇੱਥੇ ਸ਼ਿਰਕਤ ਕਰ ਰਹੇ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹ ਵੀ ਪਹੁੰਚੇ ਹੋਏ ਨੇ, ਗਿਆਨੀ ਹਰਦੀਪ ਸਿੰਘ ਜੀ, ਸਮੂਹ ਜਥੇ ਦੇ ਸਿੰਘ ਵੀ ਇੱਥੇ ਸ਼ੋਭਾ ਪਾ ਰਹੇ ਨੇ। ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਵੀ ਪਹੁੰਚੇ ਹੋਏ ਨੇ ਔਰ ਦਮਦਮੀ ਟਕਸਾਲ ਦੇ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੰਗਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਵਿੱਚ ਅੱਜ ਵੀ ਸੇਵਾ ਨਿਭਾ ਰਹੇ ਨੇ। ਚਾਵਲਾ ਸਾਹਿਬ ਵੀ ਇੱਥੇ ਬੈਠੇ ਨੇ ਜੀ। ਸਮੂਹ ਸੰਗਤਾਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਪ੍ਰੇਮ ਦੇ ਨਾਲ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲਿਆਂ ਦੀ ਰਸਨਾ ਪਾਸੋਂ ਹੋਲੇ ਮਹੱਲੇ ਦੀ ਪਵਿੱਤਰ ਵਿਚਾਰ ਸ਼੍ਰਵਣ ਕਰ ਰਹੇ ਸੀ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸੰਗਤ ਵਿੱਚ ਪਹੁੰਚ ਚੁੱਕੇ ਹਨ। ਆਓ ਉਹਨਾਂ ਦਾ ਪਹੁੰਚਣ 'ਤੇ ਸਤਿਕਾਰ ਕਰੀਏ। ਬੋਲੇ ਸੋਨਿਹਾ, ਉਹਨਾਂ ਦੇ ਨਾਲ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ, ਸਤਿਕਾਰਯੋਗ ਗਿਆਨੀ ਫੂਲਾ ਸਿੰਘ ਜੀ, ਉਹ ਵੀ ਸੰਗਤ ਵਿੱਚ ਹਾਜ਼ਰੀ ਲਵਾ ਰਹੇ ਨੇ।
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਭਾਈ ਅਮਰਜੀਤ ਸਿੰਘ ਜੀ ਚਾਵਲਾ, ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਮਾਂਗੇਆਣਾ, ਉਹਨਾਂ ਦੇ ਨਾਲ ਬਾਬਾ ਕਸ਼ਮੀਰ ਸਿੰਘ ਜੀ ਹਨੂੰਮਾਨਗੜ੍ਹ ਤੋਂ, ਇਸੇ ਤਰ੍ਹਾਂ ਗਿਆਨੀ ਸੁਖਜੀਤ ਸਿੰਘ ਜੀ ਘਨੱਈਆ, ਔਰ ਤਰਨਾ ਦਲ ਮਹਿਤਾ ਚੌਂਕ ਦੇ ਘੋੜਿਆਂ ਦੇ ਜਥੇਦਾਰ ਸਤਿਕਾਰਯੋਗ ਜਥੇਦਾਰ ਬਾਬਾ ਸਾਹਿਬ ਸਿੰਘ ਜੀ, ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ। ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਨੂੰ ਦਾਸ ਬੇਨਤੀ ਕਰੇ ਕਿ ਉਹ 5-7 ਮਿੰਟ ਵਾਸਤੇ ਸੰਗਤ ਦੇ ਦਰਸ਼ਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਸਟੇਜ ਉੱਪਰ ਸੁਸ਼ੋਭਿਤ ਹਨ ਅਤੇ ਪੰਡਾਲ ਵਿੱਚ ਬਿਰਾਜਮਾਨ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਂਪੁਰਖਾਂ ਨੇ ਗੁਰ ਇਤਿਹਾਸ ਦੀ ਕਥਾ ਅਤੇ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਹੁਣਾਂ ਨੇ ਭਾਈ ਨੰਦ ਲਾਲ ਜੀ ਦੀ ਗਜ਼ਲ ਹੋਲੀ ਦੇ ਪ੍ਰਥਾਏ, ਜਿਹੜਾ ਹੋਲੀ ਨੂੰ ਹੋਲਾ ਮਹੱਲਾ ਕੀਤਾ, ਉਹ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਇਆ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇਸ ਸਾਡੀ ਧਰਤੀ ਨੇ ਬਹੁਤ ਵੱਡੇ ਵੱਡੇ ਮਹਾਂਪੁਰਖ ਸੂਰਬੀਰ ਯੋਧੇ ਮਹਾਂਬਲੀ ਪੈਦਾ ਕੀਤੇ, ਲੇਕਿਨ ਇੱਕ ਸਮਾਂ ਆਇਆ ਕਿ ਇਸ ਧਰਤੀ ਉੱਪਰ ਮਹਾਤਮਾ ਬੁੱਧ ਵਰਗੇ ਕੁਛ ਇਸ ਤਰ੍ਹਾਂ ਦੇ ਅਵਤਾਰ ਆਏ ਜਿਨ੍ਹਾਂ ਨੇ ਅਹਿੰਸੋ ਪਰਮ ਧਰਮਾਂ ਦਾ ਉਪਦੇਸ਼ ਦਿੱਤਾ, ਜਿਹਦੇ ਤੋਂ ਪ੍ਰਭਾਵਿਤ ਹੋ ਕੇ ਇਸ ਭਾਰਤ ਦੇ ਅੰਦਰ ਸ਼ਾਸਤਰਾਂ ਦਾ ਬਹੁਤ ਵੱਡਾ ਵਿਰੋਧ ਹੋਇਆ ਕਿ ਸ਼ਾਸਤਰ ਜਿਹੜੇ ਹਨ ਇਹ ਦੁਨੀਆਂ ਦੇ ਅੰਦਰ ਅਤਿਆਚਾਰ ਕਰਦੇ ਆ, ਦੁਨੀਆਂ ਦੇ ਅੰਦਰ ਖੂਨ ਖਰਾਬੇ ਕਰਦੇ ਆ। ਤਾਂ ਉਸ ਮੌਕੇ ਭਾਰਤ ਦੀ ਸਭ ਤੋਂ ਪ੍ਰਸਿੱਧ ਜਿਹੜੀ ਧਰਤੀ ਸੀ, ਉਸ ਪ੍ਰਸਿੱਧ ਜਿੱਥੋਂ ਭਾਰਤ ਦੇ ਅੰਦਰ ਪ੍ਰਚਾਰ ਅਤੇ ਪ੍ਰਸਾਰ ਹੁੰਦਾ ਸੀ, ਉਹਨੂੰ ਅੱਜ ਜਿਹਨੂੰ ਅਸੀਂ ਪਟਨਾ ਸਾਹਿਬ ਕਹਿੰਦੇ, ਉਸ ਜ਼ਮਾਨੇ 'ਚ ਇਹਦਾ ਨਾਮ ਪਾਟਲੀਪੁੱਤਰ ਹੈ। ਪਾਟਲੀਪੁੱਤਰ ਦੇ ਉੱਪਰ ਮਹਾਰਾਜਾ ਅਸ਼ੋਕ ਦਾ ਰਾਜ ਹੈ ਅਤੇ ਅਸ਼ੋਕ ਨੇ ਆਪਣੀ ਤਲਵਾਰ ਜਿਹੜੀ ਸੀ ਉਹ ਗੰਗਾ ਦੇ ਕੰਢੇ 'ਤੇ ਸੁੱਟ ਦਿੱਤੀ ਕਿ ਅੱਜ ਤੋਂ ਬਾਅਦ ਮੈਂ ਤਲਵਾਰ ਨਹੀਂ ਚੱਕਾਂਗਾ, ਮੈਂ ਜੰਗ ਨਹੀਂ ਕਰਾਂਗਾ। ਇਹ ਗੱਲ ਦਾ ਸਾਧ ਸੰਗਤ ਜੀ ਧਿਆਨ ਰੱਖਣਾ, ਜਿਹੜੇ ਅਵਤਾਰੀ ਪੁਰਸ਼ ਹੁੰਦੇ ਹਨ ਉਹਨਾਂ ਦਾ ਹਰ ਕਰਮ ਕੋਈ ਨਾ ਕੋਈ ਮਹੱਤਵਪੂਰਨ ਸਿਧਾਂਤ ਅਤੇ ਮਹੱਤਵਪੂਰਨ ਸੰਦੇਸ਼ ਦਿੰਦਾ ਹੁੰਦਾ। ਉਹਨਾਂ ਦਾ ਹਰ ਬੋਲਿਆ ਲਫ਼ਜ਼, ਹਰ ਚੁੱਕਿਆ ਹੋਇਆ ਕਦਮ ਕੋਈ ਨਾ ਕੋਈ ਮਹੱਤਵ ਜ਼ਰੂਰ ਰੱਖਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਦਾ ਮਤਲਬ ਸੀ ਕਿ ਜਿਸ ਪਾਟਲੀਪੁੱਤਰ ਦੀ ਧਰਤੀ 'ਤੇ ਮਹਾਰਾਜ ਅਸ਼ੋਕ ਨੇ ਆਪਣੀ ਤਲਵਾਰ ਸੁੱਟੀ ਸੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਪਟਨਾ ਸਾਹਿਬ ਵਿੱਚ ਅਵਤਾਰ ਧਾਰਨ ਕਰਕੇ ਉਹ ਤਲਵਾਰ ਚੱਕੀ ਸੀ।
ਔਰ ਉਹ ਤਲਵਾਰ ਚੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਦੁਨੀਆ ਨੂੰ ਸਿੱਖੀ ਦਾ ਫਿਲੋਸਫੀ ਦਿੱਤੀ, ਸਿੱਖੀ ਦੀ ਵਿਚਾਰਧਾਰਾ ਦਿੱਤੀ ਔਰ ਇਸ ਖਾਲਸੇ ਪੰਥ ਨੂੰ ਮੂਰਤੀਮਾਨ ਕੀਤਾ, ਉਹਦੀ ਪਰਿਭਾਸ਼ਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੀ ਬਾਣੀ ਵਿੱਚ ਲਿਖੀ ਹੈ ਕਿ ਖਾਲਸਾ ਕੌਣ ਹੈ। ਅਤੇ ਮਹਾਰਾਜ ਦੇ ਬਚਨ ਆਉਂਦੇ ਆ, ਦੇਹ ਸੇਵਾ ਬਰ ਮੋਹੇ ਇਹ ਹੈ, ਸ਼ੁਭ ਕਰਮਣ ਤੇ ਕਬ ਹੂੰ ਨਾ ਟਰੂੰ, ਨਾ ਟਰੂੰ ਅਰਸੋ ਜਬ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਔਰ ਨਿਸ਼ਚੈ ਕਰ ਆਪਣੀ ਜੀਤ ਕਰੂੰ, ਅਰ ਸਿੱਖ ਆਪਣੇ ਹੀ ਮਨ ਕੋ ਸਿੱਖ ਹੋ ਆਪਣੇ ਹੀ ਮਨ ਕੋ ਹਰ ਗੁਣ ਤੋ ਉਚਰੋ, ਜਬ ਆਪ ਕੀ ਇਹ ਲਾ ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀ ਰਨ ਮੇ ਤਬ ਜੂਝ ਮਰੋ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਿਧਾਂਤ ਦਿੱਤਾ। ਸਭ ਤੋਂ ਪਹਿਲੀ ਜਿਹੜੀ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਸ਼ਬਦ ਵਰਤਿਆ ਕਿ ਸ਼ੁਭ ਕਰਮਣ, ਕਿ ਦੁਨੀਆਂ ਦੀ ਹਰ ਚੀਜ਼, ਦੁਨੀਆਂ ਦਾ ਹਰ ਧਰਮ, ਦੁਨੀਆਂ ਦੀ ਹਰ ਜਿਹੜੀ ਅਧਿਆਤਮਕ ਸ਼ਕਤੀ ਹੈ ਉਹ ਕਰਮ ਦੇ ਨਾਲ ਸ਼ੁਰੂ ਹੁੰਦੀ ਹੈ। ਕਰਮ ਤੋਂ ਅੱਗੇ ਹੀ ਅਧਿਆਤਮਕ ਜਗਤ ਦੀ ਪ੍ਰਾਰੰਭਤਾ ਹੁੰਦੀ ਹੈ। ਜਿਵੇਂ ਅੱਗ ਜਿਹੜੀ ਆ ਉਹ ਪੱਥਰ ਦੇ ਵਿੱਚ ਹੁੰਦੀ ਹੈ, ਲੇਕਿਨ ਉਸ ਅੱਗ ਨੂੰ ਪ੍ਰਗਟ ਕਰਨ ਦੇ ਲਈ ਉਹਨੂੰ ਉੱਪਰ ਪੱਥਰ ਰਗੜਨਾ ਪੈਂਦਾ ਹੈ। ਉੱਪਰ ਦੀ ਰਗੜ ਜ਼ਰੂਰੀ ਹੈ, ਜੇ ਉੱਪਰੋਂ ਰਗੜ ਨਾ ਚੱਲੀ ਉਹਨੂੰ ਵੱਜੇ ਤਾਂ ਪੱਥਰ ਦੇ ਵਿੱਚੋਂ ਕਦੇ ਵੀ ਅੱਗ ਪ੍ਰਗਟ ਨਹੀਂ ਹੁੰਦੀ। ਬੰਦੇ ਦੇ ਅੰਦਰ ਜਿਹੜਾ ਗਿਆਨ ਹੈ, ਜਿਹੜੀ ਗੱਲ ਅੱਜ ਲੋਕ ਕਰਦੇ ਆ ਬੜਾ ਜੀ, ਗਿਆਨ ਹੀ ਸਾਡਾ ਗੁਰੂ ਹੈ, ਅਤੇ ਗਿਆਨ ਬੰਦੇ ਦੇ ਅੰਦਰ ਆ, ਬਾਹਰ ਦੀ ਕੋਈ ਗੱਲ ਨਹੀਂ ਹੈ। ਠੀਕ ਹੈ, ਗਿਆਨ ਬੰਦੇ ਦੇ ਅੰਦਰ ਹੈ, ਲੇਕਿਨ ਗਿਆਨ ਉਹ ਜਿਹੜਾ ਬੰਦੇ ਦੇ ਅੰਦਰ ਆ ਉਹ ਪੱਥਰ ਦੀ ਅੱਗ ਵਰਗਾ ਹੈ। ਜਿੰਨਾ ਚਿਰ ਅੰਦਰ ਦੇ ਗਿਆਨ ਨੂੰ ਕਰਮ ਦੀ ਰਗੜ ਨਹੀਂ ਵੱਜਦੀ, ਉਹਨਾਂ ਚਿਰ ਉਹ ਗਿਆਨ ਕਦੇ ਵੀ ਪ੍ਰਗਟ ਨਹੀਂ ਹੁੰਦਾ। ਜਿਨ੍ਹਾਂ ਦੇ ਅੰਦਰ ਗਿਆਨ ਪ੍ਰਗਟ ਹੋਇਆ ਉਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਹੋਇਆ, ਉਹਨਾਂ ਦੇ ਅੰਦਰੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਆਉਂਦੇ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਿਹਦੇ ਅੰਦਰ ਸ਼ੁਭ ਕਰਮ ਨਹੀਂ ਆਏ ਉਹ ਬੰਦਾ ਕਦੇ ਭਗਤੀ ਕਰ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਕਰਮ ਦਿੱਤਾ ਕਿ ਸ਼ੁਭ ਕਰਮ ਕਰਨਾ ਹੈ। ਦੂਸਰਾ ਜਿਹੜਾ ਦਿੱਤਾ ਹੋ ਗੁਣ ਤੋ ਉਚਰੋ, ਦੂਸਰਾ ਜਿਹੜੀ ਫਿਲੋਸਫੀ ਦਿੱਤੀ, ਪਹਿਲਾਂ ਕਰਮ ਕਰ, ਦੂਸਰਾ ਉਸ ਪਰਮੇਸ਼ਰ ਪਰਮਾਤਮਾ ਦੇ ਫਿਰ ਗੁਣ ਗਾ। ਫਿਰ ਮਹਾਰਾਜ ਜੀ ਨੇ ਪਹਿਲਾਂ ਕਰਮ, ਜਿਹਦੇ 'ਚ ਸੇਵਾ, ਜਿਹਦੇ ਅੰਦਰ ਜਦੋਂ ਅਸੀਂ ਖਾਲਸੇ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਸੀ ਹਰਿਮੰਦਰ ਸਾਹਿਬ 'ਤੇ ਫੌਜਾਂ ਨੇ ਕਬਜ਼ਾ ਕਰ ਲਿਆ, ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਤਾਂ ਉਹਨਾਂ ਨੇ ਉਸ ਮੌਕੇ ਆਪਣਾ ਖੰਡਾ ਖਿੱਚਿਆ, ਸ਼ੁਭ ਕਰਮ ਦੇ ਵਿੱਚ ਪ੍ਰਵੇਸ਼ ਹੋ ਗਏ। ਸਿੱਖ ਪ੍ਰਸ਼ਾਦਾ ਛਕ ਰਹੇ ਹੈ, ਸ਼ਾਮ ਨੂੰ ਕਿਤੇ ਪਤਾ ਨਹੀਂ ਵਿਚਾਰਿਆਂ ਨੇ ਕਿਵੇਂ ਜੰਗਲਾਂ ਬੀਆ ਬਾਨਾਂ 'ਚ ਬੈਠੇ ਆ, ਪ੍ਰਸ਼ਾਦਾ ਵਰਤ ਚੁੱਕੇ ਹੈ, ਹੱਥਾਂ 'ਤੇ ਰੋਟੀਆਂ ਪਈਆਂ। ਕਿਸੇ ਨੇ ਆ ਕੇ ਖਬਰ ਦਿੱਤੀ, ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਕਿਸੇ ਨੇ ਆ ਕੇ ਖਬਰ ਦਿੱਤੀ, ਕਹਿਣ ਲੱਗੇ ਜਥੇਦਾਰ ਜੀ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦਿੱਲੀ ਆਗਰੇ ਤੋਂ ਲਟਕੀਆਂ ਨੂੰ ਬੰਨ ਕੇ ਗਜਨੀ ਦੇ ਬਾਜ਼ਾਰਾਂ 'ਚ ਵੇਚਣ ਵਾਸਤੇ ਲਿਜਾ ਰਿਹਾ, ਉਹਨੇ ਫਲਾਨੇ ਥਾਂ 'ਤੇ ਆਪਣਾ ਪੜਾਅ ਕਰ ਲਿਆ, ਫਲਾਨੇ ਥਾਂ 'ਤੇ ਉਹ ਰੁੱਕ ਗਿਆ, ਰਾਤ ਉੱਥੇ ਕੱਟੇਗਾ, ਮੌਕਾ ਜੇ ਆਪਾਂ ਇੱਥੋਂ ਚੱਲੀਏ
ਤੇ ਆਪਾਂ ਤੜਕੇ ਦੇ 12 ਰਾਤ ਦੇ 12-1 ਵਜੇ ਤੱਕ ਉੱਥੇ ਪਹੁੰਚ ਜਾਵਾਂਗੇ, ਹਮਲਾ ਕਰਕੇ ਅਸੀਂ ਉਹ ਲੜਕੀਆਂ ਛਡਾ ਸਕਦੇ ਹਾਂ। ਤਾਂ ਉਸੇ ਮੌਕੇ ਜੱਸਾ ਸਿੰਘ ਆਲੂਵਾਲੀਏ ਨਵਾਬ ਕਪੂਰ ਸਿੰਘ ਜੀ ਹੁਣਾਂ ਨੇ ਹੱਥਾਂ 'ਤੇ ਪਈਆਂ ਰੋਟੀਆਂ ਉਹ ਖਾਧੀਆਂ ਨਹੀਂ, ਉਸੇ ਮੌਕੇ ਕਹਿਤਾ ਸਿੰਘੋ ਪ੍ਰਸ਼ਾਦਾ 'ਤੇ ਫੇਰ ਛਕ ਲਾਂਗੇ, ਆਹ ਸ਼ੁੱਭ ਕੰਮ ਸਾਡੇ ਹੱਥ ਲੱਗ ਗਿਆ ਹੈ, ਜੇ ਮੌਕਾ ਲੰਘ ਗਿਆ ਤਾਂ ਇਹ ਸ਼ੁੱਭ ਕੰਮ ਕਰਨ ਤੋਂ ਅਸੀਂ ਖੁੰਝ ਜਾਵਾਂਗੇ। ਖਾਲਸੇ ਦਾ ਸਭ ਤੋਂ ਵੱਡਾ ਕਰਮ ਹੈ ਸਭ ਤੋਂ ਪਹਿਲਾਂ ਕਿ ਉਹ ਸ਼ੁੱਭ ਕਰਮ ਕਰੇ, ਦੂਸਰਾ ਜਿਹੜਾ ਕਰਮ ਹੈ ਨਿਸ਼ਚੈ ਕਰ ਆਪਣੀ ਜੀਤ ਕਰੂੰ, ਇਹ ਅਟਲ ਵਿਸ਼ਵਾਸ ਇਹ ਭਰੋਸਾ ਚੜ੍ਹਦੀ ਕਲਾ ਦੇ ਵਿੱਚ ਖਾਲਸੇ ਦਾ ਰਹਿਣਾ ਇਹ ਦੂਸਰਾ ਕਰਮ ਹੈ। ਤੀਸਰਾ ਕਰਮ ਹੈ ਖਾਲਸੇ ਦਾ ਕਿ ਉਹ ਪਰਮੇਸ਼ਰ ਪਰਮਾਤਮਾ ਦੇ ਗੁਣ ਗਾਵੇ, ਅਤੇ ਚੌਥਾ ਖਾਲਸੇ ਦਾ ਕਰਮ ਹੈ ਜਬ ਆਵ ਕੀ ਔਧ ਨਿਧਾਨ ਬਣੇ ਅਤਿ ਹੀ ਰਣਮੇਂ ਤਬ ਜੂਝ ਮਰੋ। ਜੇ ਕਿਤੇ ਇਸ ਤਰ੍ਹਾਂ ਦਾ ਮੌਕਾ ਬਣ ਜਾਵੇ, ਕਿਤੇ ਇਸ ਤਰ੍ਹਾਂ ਦੀ ਪ੍ਰੋਬਲਮ ਖੜੀ ਹੋ ਜਾਵੇ ਕਿ ਧਰਮ ਨੂੰ ਅਣਖ ਨੂੰ ਆਪਣੇ ਇਸ਼ਟ ਦੀ ਕਿਤੇ ਬੇਅਦਬੀ ਹੁੰਦੀ ਸੁਣੇ, ਤਾਂ ਉਸ ਮੌਕੇ ਆਪਣੀ ਜਿਹੜੀ ਹੈ ਉਹ ਸਰੀਰ ਦਾ ਬਲੀਦਾਨ ਵੀ ਦੇ ਕੇ ਆਪਣੇ ਧਰਮ ਨੂੰ ਆਪਣੇ ਜਿਹੜਾ ਸੀ ਆਪਣੇ ਇਸ਼ਟ ਨੂੰ ਆਪਣੀ ਜਿਹੜੀ ਮਨੁੱਖਤਾ ਨੂੰ ਉਹਨੂੰ ਬਰਕਰਾਰ ਰੱਖੇ। ਇਹ ਖਾਲਸੇ ਦਾ ਆਦਰਸ਼ ਜਿਹੜਾ ਸੀ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ, ਔਰ ਐਸਾ ਆਦਰਸ਼ ਦੁਨੀਆਂ ਦੇ ਕਿਸੇ ਧਰਮ ਕੋਲੇ ਨਹੀਂ ਹੈ। ਇਹ ਖਿਆਲ ਰੱਖਣਾ, ਜਿਹੜੇ ਦੁਨੀਆਂ ਦੇ ਧਰਮ ਸ਼ਾਂਤੀ ਪ੍ਰਸਤ ਧਰਮ ਹੈ ਉਹ ਸ਼ਾਂਤੀ ਪ੍ਰਸਤ ਧਰਮ ਹੈ, ਜਿਹੜੇ ਦੁਨੀਆਂ ਦੇ ਧਰਮ ਤਲਵਾਰ ਚੱਕਣ ਵਾਲੇ ਧਰਮ ਤਲਵਾਰ ਹੀ ਚੱਕਦੇ ਹੈ। ਲੇਕਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਸੰਤ ਸਿਪਾਹੀ ਦਾ ਸੁਮੇਲ ਕੀਤਾ, ਸ਼ੁੱਭ ਕਰਮ ਦਿੱਤੇ, ਚੜ੍ਹਦੀ ਕਲਾ ਦਿੱਤੀ, ਨਾਮ ਸਿਮਰਨ ਦਿੱਤਾ, ਔਰ ਅੰਤ ਨੂੰ ਆਪਣੀ ਅਣਖ ਧਰਮ ਅਤੇ ਔਰ ਆਪਣੀ ਇੱਜ਼ਤ ਦੇ ਲਈ ਮਰਨ ਦਾ ਗੁਣ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮਹਾਨ ਦੇਣ ਹੈ ਸਾਨੂੰ, ਅਸੀਂ ਉਹਨਾਂ ਦੇ ਇਸ ਮਹਾਨ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੋਇਆ ਦਿਹਾੜਾ ਉੱਤੇ ਇਕੱਤਰ ਹੋਏ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹ ਸ਼ੁੱਭ ਗੁਣ ਸਾਡੇ ਹਿਰਦੇ 'ਚ ਵਸਣ, ਤਾਂ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁੱਖ ਜਿਹੜਾ ਸੀ, ਜਦੋਂ ਇਹ ਸਰੀਰ ਛੱਡ ਕੇ ਗੁਰੂ ਕਲਗੀਧਰ ਦੇ ਦਰਬਾਰ ਵਿੱਚ ਜਾਈਏ ਤਾਂ ਉਜਲਾ ਮੁੱਖ ਲੈ ਕੇ ਜਾ ਸਕੀਏ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਸਭ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਦਾ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਅਰਦਾਸ ਬੇਨਤੀ ਕਰੇ ਬੁੱਢਾ ਦਲ ਦੇ ਮਹਾਨ ਵਿਦਵਾਨ ਗਿਆਨੀ ਸੁਖਜੀਤ ਸਿੰਘ ਜੀ ਕਨਈਆ ਜੀ, ਉਹ ਸੰਗਤ ਦੇ 5-7 ਮਿੰਟ ਵਾਸਤੇ ਦਰਸ਼ਨ ਕਰਨਗੇ। ਸਾਰੇ ਹੀ ਬੁਲਾਰਿਆਂ ਨੂੰ ਬੇਨਤੀ ਹੈ ਕਿ ਅਜੇ ਸਿੰਘ ਸਾਹਿਬ ਜੀ ਨੇ ਵੀ ਗੁਰਮਤਿ ਵਿਚਾਰਾਂ ਦੁਆਰਾ ਸਾਂਝ ਪਾਉਣੀ ਹੈ, ਸਮੇਂ ਦਾ ਖਿਆਲ ਰੱਖਿਆ ਜਾਵੇ। ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ ਗਿਆਨੀ ਸੁਖਜੀਤ ਸਿੰਘ ਜੀ ਕਨਈਆ। ਰਾਜਾਨ ਰਾਜ ਸਤਿਗੁਰੂ, ਪਾਨਾਨ ਭਾਨ ਸਤਿਗੁਰੂ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ ਆਪਣੇ ਮਨ ਨੂੰ ਨਾਮ ਦਾ ਰੰਗ ਚਾੜ ਰਹੇ ਹੋ, ਆਓ ਸਭ ਤੋਂ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰੀਏ। ਕਹਿਣ ਤੋਂ ਮੁਰਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਫਤਿਹ ਦਾ ਨਾਰਾ ਬੁਲੰਦ ਕਰੀਏ। ਔਰ ਮੇਰੀ ਬੇਨਤੀ ਹੈ ਕਿ ਜਦੋਂ ਸਤਿਗੁਰੂ ਨੂੰ ਫਤਿਹ ਬੁਲਾਈਏ, ਸਾਡੇ ਮਨ ਦੇ ਅੰਦਰ ਇਤਨੀ ਕੁ ਭਾਵਨਾ, ਇਤਨਾ ਕੁ ਪ੍ਰੇਮ ਹੋਵੇ ਕਿ ਸੱਚਮੁੱਚ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੌਜੂਦਗੀ ਮਹਿਸੂਸ ਹੋਵੇ।
ਮੈਂ ਸ਼ਬਦ ਵਰਤੇ ਮੌਜੂਦਗੀ ਮਹਿਸੂਸ ਹੋਵੇ, ਅਸੀਂ ਮਹਿਸੂਸ ਕਰੀਏ ਕਿ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਰਤੀ ਰੂਪੀ ਪਿਚਕਾਰੀਆਂ ਦੇ ਵਿੱਚ ਨਾਮ ਦਾ ਰੰਗ ਭਰ ਕੇ ਸੰਗਤਾਂ ਦੇ ਉੱਤੇ ਛਿੜਕਾ ਕਰ ਰਹੇ ਨੇ। ਇੱਕ ਅੰਗਰੇਜ਼ੀ ਵਿਦਵਾਨ ਦੇ ਬੋਲ ਨੇ ਕਿ ਗੋਡ ਇਜ਼ ਲਾਈਕ ਅ ਆਕਸੀਜਨ, ਵੀ ਕਾਂਟ ਸੀ ਇਟ ਬਟ ਵੀ ਕੈਨ ਫੀਲ ਇਟ। ਅਸੀਂ ਕਲਗੀਧਰ ਪਾਤਸ਼ਾਹ ਨੂੰ ਭਾਵੇਂ ਨਹੀਂ ਵੇਖ ਸਕਦੇ, ਪਰ ਭਾਵਨਾ ਦੀਆਂ ਅੱਖਾਂ ਨਾਲ ਮਹਿਸੂਸ ਜ਼ਰੂਰ ਕਰ ਸਕਦੇ ਹਾਂ। ਬੜੇ ਪ੍ਰੇਮ ਸਹਿਤ ਭਾਵਨਾ ਦੇ ਨਾਲ ਸਾਹਿਬਾਂ ਨੂੰ ਸੀਸ ਨਵਾਓ ਔਰ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵੀ ਦੇਵ ਲੋਕਨ ਕੀ ਸਿੱਧਨ ਮੈਂ ਪ੍ਰਸਿੱਧ ਹੋਲੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ। ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਗੁਰੂ ਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਆਪ ਸਭ ਸੰਗਤਾਂ ਸੱਜ ਬੈਠੇ ਹੋ। ਮੈਂ ਬੇਨਤੀ ਕਰਾਂ ਖਾਲਸਾ ਜੀ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੇ ਬੋਲ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਪਾਂ ਨਮਸਕਾਰ ਕਰਨ ਆਏ ਹਾਂ, ਅਤੇ ਭਾਈ ਸਾਹਿਬ ਸ਼ਬਦ ਵਰਤਦੇ ਨੇ ਗੁਰੂ ਕਿਉਂ ਸਿੱਖੋ, ਕਿਤੇ ਰੂਹ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਫੇਰਾ ਪਾਇਓ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਲੋਤੇ ਹੋਏ ਮੰਗਤੇ ਵੀ ਪਾਤਸ਼ਾਹੀਆਂ ਪਏ ਵੰਡਦੇ ਨੇ, ਕਿਉਂਕਿ ਖਾਲਸਾ ਜੀ ਇੱਥੇ ਕਲਗੀਧਰ ਪਾਤਸ਼ਾਹ ਨੇ ਨਾਮ ਦੇ ਰੰਗ ਦਾ ਛਿੜਕਾਅ ਕੀਤਾ। ਮੈਂ ਬੇਨਤੀ ਕਰਾਂ ਸੰਸਾਰ ਦੇ ਉੱਤੇ ਕੁਝ ਦਿਨਾਂ ਬਾਅਦ ਫਿੱਕੇ ਪੈ ਜਾਣ ਵਾਲੇ ਰੰਗਾਂ ਦਾ ਛਿੜਕਾਅ ਕੀਤਾ ਜਾਂਦਾ ਸੀ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਰੰਗਾਂ ਨੂੰ ਇੱਕ ਪਾਸੇ ਰੱਖ ਕੇ ਨਿਰੰਕਾਰ ਦੇ ਨਾਮ ਦੇ ਰੰਗ ਦਾ ਛਿੜਕਾਅ ਕਰ ਦਿੱਤਾ। ਅਤੇ ਮੈਂ ਬੇਨਤੀ ਕਰਾਂ ਸਾਡੀ ਅਨੰਦਪੁਰ ਸਾਹਿਬ ਦੀ ਯਾਤਰਾ ਸਫਲ ਹੋਵੇ। ਮੈਂ ਇੱਕ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਬਚਨ ਸਾਂਝਾ ਕਰਕੇ ਖਿਮਾ ਦਾ ਜਾਚਕ ਹੋਵਾਂ। ਵੇਖੋ, ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਾਂ ਸਾਰਿਆਂ ਨੇ ਵਿਸ਼ਰਾਮ ਲਈ ਜਾਣਾ ਅਤੇ ਅੰਤ ਅੰਮ੍ਰਿਤ ਵੇਲੇ ਸਾਰਿਆਂ ਦੀ ਜਾਗ ਖੁੱਲ੍ਹੇਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਿਆਂ ਦੀ ਜਾਗ ਖੋਲ੍ਹਣ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰੂ ਕਿਆ ਸਿੱਖਾ, ਜਦੋਂ ਤੇਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੱਲ੍ਹ ਨੂੰ ਅੰਮ੍ਰਿਤ ਵੇਲੇ ਜਾਗ ਖੁੱਲ੍ਹੇ, ਇੱਕ ਬਚਨ ਆਪਣੇ ਮਨ ਦੀ ਡਾਇਰੀ ਵਿੱਚ ਨੋਟ ਕਰ ਲੈ ਕਿ ਬੰਦਨਾ ਬੰਦਨ ਨਿਤ ਪ੍ਰਭ ਕਹੋ, ਚਰਨ ਕਵਲ ਪ੍ਰਭ ਬੰਦਨਾ। ਸਰਬਲੋਕ ਗ੍ਰੰਥ ਸਾਹਿਬ ਦਾ ਮੁੱਖ ਵਾਕ ਹੈ। ਸਤਿਗੁਰੂ ਕਹਿੰਦੇ, ਅੰਮ੍ਰਿਤ ਵੇਲੇ ਉੱਠੇ ਅਤੇ ਜਦੋਂ ਤੇਰੇ ਨੇਤਰ ਖੁੱਲ੍ਹਣ, ਨੇਤਰ ਖੁੱਲ੍ਹਦੇ ਸਰ ਤੇਰੀ ਰਸਨਾ ਦੇ ਉੱਤੇ ਵਾਹਿਗੁਰੂ ਗੁਰਮੰਤਰ ਦਾ ਨਾਮ ਆ ਜਾਵੇ, ਵਾਹਿਗੁਰੂ ਗੁਰਮੰਤਰ ਦੀ ਧੁਨੀ ਆ ਜਾਵੇ। ਔਰ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਜਦੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਨ ਜਾਵੇਂ ਅਤੇ ਸੰਸਾਰ ਦੀਆਂ ਮੰਗਾਂ ਇੱਕ ਪਾਸੇ ਰੱਖ ਕੇ ਇੱਕ ਮੰਗ ਮੰਗੀ, ਆਰਾਧਨਾ ਆਰਾਧਨ ਹਰ ਜਸ, ਇਹ ਦਾਨ ਗੁਰੂ 'ਤੇ ਮੰਗਣਾ, ਗੁਰੂ ਕੋਲੋਂ ਦਾਨ ਮੰਗੀ ਕਿ ਮੇਰੀ ਇਹ ਗੂੰਗੀ ਜ਼ਬਾਨ ਕਲਗੀਧਰ ਸਵਾਮੀ ਜੀ ਤੁਹਾਡੇ ਗੁਣ ਗਾ ਸਕੇ। ਮੇਰੀ ਇਸ ਗੂੰਗੀ ਜ਼ਬਾਨ ਵਿੱਚ ਸਮਰੱਥਾ ਨਹੀਂ ਕਿ ਇਹ ਆਪ ਜੀ ਦੇ ਗੁਣ ਗਾ ਸਕੇ, ਆਪ ਜੀ ਕਿਰਪਾ ਕਰੋ ਮੈਂ ਆਪ ਜੀ ਦੇ ਗੁਣਾਂ ਦਾ ਗਾਇਣ ਕਰ ਸਕਾਂ, ਇਹ ਸਾਡੀ ਮੰਗ ਹੋਵੇ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਹੋਲੇ ਮਹੱਲੇ ਦੀ ਸਿੱਖਿਆ ਦਿੱਤੀ, ਸਤਿਗੁਰੂ ਨੇ ਤੀਸਰਾ ਬਚਨ ਕੀਤਾ ਕਿ ਗੁਰੂ ਕਿਉਂ ਸਿੱਖੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਸਿੱਖੋ, ਜਦੋਂ ਸਤਿਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੋ ਅਤੇ ਫਿਰ ਇੱਕ ਕੰਮ ਕਰਿਓ, ਰੰਗਣਾ ਰੰਗਣ ਇਸ ਮਨ ਕਹੋ, ਨਾਮ ਹਰੀ ਕਹਿ ਰੰਗਣਾ, ਇਹ ਮਨ ਦੀਆਂ ਕੰਧਾਂ ਨੂੰ ਕਿਤੇ ਪਰਮਾਤਮਾ ਦੇ ਨਾਮ ਦਾ ਰੰਗ ਚਾੜ ਕੇ ਹੋਲੇ ਮਹੱਲੇ ਵਾਲੇ ਦਿਨ ਜਿੱਥੇ ਹਮਲਾ ਕਰਨਾ, ਬਾਹਰੀ ਹਮਲਾ ਕਰਨਾ ਆਪਾਂ ਸਾਰੇ ਜਾਣਦੇ ਹਾਂ
ਕਿ ਮਹੱਲੇ ਵਾਲੇ ਦਿਨ ਹਮਲਾ ਕੀਤਾ ਜਾਂਦਾ। ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚਾੜ ਕੇ ਕਿਤੇ ਇਸ ਮਨ ਦੇ ਵਿੱਚ ਪੰਜੇ ਵਿਸ਼ੇ ਵਕਾਰਾਂ ਉੱਤੇ ਹਮਲਾ ਕਰ ਲੈ। ਰੰਗਣਾ ਰੰਗਣ ਇਸ ਮਨ ਕਹੋ, ਨਾਮ ਹਰੀ ਕਹਿ ਰੰਗਣਾ। ਸਤਿਗੁਰੂ ਜੀ, ਸਾਡੀ ਜ਼ੁਬਾਨ ਤੁਹਾਡੇ ਗੁਣ ਕਦੋਂ ਗਾ ਸਕੇਗੀ? ਮਨ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਕਦੋਂ ਚਾੜਿਆ ਜਾਵੇਗਾ? ਸਤਿਗੁਰੂ ਨੇ ਅਖੀਰਲਾ ਬਚਨ ਕੀਤਾ, ਸੇਵਨਾ ਸੇਵਨ ਪਦ ਕੰਜਨ ਸਭ ਤੇ ਉੱਤਮ ਚੰਗਣਾ, ਸਭ ਤੋਂ ਉੱਚਾ ਸਭ ਤੋਂ ਸੁੱਚਾ ਕਾਰਜ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਿਆ ਕਰ। ਜੇ ਇਹ ਚਾਰ ਕਾਰਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰੇਗਾ ਤਾਂ ਹੀ ਹੋਲੇ ਮਹੱਲੇ ਵਾਲੇ ਦਿਨ ਨਿਰੰਕਾਰ ਦੇ ਨਾਮ ਦਾ ਰੰਗ ਤੇਰੀ ਜਿੰਦਣੀ ਨੂੰ ਚੜ੍ਹੇਗਾ। ਮੈਂ ਅਕਸਰ ਬੇਨਤੀ ਕਰਦਾ, ਸੰਸਾਰ ਦੀਆਂ ਮੰਜ਼ਲਾਂ ਸੰਸਾਰ ਦੇ ਸਫ਼ਰ ਆਪਾਂ ਸਾਰੇ ਤੈਅ ਕਰਦੇ ਹਾਂ, ਯਤਨ ਕਰੀਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਹਾਂ, ਇੱਥੇ ਨਾਮ ਦਾ ਆਨੰਦ ਵਰਤਦਾ ਹੈ। ਤਖ਼ਤ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਬੈਠ ਕੇ ਆਨੰਦ ਸਾਹਿਬ ਦੀ ਬਾਣੀ ਦਾ ਵੱਧ ਤੋਂ ਵੱਧ ਜਾਪ ਕਰੀਏ ਕਿ ਕਿਤੇ ਨਿਰੰਕਾਰ ਦੀ ਮੰਜ਼ਲ ਵੱਲ ਆਪਣੀ ਜ਼ਿੰਦਗੀ ਨੂੰ ਤੋਰੀਏ ਔਰ ਸਾਡੇ ਅੰਦਰ ਵੀ ਉਹ ਨਾਮ ਦਾ ਆਨੰਦ ਵਰਤ ਜਾਵੇ। ਸੋ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਸਟੇਜ 'ਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਔਰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰਜੀਤ ਸਿੰਘ ਜੀ ਚਾਵਲਾ, ਗਿਆਨੀ ਹਰਦੀਪ ਸਿੰਘ ਜੀ, ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਸਭ ਮਹਾਂਪੁਰਖਾਂ ਕੋਲੋਂ ਦੋਨੋਂ ਹੱਥ ਜੋੜ ਕੇ ਮੈਂ ਖਿਮਾ ਦਾ ਜਾਚਕ ਹੁੰਦਾ ਔਰ ਮੈਂ ਇੱਕ ਆਪਣਾ ਅਨੁਭਵ ਸਾਂਝਾ ਕਰਾਂ। ਜੋ ਬੀਤੇ ਸਾਲ ਮੈਨੂੰ ਇੱਕ ਅਨੁਭਵ ਹੋਇਆ ਕਿ ਵੇਖੋ, ਚਰਨ ਗੰਗਾ ਸਟੇਡੀਅਮ ਦੇ ਵਿੱਚ ਫੌਜਾਂ ਵੱਲੋਂ ਮਹੱਲਾ ਕੱਢਿਆ ਜਾਂਦਾ ਘੋੜਿਆਂ 'ਤੇ ਸਵਾਰ ਹੋ ਕੇ ਹੱਥ ਵਿੱਚ ਬਰਛੇ ਪਕੜ ਕੇ। ਖਾਲਸਾ ਜੀ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਸਾਨੂੰ ਬਾਹਰਲੇ ਮਹੱਲੇ ਕੱਢਣ ਦੀ ਜਾਚ ਸਿਖਾਈ ਹੈ, ਕੰਦਰਲਾ ਮਹੱਲਾ ਕੱਢਣਾ ਵੀ ਸਿਖਾਇਆ। ਸਤਿਗੁਰੂ ਕਹਿੰਦੇ ਨਿਹੰਗ ਸਿੰਘ ਜਿਵੇਂ ਘੋੜੇ 'ਤੇ ਸਵਾਰ ਹੋ ਕੇ ਹੱਥ ਵਿੱਚ ਬਰਛੇ ਪਕੜ ਕੇ ਕਿੱਲੇ ਪੁੱਟਦੇ ਨੇ, ਗੁਰੂ ਕਿਹਾ ਸਿੱਖਾ ਤੂੰ ਗਿਆਨ ਰੂਪੀ ਘੋੜੇ 'ਤੇ ਸਵਾਰ ਹੋ। ਕਹਿੰਦੇ ਗਿਆਨ ਗੁਰੂ ਹੈ। ਸਤਿਗੁਰੂ ਕਹਿੰਦੇ ਗੁਰ 'ਤੇ ਗਿਆਨ ਪਾਇਆ ਅਤਿ ਖੜਗ ਕਰਾਰਾ। ਗਿਆਨ ਮਿਲਣਾ ਹੈ ਗੁਰੂ ਕੋਲੋਂ, ਤੂੰ ਗਿਆਨ ਰੂਪੀ ਘੋੜੇ 'ਤੇ ਸਵਾਰ ਹੋ, ਗੁਰਬਾਣੀ ਰੂਪੀ ਬਰਸ਼ੀ ਦੇ ਨਾਲ ਕਿਤੇ ਮਨ ਦੇ ਵਿੱਚੋਂ ਈਰਖਾ ਦੁਐਸ਼ ਦੇ ਕਿੱਲੇ ਪੁੱਟ ਕੇ ਕਲਗੀਧਰ ਪਾਤਸ਼ਾਹ ਨੂੰ ਤੂੰ ਸਮਰਪਿਤ ਹੋ ਜਾ। ਸਤਿਗੁਰੂ ਕਿਰਪਾ ਕਰਨ, ਸਾਡੀ ਅਨੰਦਪੁਰ ਸਾਹਿਬ ਦੀ ਯਾਤਰਾ ਸਫਲ ਹੋ ਜਾਵੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਆਓ ਸਤਿਗੁਰੂ ਨੂੰ ਨਮਸਕਾਰ ਕਰੀਏ, ਇੱਕ ਚੜ੍ਹਦੀ ਕਲਾ ਦਾ ਜੈਕਾਰਾ ਗਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਾਰਿਆਂ ਨੇ ਏਕੇ ਵਾਰ ਕਹਿਣ 'ਤੇ ਨਾਰਾ ਬੁਲੰਦ ਕਰਨਾ, ਗੱਜ ਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਮਹਾਨ ਜਥੇਬੰਦੀ, ਬੁੱਢੇ ਦਲ ਦੇ ਮਹਾਨ ਵਿਦਵਾਨ ਪ੍ਰਚਾਰਕ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨਈਆ ਜੀ, ਉਹਨਾਂ ਦਾ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ, ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਦਾ ਆਨੰਦ ਮਾਣਿਆ। ਔਰ ਸੰਤ ਵੀ ਐਸੇ ਜਿਨ੍ਹਾਂ ਬਾਰੇ ਬਾਣੀ ਕਹਿੰਦੀ ਹੈ, ਸੰਤ ਕਾ ਸੰਗ ਵਡਭਾਗੀ ਪਾਈਐ। ਐਸੇ ਮਹਾਂਪੁਰਖ ਜਿਨ੍ਹਾਂ ਦੀਆਂ ਤਸਵੀਰਾਂ ਦੀਆਂ ਅੱਜ ਕੱਲ੍ਹ ਟੀ ਸ਼ਰਟਾਂ ਵਿਕ ਰਹੀਆਂ ਨੇ, ਤਸਵੀਰਾਂ ਵਿਕ ਰਹੀਆਂ ਨੇ, ਅਤੇ ਨੌਜਵਾਨ ਆਪਣੇ ਸਰੀਰ 'ਤੇ ਪਹਿਨ ਕੇ ਫਖਰ ਮਹਿਸੂਸ ਕਰਦੇ ਹਨ, ਐਸੇ ਮਹਾਂਪੁਰਖਾਂ ਦਾ ਸੰਗ ਮਾਣਿਆ ਹੈ। ਸੋ ਦਾਸ ਬੇਨਤੀ ਕਰੇ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ SGPC
ਉਹ ਸੰਗਤ ਦੇ ਨਾਲ ਗੁਰਮਤ ਵਿਚਾਰ ਦੁਆਰਾ ਸਾਂਝ ਪਾਉਣ ਜੀ। ਸਿੱਖ ਪੰਥ ਦੀ ਮਹਾਨ ਇਤਿਹਾਸਕ ਜਥੇਬੰਦੀ ਦਮਦਮੀ ਟਕਸਾਲ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਾਰੀਆਂ ਸੰਗਤਾਂ ਇਸ ਮਹਾਨ ਧਰਤੀ 'ਤੇ ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਰੋਸਾਈ ਧਰਤੀ, ਉਸ 'ਤੇ ਆ ਕੇ ਬਹੁਤ ਹੀ ਇਤਿਹਾਸਕ ਪਾਵਨ ਦਿਹਾੜੇ ਹੋਲੇ ਮਹੱਲੇ ਦੇ ਮੌਕੇ 'ਤੇ ਹਾਜ਼ਰੀਆਂ ਭਰ ਰਹੀਆਂ, ਬਹੁਤ ਮਹਾਨ ਦਿਹਾੜਾ ਅਤੇ ਆਪ ਸੰਗਤਾਂ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਜਿੱਥੇ ਬਹੁਤ ਹੀ ਸਨਮਾਨਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪਾਸੋਂ ਇਤਿਹਾਸਕ ਕਥਾ ਜੋ ਸਰਵਣ ਕੀਤੀ ਅਤੇ ਉਸ ਤੋਂ ਉਪਰੰਤ ਜੋ ਪੰਥ ਦੇ ਮਹਾਨ ਵਿਦਵਾਨ ਪ੍ਰਚਾਰਕ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ, ਮੈਂ ਸਮਝਦਾ ਕਿ ਇਹ ਜੋ ਆਪਾਂ ਇਤਿਹਾਸਕ ਦਿਹਾੜਿਆਂ 'ਤੇ ਇਕੱਤਰ ਹੁੰਦੇ ਹਾਂ, ਇਹਨਾਂ ਉੱਤੇ ਸਾਡੇ ਆਉਣ ਦਾ ਕੋਈ ਨਾ ਕੋਈ ਮਨੋਰਥ ਹੋਣਾ ਚਾਹੀਦਾ, ਕਿਉਂਕਿ ਅੱਜ ਆਪਾਂ ਜਿਸ ਧਰਤੀ 'ਤੇ ਇਕੱਤਰ ਹੋਏ ਹਾਂ ਗੁਰੂ ਪਿਆਰੀ ਸਾਧ ਸੰਗਤ, ਇਹ ਕੋਈ ਸਧਾਰਨ ਧਰਤੀ ਨਹੀਂ ਹੈ, ਇਹ ਆਮ ਸ਼ਹਿਰਾਂ ਵਰਗਾ ਸ਼ਹਿਰ ਨਹੀਂ ਹੈ, ਆਮ ਨਗਰਾਂ ਵਰਗਾ ਨਗਰ ਨਹੀਂ ਹੈ, ਇਹ ਬਹੁਤ ਵੱਡੀ ਧਰਤੀ ਹੈ। ਸਭ ਤੋਂ ਪਹਿਲੀ ਗੱਲ ਕਿ ਇਹ ਉਹ ਧਰਤੀ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭਵਿੱਖ ਦੇ ਕਿਸੇ ਵੱਡੇ ਮਿਸ਼ਨ ਵਾਸਤੇ ਆਪ ਆ ਕੇ ਇਸ ਧਰਤੀ ਨੂੰ ਚੁਣਿਆ ਅਤੇ ਇਸ ਨੂੰ ਮੁੱਲ ਖਰੀਦ ਕੇ ਇਸ ਧਰਤੀ ਦੇ ਉੱਤੇ ਜੋ ਨਗਰ ਵਸਾਇਆ। ਫਿਰ ਉਸ ਤੋਂ ਬਾਅਦ ਇਹ ਉਹ ਧਰਤੀ ਹੈ ਜਿਸ ਧਰਤੀ ਤੋਂ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਦੇਸ਼ ਦੇ ਮੁੱਖ ਧਰਮ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ, ਬਹੁਤ ਵੱਡਾ ਸਾਕਾ ਇਸ ਦੁਨੀਆਂ ਦੇ ਵਿੱਚ ਕੀਤਾ। ਇਹ ਉਹ ਧਰਤੀ ਹੈ ਜਿਸ ਧਰਤੀ 'ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਇਸ ਧਰਤੀ ਇਸ ਸ਼ਹਿਰ ਅੰਦਰ ਰਿਹਾ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਮਹਿਲ, ਉਹਨਾਂ ਦੇ ਸਾਹਿਬਜ਼ਾਦੇ, ਤਿੰਨ ਸਾਹਿਬਜ਼ਾਦਿਆਂ ਦਾ ਜਨਮ ਇਸ ਧਰਤੀ 'ਤੇ ਹੋਇਆ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਦੀ ਧਰਤੀ 'ਤੇ ਹੋਇਆ, ਅਤੇ ਇਹ ਉਹ ਸ਼ਹਿਰ ਹੈ ਅੱਜ ਜਿੱਥੇ ਅੱਜ ਸਾਡੇ ਬੱਚੇ ਦੁਕਾਨਾਂ ਤੋਂ ਖਿਡੌਣੇ ਖਰੀਦਦੇ ਫਿਰਦੇ ਹੈ, ਸਾਡੇ ਲੋਕ ਬੱਚਿਆਂ ਨੂੰ ਇੱਥੋਂ ਦੇ ਬਾਜ਼ਾਰ ਵਿਖਾਉਂਦੇ ਫਿਰਦੇ, ਇਹਨਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਉਹ ਛੋਟੇ ਛੋਟੇ ਉਹ ਲਾਲ
ਖੇਡਦੇ ਫਿਰਦੇ ਰਹੇ, ਜਿਨ੍ਹਾਂ ਨੇ ਇਤਿਹਾਸ ਵਿੱਚ ਉਹ ਪੈੜਾਂ ਪਾਈਆਂ ਜਿਸ ਦਾ ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਿਆ। ਗੁਰੂ ਪਿਆਰੀ ਸਾਧ ਸੰਗਤ, ਇਹ ਉਹ ਧਰਤੀ ਹੈ ਜਿਸ ਧਰਤੀ 'ਤੇ ਸਤਿਗੁਰਾਂ ਨੇ ਬਹੁਤ ਵੱਡਾ ਫੈਸਲਾ ਲੈ ਕੇ ਖਾਲਸੇ ਨੂੰ ਪ੍ਰਗਟ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਹ ਮਹਾਨ ਧਰਤੀ ਹੈ ਜਿਸ ਧਰਤੀ 'ਤੇ ਸਤਿਗੁਰਾਂ ਨੇ ਇਸ ਦਿਨ ਦੇ ਉੱਤੇ ਇਸ ਪਾਵਨ ਪਵਿੱਤਰ ਵੱਡੇ ਮਹਾਨ ਇੱਕ ਸਿੱਖ ਕੌਮ ਦੇ ਕੌਮੀ ਤਿਉਹਾਰ ਦੀ ਜੋ ਆਰੰਭਤਾ ਕੀਤੀ, ਕਿਉਂਕਿ ਜੋ ਜ਼ੁਲਮ ਜਬਰ ਉਸ ਵੇਲੇ ਧਰਤੀ 'ਤੇ ਹੋ ਰਿਹਾ ਸੀ ਦੇਸ਼ ਅੰਦਰ, ਉਸ ਦਾ ਮੁਕਾਬਲਾ ਫਿਰ ਕਿਵੇਂ ਕਰਨਾ ਹੈ। ਖਾਲਸੇ ਨੂੰ ਸਾਜ ਕੇ ਉਸ ਨੂੰ ਸ਼ਸਤਰਾਂ ਦੀ ਵਿੱਦਿਆ, ਯੁੱਧ ਅਭਿਆਸ, ਇੰਨੀ ਵੱਡੀ ਤਿਆਰੀ ਕਰਾਈ ਕਿ ਉਸ ਤਿਆਰੀ ਦੀ ਬਦੌਲਤ ਇੰਨੀ ਵੱਡੀ ਲੜਾਈ ਜਦੋਂ ਇਸ ਨਗਰੀ ਨੂੰ ਅਖੀਰ 'ਤੇ ਆ ਕੇ ਛੱਡਣਾ ਪਿਆ, ਕਿਲ੍ਹਾ ਆਨੰਦਗੜ੍ਹ ਸਾਹਿਬ, ਕੇਸਗੜ੍ਹ ਸਾਹਿਬ, ਸਮੁੱਚੇ ਸਾਰੇ ਨਗਰ ਨੂੰ ਛੱਡਿਆ, ਅਤੇ ਉਸ ਤੋਂ ਬਾਅਦ ਜੋ ਲੜਾਈ, ਜੋ ਜੰਗ, ਜੋ ਸੰਘਰਸ਼ ਹੋਇਆ, ਆਪ ਸਾਰੀਆਂ ਸੰਗਤਾਂ ਇਤਿਹਾਸ ਤੋਂ ਜਾਣੂ ਹੈ ਕਿ ਕਿੱਡੀ ਵੱਡੀ ਲੜਾਈ ਲੜਨੀ ਪਈ ਅਤੇ ਸਤਿਗੁਰਾਂ ਨੇ ਕਿੱਡੀ ਵੱਡੀ ਮਾਤ, ਕਿੱਡੀ ਵੱਡੀ ਹਾਰ ਉਸ ਵੇਲੇ ਦੀ ਸਭ ਤੋਂ ਤਾਕਤਵਰ ਹਕੂਮਤ ਨੂੰ ਦਿੱਤੀ। ਅੱਜ ਆਪਾਂ ਉਸ ਧਰਤੀ 'ਤੇ ਜੁੜੇ ਬੈਠੇ ਹਾਂ, ਆਪ ਸੰਗਤਾਂ ਇੱਥੇ ਇਕੱਤਰ ਹੋਈਆਂ। ਮੈਂ ਸਮਝਦਾ ਕਿ ਇੱਥੇ ਆਉਣਾ ਇਹ ਬੜੇ ਵੱਡੇ ਭਾਗਾਂ ਦੀ ਗੱਲ ਹੁੰਦੀ ਆ। ਅੱਜ ਬਹੁਤ ਖਲਕਤ ਹੈ ਜਿਹੜੀ ਅੱਜ ਵੀ ਘਰਾਂ 'ਚ ਬੈਠੀ ਆ, ਨਹੀਂ ਇੱਥੇ ਪਹੁੰਚੀ, ਨਾ ਪਹੁੰਚ ਸਕੀ ਹੈ। ਤੁਹਾਡੇ ਬੜੇ ਵੱਡੇ ਭਾਗ ਹੈ। ਇਸ ਧਰਤੀ 'ਤੇ ਇਸ ਸ਼ਹਿਰ ਵਿੱਚ ਵੜਨ ਤੋਂ ਪਹਿਲਾਂ ਅਸੀਂ ਕਈ ਵਾਰ ਬੜਾ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਘਰਾਂ ਤੋਂ ਤੁਰਦੇ ਹਾਂ ਕਿ ਅਸੀਂ ਅਨੰਦਪੁਰ ਸਾਹਿਬ ਜਾਣਾ ਹੈ, ਲੇਕਿਨ ਆਉਂਦਿਆਂ ਆਉਂਦਿਆਂ ਇਹ ਜਿਹੜੀ ਸਾਡੀ ਧਾਰਮਿਕ ਯਾਤਰਾ ਹੁੰਦੀ ਹੈ ਉਸ ਨੂੰ ਅਸੀਂ ਕਈ ਵਾਰ ਇੱਥੇ ਆ ਕੇ ਜਦੋਂ ਰੰਗ ਤਮਾਸ਼ੇ ਵੇਖਦੇ ਹਾਂ, ਦੁਨੀਆ ਦੀ ਭੀੜ ਵੇਖਦੇ ਹਾਂ, ਬੜਾ ਇਕੱਠ ਵੇਖਦੇ ਹਾਂ, ਉਦੋਂ ਫਿਰ ਸਾਨੂੰ ਕਈ ਵਾਰ ਭੁੱਲ ਜਾਂਦਾ ਕਿ ਅਸੀਂ ਇਸ ਧਰਤੀ 'ਤੇ ਆ ਕੇ ਕੁਛ ਲੈ ਕੇ ਵੀ ਜਾਣਾ। ਬੜੇ ਲੰਗਰ ਲੱਗੇ ਆ, ਬੜੀਆਂ ਜਥੇਬੰਦੀਆਂ, ਸਭਾ ਸੁਸਾਇਟੀਆਂ ਬਹੁਤ ਸੇਵਾ ਕਰ ਰਹੀਆਂ, ਲੇਕਿਨ ਉਹ ਪ੍ਰਸ਼ਾਦੇ, ਲੰਗਰ, ਸੇਵਾ ਸਭ ਧੰਨ ਹੈ ਜਿਹੜੇ ਕਰ ਰਹੇ ਹੈ, ਲੇਕਿਨ ਗੁਰੂ ਪਿਆਰੀ ਸਾਧ ਸੰਗਤ ਇੱਥੇ ਆ ਕੇ ਆਪਾਂ ਕੇਵਲ ਇੰਨਾ ਕੁ ਨਹੀਂ ਲੈ ਕੇ ਜਾਣਾ ਕਿ ਦਰਸ਼ਨ ਦਾਰੇ ਕੀਤੇ ਅਤੇ ਵਾਪਸ ਮੁੜ ਗਏ। ਇੱਥੋਂ ਕੋਈ ਨਾ ਕੋਈ ਗੁਰੂ ਦੀ ਮੱਤ, ਗੁਰੂ ਦੀ ਸਮੱਤ ਆਪਣੀ ਝੋਲੀ ਵਿੱਚ ਪਾ ਕੇ ਜਾਣੀ ਹੈ, ਤਾਂ ਸਾਡਾ ਇਸ ਸਥਾਨ 'ਤੇ, ਇਸ ਧਰਤੀ 'ਤੇ, ਇਸ ਸ਼ਹਿਰ 'ਚ ਆਉਣਾ ਸਾਡਾ ਸਫਲ ਹੋ ਸਕਦਾ। ਮੈਂ ਇਸ ਗੱਲ ਦੇ ਲਈ ਮੈਂ ਬੜਾ ਮਾਣ ਕਰਦਾ ਕਿ ਅੱਜ ਆਪਾਂ ਜਿਸ ਅਸਥਾਨ 'ਤੇ ਜੁੜੇ ਬੈਠੇ ਹਾਂ, ਦਮਦਮੀ ਟਕਸਾਲ ਸਿੱਖ ਪੰਥ ਦੀ ਸਭ ਤੋਂ ਸਰਮੌਰ ਜਥੇਬੰਦੀ ਹੈ, ਅਤੇ ਇਸ ਜਥੇਬੰਦੀ ਨੇ ਹਮੇਸ਼ਾ ਹੀ ਜਦੋਂ ਵੀ ਕਿਤੇ ਖਾਲਸਾ ਪੰਥ 'ਤੇ ਭੀੜ ਬਣੀ, ਉਸ ਵੇਲੇ ਹਮੇਸ਼ਾ ਅੱਗੇ ਹੋ ਕੇ ਸਾਰੀ ਲੜਾਈ ਆਪ ਲੜੀ ਹੈ, ਅਤੇ ਹਮੇਸ਼ਾ ਹੀ ਖਾਲਸਾ ਪੰਥ ਨੂੰ ਹਰ ਔਕੜ ਦੀ ਸਥਿਤੀ ਵਿੱਚੋਂ ਕੱਢਿਆ, ਅਤੇ ਵਿਸ਼ੇਸ਼ ਕਰਕੇ ਜਦੋਂ ਦੀ ਜ਼ਿੰਮੇਵਾਰੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਂਭੀ ਹੈ, ਇਹ ਕੋਈ ਸਧਾਰਨ ਗੱਲਾਂ ਨਹੀਂ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨਾਂ ਵਿੱਚ ਕੀ ਕੁਛ ਪੰਥ ਵਿੱਚ ਵਾਪਰਿਆ ਅਤੇ ਕਿਸ ਤਰ੍ਹਾਂ ਦੇ ਮਾਹੌਲ ਵਿੱਚੋਂ ਅੱਜ ਸਿੱਖ ਸੰਗਤਾਂ ਨੂੰ ਲੰਘਣਾ ਪਿਆ। ਪਰ ਮੈਂ ਬਹੁਤ ਮਾਣ ਕਰਦਾ ਕਿ ਬੜੇ ਔਖੇ ਸਮੇਂ ਦੇ ਵਿੱਚ
ਜਿਸ ਢੰਗ ਦੇ ਨਾਲ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਨੇ ਖਾਲਸਾ ਪੰਥ ਨੂੰ ਅਗਵਾਈ ਦਿੱਤੀ, ਜਿਸ ਢੰਗ ਦੇ ਨਾਲ ਸਾਰੇ ਮਾਹੌਲ ਨੂੰ ਉਹਨਾਂ ਨੇ ਸਾਂਭਣ ਦਾ ਯਤਨ ਕੀਤਾ, ਇੱਕ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਸੀ। ਸੋ ਅੱਜ ਵੀ ਇਹ ਸੰਸਥਾ ਜਿੱਥੇ ਆਪਣੀ ਜ਼ਿੰਮੇਵਾਰੀ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਖੇਤਰ ਵਿੱਚ ਨਿਭਾ ਰਹੀ ਹੈ, ਉੱਥੇ ਜੋ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ, ਅੱਜ ਸਾਡੇ ਮਾਣਯੋਗ ਸਿੰਘ ਸਾਹਿਬਾਨ ਬਹੁਤ ਹੀ ਸਨਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਅੱਜ ਸਾਡੇ ਦਰਮਿਆਨ ਸਭਾਏ ਮਾਣ ਹੈ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਇਹ ਬੜੇ ਔਖੇ ਸਮੇਂ ਦੇ ਵਿੱਚ ਅੱਜ ਆਪਾਂ ਸਾਰੇ ਇਹਨਾਂ ਦੀ ਅਗਵਾਈ ਵਿੱਚ ਖਾਲਸਾ ਪੰਥ ਨੂੰ ਆਪਣੇ ਨਿਸ਼ਾਨੇ ਵੱਲ ਲੈ ਕੇ ਜਾ ਰਹੇ ਹਾਂ। ਲੇਕਿਨ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਅੱਜ ਕਈ ਤਰ੍ਹਾਂ ਦੇ ਵਾਤਾਵਰਨ ਮਾਹੌਲ ਇਸ ਤਰ੍ਹਾਂ ਦੇ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹੈ ਕਿ ਸਿੱਖਾਂ ਵਿੱਚ ਪਾਟੋ ਧੜ ਵੱਧ ਜਾਵੇ, ਸਿੱਖਾਂ ਵਿੱਚ ਆਪਸੀ ਲੜਾਈ ਵੱਧ ਜਾਵੇ, ਜਿਸ ਦੇ ਨਾਲ ਸਾਡੀ ਕੌਮ ਨੂੰ ਜਿੰਨਾ ਨੁਕਸਾਨ ਹੋ ਸਕਦਾ ਉਹ ਦੁਸ਼ਮਣ ਕਰ ਸਕੇ। ਲੇਕਿਨ ਆਪਾਂ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਇੱਥੇ ਜਦੋਂ ਆਪਾਂ ਆਉਂਦੇ ਹਾਂ, ਆ ਕੇ ਸਾਨੂੰ ਇਤਿਹਾਸ ਦੀਆਂ ਉਹਨਾਂ ਗੱਲਾਂ ਦਾ, ਉਹਨਾਂ ਕਥਾ ਕਹਾਣੀਆਂ ਦਾ, ਕੱਲ੍ਹ ਸ਼ਾਮੀ ਬਾਬਾ ਜੀ ਨੇ ਕਥਾ ਕਰਦਿਆਂ ਬਹੁਤ ਵੱਡੇ ਪ੍ਰਸੰਗ, ਜਦੋਂ ਇਕੱਲੇ ਉਹਨਾਂ ਨੇ ਸ਼ਹੀਦਾਂ ਦਾ ਪ੍ਰਸੰਗ, ਸ਼ਹੀਦਾਂ ਜੀਵਨ ਕਿਵੇਂ ਹੁੰਦਾ, ਕਿਸ ਤਰ੍ਹਾਂ ਸਤਿਗੁਰੂ ਅੱਜ ਸਿੱਖਾਂ ਤੋਂ ਆਸ ਰੱਖਦੇ ਆ, ਉਹ ਸਾਰਾ ਕੁਝ ਸਰਵਣ ਕਰਾਇਆ। ਅੱਜ ਵੀ ਉਹੀ ਪ੍ਰਸੰਗ ਚੱਲਿਆ। ਉਸ ਵੇਲੇ ਮੈਂ ਸੋਚ ਰਿਹਾ ਸੀ ਕਿ ਕਿੰਨੇ ਵੱਡੀ ਇੱਕ ਇਸ ਕੌਮ ਦੀ ਵਿਰਾਸਤ ਹੈ, ਕਿੰਨਾ ਵੱਡਾ ਅੱਜ ਵਿਰਸਾ ਹੈ ਸਾਡੇ ਕੋਲ। ਦੁਨੀਆਂ ਦੇ ਵਿੱਚ ਬੜੇ ਧਰਮ ਹੈ, ਬੜੀਆਂ ਵਿਚਾਰਧਾਰਾਵਾਂ, ਲੇਕਿਨ ਕੋਈ ਵਿਚਾਰਧਾਰਾ, ਕੋਈ ਫਿਲਾਸਫੀ ਅੱਜ ਧੰਨ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਮੁਕਾਬਲੇ ਨਹੀਂ ਟਿਕ ਸਕੀ। ਇਹ ਬਹੁਤ ਵੱਡੀ ਗੱਲ ਹੈ। ਸੋ ਇਸ ਵਾਸਤੇ ਅੱਜ ਆਪਾਂ ਇਸ ਪਾਵਨ ਪਵਿੱਤਰ ਇਤਿਹਾਸਿਕ ਦਿਹਾੜੇ 'ਤੇ ਇਕੱਤਰ ਹੋਏ ਹਾਂ। ਮਾਣਯੋਗ ਸਿੰਘ ਸਾਹਿਬ ਜੀ ਨੇ ਵੀ ਆਪ ਜੀ ਨੂੰ ਮੁਖਾਤਬ ਹੋਣਾ, ਮੈਂ ਸਿੰਘ ਸਾਹਿਬਾਨ ਜੀ ਦਾ ਵੀ ਇੱਥੇ ਆਉਣ 'ਤੇ, ਗਿਆਨੀ ਫੂਲਾ ਸਿੰਘ ਜੀ ਅਤੇ ਸਾਡੇ ਮਾਣਯੋਗ ਭਾਈ ਹਰਦੀਪ ਸਿੰਘ ਜੀ, ਗਿਆਨੀ ਕਨ੍ਹਈਆ ਸਿੰਘ ਜੀ, ਉਹਨਾਂ ਦਾ ਵੀ ਇੱਥੇ ਆਉਣ 'ਤੇ ਜਿੱਥੇ ਮੈਂ ਧੰਨਵਾਦ ਕਰਦਾ, ਉੱਥੇ ਮੈਂ ਇਹ ਆਸ ਕਰਦਾ ਕਿ ਆਪਾਂ ਜੋ ਸਾਡੇ ਮਹਾਨ ਗੁਰੂ ਸਾਹਿਬਾਨਾਂ ਨੇ ਸਾਨੂੰ ਮਾਰਗ ਦਿਖਾਇਆ, ਜੋ ਸ਼ਹੀਦਾਂ ਨੇ ਪੈੜਾਂ ਪਾਈਆਂ, ਜੋ ਅਸੀਂ ਇਸ ਆਪਣੇ ਜੀਵਨ ਦੇ ਵਿੱਚ ਮਹਾਨ ਜਰਨੈਲ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਾਨੂੰ ਇਹ ਕਰਕੇ ਵਿਖਾਇਆ, ਮਾਰਗ ਦਿਖਾਇਆ ਕਿ ਧਰਮ ਦੀ ਖਾਤਰ ਜੇ ਸਿਰ ਵੀ ਦੇਣਾ ਪੈ ਜੇ ਤਾਂ ਉਸ ਤੋਂ ਵੀ ਪਿੱਛੇ ਹਟਣ ਦੀ ਲੋੜ ਨਹੀਂ। ਅਤੇ ਕਈ ਵਾਰ ਸਾਡੀਆਂ ਹਕੂਮਤਾਂ, ਤਾਕਤਾਂ, ਵੱਡੇ ਵੱਡੇ ਲੋਕ ਇਹ ਸਮਝਣ ਲੱਗ ਪਏ ਸਨ ਕਿ ਸ਼ਾਇਦ ਸਿੱਖਾਂ ਦੀ ਉਹ ਸਪਿਰਿਟ ਹੁਣ ਨਹੀਂ ਰਹੀ, ਲੇਕਿਨ 1984 ਦੇ ਇਤਿਹਾਸ ਨੇ ਉਹ ਸਾਰਾ ਕੁਝ ਸੁਰਜੀਤ ਕਰਤਾ ਜੋ ਕੁਛ ਅਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਕੇਵਲ ਪੜ੍ਹਦੇ ਸਾਂ ਜਾਂ ਇਸ ਤਰ੍ਹਾਂ ਕਦੇ ਕਥਾ ਕਹਾਣੀਆਂ ਜਾਂ ਲੈਕਚਰਾਂ ਵਿੱਚ ਸੁਣਦੇ ਸਾਂ। ਉਹ ਸਾਰਾ ਕੁਛ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਨਰਲ ਸੁਖਬੀਰ ਸਿੰਘ ਵਰਗੇ ਜਾਂਬਾਜ ਮਹਾਨ ਯੋਧਿਆਂ ਨੇ, ਸੂਰਬੀਰਾਂ ਸ਼ਹੀਦਾਂ ਨੇ ਸਾਡੇ ਸਾਹਮਣੇ ਉਹ ਪੈੜਾਂ ਪਾਈਆਂ ਅਤੇ ਸਾਨੂੰ ਫਿਰ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ, ਨਵਾਂ ਰਸਤਾ ਦਿਖਾਇਆ। ਸੋ ਮੈਂ ਇਸ ਮੌਕੇ 'ਤੇ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ, ਜਿੱਥੇ ਸਤਿਕਾਰਯੋਗ ਬਾਬਾ
ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉੱਥੇ ਸਿੰਘ ਸਾਹਿਬਾਨ ਜੀ ਨੂੰ ਜੀਆਂ ਕਹਿੰਦਾ ਖਿਮਾ ਦਾ ਜਾਚਕਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਦਾਸ ਬੇਨਤੀ ਕਰੇ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਕਿ ਇਸੇ ਤਰ੍ਹਾਂ ਹੀ ਅਜੇ ਦੀਵਾਨ ਚੱਲਣਾ ਹੈ, ਆਪ ਸੰਗਤਾਂ ਹਾਜ਼ਰੀਆਂ ਭਰੋ। ਸਾਡੇ ਅਤਿ ਸਤਿਕਾਰਯੋਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਿੰਘ ਸਾਹਿਬ ਮਹਾਨ ਵਿਦਵਾਨ ਗਿਆਨੀ ਰਘਵੀਰ ਸਿੰਘ ਜੀ, ਜਿਨ੍ਹਾਂ ਨੇ ਸੰਗਤ ਨੂੰ ਮੁਖਾਤਬ ਹੋਣਾ ਹੈ, ਗੁਰਮਤ ਵਿਚਾਰਾਂ ਦੁਆਰਾ ਸਾਂਝ ਪਾਉਣੀ ਹੈ, ਆਓ ਉਹਨਾਂ ਪਾਸੋਂ ਗੁਰਮਤ ਵਿਚਾਰ ਸ਼੍ਰਵਣ ਕਰੀਏ, ਸਤਿਕਾਰ ਕਰੀਏ ਉਸ ਮਹਾਨ ਤਖ਼ਤ ਦਾ ਜਿਸ ਦਾ ਪਵਿੱਤਰ ਨਾਮ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਅਤੇ ਕੇਸਾਂ ਤੋਂ ਬਿਨਾਂ ਸਿੱਖ ਕੋਈ ਸੰਪੂਰਨ ਨਹੀਂ ਹੋ ਸਕਦਾ, ਭਾਵੇਂ ਬਾਕੀ ਸਭ ਕੁਝ ਉਹਦੇ ਕੋਲ ਹੋਵੇ, ਜੇ ਕੇਸ ਨਹੀਂ ਤਾਂ ਫਿਰ ਉਹ ਸਿੱਖੀ ਦੇ ਵਿੱਚ ਸੰਪੂਰਨ ਨਹੀਂ ਮੰਨਿਆ ਜਾਂਦਾ। ਐਸਾ ਤਖ਼ਤ ਸਤਿਕਾਰ ਦਈਏ ਜੀ। ਬੋਲੇ ਸੋ ਨਿਹਾਲ, ਮਨਮੁਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਮੁਬਾਰਕ ਧਰਤੀ 'ਤੇ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸ਼ਹੀਦਾਂ ਦੀ ਜਥੇਬੰਦੀ, ਵਿਦਵਾਨਾਂ ਦੀ ਜਥੇਬੰਦੀ ਦਮਦਮੀ ਟਕਸਾਲ ਦੇ ਇਸ ਪਾਵਨ ਅਸਥਾਨ 'ਤੇ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਸਮੂਹ ਗੁਰੂ ਸਵਾਰੇ ਖਾਲਸਾ ਜੀਓ, ਗੁਰੂ ਬਖਸ਼ੀ ਫਤਿਹ, ਸਾਰੀ ਸੰਗਤ ਹੱਥ ਜੋੜ ਸਿਰ ਝੁਕਾ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੇ ਲੋਕ ਵੱਖ ਵੱਖ ਤਰ੍ਹਾਂ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਨੇ, ਕਿਤੇ ਕਿਸੇ ਉੱਪਰ ਗੁਲਾਲ ਪਾ ਕੇ, ਕਿਸੇ ਉੱਪਰ ਚਿੱਕੜ ਪਾ ਕੇ, ਪਾਣੀ ਪਾ ਕੇ, ਗੰਦ ਪਾ ਕੇ, ਜਾਂ ਹਿੰਦੁਸਤਾਨ ਦੇ ਖਿੱਤੇ ਵਿੱਚ ਇੱਕ ਲੱਠ ਮਾਰ ਹੋਲੀ ਵੀ ਖੇਡੀ ਜਾਂਦੀ ਹੈ। ਹਿੰਦੁਸਤਾਨ ਦੇ ਲੋਕ ਹੋਲੀ ਖੇਡਦੇ ਨੇ, ਲੇਕਿਨ ਦਸ਼ਮੇਸ਼ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਖਾਲਸੇ ਨੂੰ ਹੋਲੇ ਮਹੱਲੇ ਬਖਸ਼ਿਸ਼ ਕੀਤੇ ਨੇ। ਚਾਵਲਾ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਕਾਫੀ ਲੰਬਾ ਸਮਾਂ ਸੇਵਾ ਕੀਤੀ ਹੈ, ਕਾਫੀ ਲੰਬਾ ਸਮਾਂ ਉਹਨਾਂ ਦੀ ਸੰਗਤ ਕੀਤੀ, ਉਹ ਦੱਸਦੇ ਸਨ ਕਿ ਕੱਲ੍ਹ ਇਸੇ ਦੀਵਾਨ ਵਿੱਚ
ਦਮਦਮੇ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਇਹ ਸ਼ਬਦ ਕਹੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਇੱਕ ਸਾਲ ਨਹੀਂ, ਦੋ ਸਾਲ ਨਹੀਂ, ਦਸ, ਵੀਹ, ਪੰਜਾਹ, ਸੌ ਸਾਲ ਨਹੀਂ, ਗੁਰੂ ਆਪਣੇ ਸਿੱਖ ਨੂੰ ਅੰਮ੍ਰਿਤਧਾਰੀ ਸਿੰਘ ਨੂੰ ਕਈ ਜਨਮਾਂ ਤੱਕ ਉਡੀਕਦਾ, ਉਹਨੂੰ ਕਈ ਜਨਮ ਵੀ ਮਨੁੱਖਾ ਜੀਵਨ ਵਿੱਚ ਲੈਣੇ ਪੈਣ ਉਹਨੂੰ ਸਮਾਂ ਦਿੰਦਾ ਕਿ ਉਹ ਗੁਰੂ ਕਾ ਸਿੱਖ ਆਪਣੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆ ਜਾਏ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੋ ਖਾਲਸੇ ਦਾ ਘਰ ਹੈ, ਇੱਥੇ ਹੋਲੇ ਮਹੱਲੇ ਮਨਾਏ ਜਾਂਦੇ ਨੇ, ਦੀਵਾਨ ਸਾਜਦੇ ਨੇ, ਲੱਖਾਂ ਦੀ ਗਿਣਤੀ 'ਚ ਸੰਗਤਾਂ ਇੱਥੇ ਪੁੱਜਦੀਆਂ ਹੈ। ਹਰ ਇੱਕ ਸਿੱਖ ਦੇ ਮਨ ਵਿੱਚ ਇੱਕ ਸਿੱਖ ਹੁੰਦੀ ਹੈ, ਇੱਕ ਤਾਂਘ ਹੁੰਦੀ ਹੈ ਕਿ ਕਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲੇ ਮਹੱਲੇ ਦਾ ਤਿਉਹਾਰ ਆਵੇ ਅਤੇ ਕਦੋਂ ਮੈਂ ਜਾ ਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ, ਮਹਾਂਪੁਰਖਾਂ ਦੇ, ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਜਨਮ ਨੂੰ ਸਫਲ ਕਰ ਸਕਾਂ। ਬਹੁਤ ਵੱਡੀ ਗਿਣਤੀ ਵਿੱਚ ਇਸ ਵਾਰ ਵੀ ਹੋਲੇ ਮਹੱਲੇ ਦੇ ਤਿਉਹਾਰ 'ਤੇ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੀਆਂ ਨੇ ਆਪਣੇ ਗੁਰੂ ਨੂੰ ਸਜਦਾ ਕਰਨ ਵਾਸਤੇ। ਗੁਰੂ ਕੀਆਂ ਲਾਡਲੀਆਂ ਫੌਜਾਂ ਦੇ, ਮਹਾਂਪੁਰਖਾਂ ਦੇ, ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ। ਸਮੁੱਚੀ ਸੰਗਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਣ 'ਤੇ ਜੀ ਆਇਆ। ਸਮਾਂ ਨਹੀਂ ਕਿ ਕਿਸੇ ਗੱਲ ਦਾ ਬਹੁਤਾ ਵਿਸਥਾਰ ਕੀਤਾ ਜਾਏ, ਕਿਉਂਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਆਪ ਜੀ ਦੇ ਸਨਮੁੱਖ ਹੋਣਾ, ਹਾਜ਼ਰੀ ਭਰਨੀ ਹੈ। ਆਪ ਸਭ ਸੰਗਤ ਨੂੰ ਬੇਨਤੀ ਹੈ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮੁੱਚੇ ਜਥੇ ਦੇ ਸਮੇਤ, ਸਮੁੱਚੀ ਸੰਗਤ ਦੇ ਸਮੇਤ ਕੱਲ੍ਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਠੀਕ 10:30 ਪੌਣੇ 11 ਵਜੇ ਦੇ ਕਰੀਬ ਪਹੁੰਚਣ ਦੀ ਖੇਚਲ ਕਰਨੀ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੋਂ ਦੁਪਹਿਰ 12 ਵਜੇ ਅਰਦਾਸ ਕਰਕੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਜਾਣੀ ਹੈ। ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚਣਗੀਆਂ। ਸਮੁੱਚਾ ਖਾਲਸਾ ਪੰਥ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੁੜਿਆ। ਥਾਂ ਥਾਂ 'ਤੇ ਸੰਗਤਾਂ ਲੰਗਰ ਲਾ ਕੇ ਜਾਂ ਹੋਰ ਦਰਜਾ ਬਾ ਦਰਜਾ ਥਾਂ ਪਰ ਥਾਂ ਸੰਗਤ ਦੀਆਂ ਸੁਵਿਧਾ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਵਾਂ ਕਰ ਰਹੀਆਂ ਨੇ। ਆਪ ਸਭ ਸੰਗਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆਉਣ 'ਤੇ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਉਣ 'ਤੇ ਸ਼੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਵੱਲੋਂ ਆਪ ਜੀ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਆਖਿਆ ਜਾਂਦਾ। ਹੋਲੇ ਮਹੱਲੇ ਦਾ ਤਿਉਹਾਰ ਖਾਲਸੇ ਦੀ ਚੜ੍ਹਦੀ ਕਲਾ, ਖਾਲਸੇ ਦੀ ਆਨ ਸ਼ਾਨ ਦਾ ਪ੍ਰਤੀਕ ਔਰ ਖਾਲਸੇ ਦੀ ਅਡਰੀ ਹੋਂਦ ਹਸਤੀ ਦਾ ਪ੍ਰਤੀਕ ਹੈ ਔਰ ਖਾਲਸਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਪਰਮਾਤਮਾ ਦੀ ਮਰਜ਼ੀ ਦੇ ਨਾਲ, ਪਰਮਾਤਮਾ ਦੇ ਹੁਕਮ ਦੇ ਨਾਲ
ਸਤਿਗੁਰਾਂ ਨੇ ਖਾਲਸਾ ਪ੍ਰਗਟ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਖਾਲਸੇ ਬਣੀਏ ਅੰਮ੍ਰਿਤ ਛਕੀਏ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਿਆਦਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਬਹੁਤ ਬਹੁਤ ਸ਼ੁਕਰਾਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਸੰਗਤ 'ਤੇ ਦਰਸ਼ਨ ਹੋਏ ਨੇ। ਧੰਨਵਾਦ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਜੀ ਚਾਵਲਾ, ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਬਾਬਾ ਜੀਵਾ ਸਿੰਘ ਜੀ, ਗਿਆਨੀ ਹਰਦੀਪ ਸਿੰਘ ਜੀ, ਗਿਆਨੀ ਸੁਖਦੇਵ ਸਿੰਘ ਜੀ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਫੂਲਾ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਉਹ ਵੀ ਸੰਗਤ ਦੇ ਵਿੱਚ ਸਟੇਜ ਉੱਤੇ ਸੁਭਾਇਮਾਨ ਨੇ। ਭਾਈ ਸੁਖਜੀਤ ਸਿੰਘ ਜੀ ਘਨੱਈਆ, ਪ੍ਰਚਾਰਕ ਬੁੱਢਾ ਦਲ, ਉਹ ਵੀ ਸਟੇਜ ਦੇ ਉੱਤੇ ਬਿਰਾਜਮਾਨ ਨੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਔਰ ਹੋਲੇ ਮਹੱਲੇ ਦੇ ਇਸ ਪਾਵਨ ਤਿਉਹਾਰ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ। ਦਾਸ ਬੇਨਤੀ ਕਰੇ ਕਿ ਇੱਥੇ ਅਤਿ ਸਤਿਕਾਰਯੋਗ ਮਹਾਨ ਵਿਦਵਾਨ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ, ਉਹ ਵੀ ਸੰਗਤ ਵਿੱਚ ਸ਼ੋਭਤ ਨੇ, ਪਰਦਾਸ ਉਹਨਾਂ ਤੋਂ ਖਿਮਾ ਦਾ ਜਾਚਕ ਹੈ। ਬੇਨਤੀ ਕਰੇ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਮੈਂਬਰ SGPC, ਉਹ ਵੀ ਸਟੇਜ 'ਤੇ ਸ਼ੋਭਤ ਨੇ, ਉਹਨਾਂ ਤੋਂ ਵੀ ਦਾਸ ਖਿਮਾ ਦਾ ਜਾਚਕ ਹੈ। ਉਹਨਾਂ ਦੇ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਨਾਲ ਬਾਬਾ ਕਸ਼ਮੀਰ ਸਿੰਘ ਜੀ ਹਨੂੰਮਾਨਗੜ੍ਹ, ਬਾਬਾ ਦਰਸ਼ਨ ਸਿੰਘ ਜੀ ਪੀਲੀਆਂ ਵੰਗਾਂ ਰਾਜਸਥਾਨ ਤੋਂ, ਉਹ ਵੀ ਹਾਜ਼ਰੀ ਭਰ ਰਹੇ ਹਨ। ਇਸੇ ਤਰ੍ਹਾਂ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ ਮੁੰਡੇ ਪਿੰਡ ਤੋਂ, ਇਸੇ ਤਰ੍ਹਾਂ ਹੀ ਸਤਿਕਾਰਯੋਗ ਸਰਦਾਰ ਲਾਲ ਸਿੰਘ ਜੀ ਮੁੰਡੇ ਪਿੰਡ ਤੋਂ, ਨੰਬਰਦਾਰ ਸਰਦਾਰ ਅਜੀਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਗੁੱਜਰਪੁਰੇ ਤੋਂ, ਜਿੰਨੇ ਵੀ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਹਾਨ ਵਿਦਵਾਨ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੁਆਰਾ ਸਾਂਝ ਪਾਉਣਗੇ। ਆਓ ਸਤਿਕਾਰ ਕਰੀਏ। ਬੋਲੇ ਸੋ ਨਿਹਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ। ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੋਲੇ ਮਹੱਲੇ ਦਾ ਪਰਵ ਮਨਾ ਰਹੇ ਹਾਂ, ਜੋ ਖਾਲਸੇ ਦੀ ਸ਼ਾਨ ਦਾ, ਖਾਲਸੇ ਦੀ ਆਨ ਦਾ, ਖਾਲਸੇ ਦੀ ਨਿਆਰੀ ਹਸਤੀ ਦਾ ਪ੍ਰਤੀਕ ਹੈ। ਅਕਾਲ ਪੁਰਖ ਨੇ ਇਹ ਸੰਸਾਰ ਸਿਰਜਿਆ ਇੱਕ ਬਾਗ ਦੀ ਤਰ੍ਹਾਂ, ਅਤੇ ਸੰਸਾਰ ਰੂਪੀ ਇਸ ਬਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ, ਅਨੇਕਾਂ ਰੰਗਾਂ ਦੇ ਫੁੱਲ ਹੈ। ਅਨੇਕਾਂ ਰੰਗਾਂ ਦੇ, ਅਨੇਕਾਂ ਤਰ੍ਹਾਂ ਦੇ ਇਹ ਫੁੱਲ
ਸੰਸਾਰ ਰੂਪੀ ਇਸ ਬਾਗ ਦੀ ਖੂਬਸੂਰਤੀ ਦੇ ਵਿੱਚ ਵਾਧਾ ਕਰਦੇ ਆ। ਜੇ ਬਾਗ ਦੇ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਉਹ ਇੰਨਾ ਖੂਬਸੂਰਤ ਨਹੀਂ ਹੁੰਦਾ ਜਿੰਨਾ ਉਹ ਬਾਗ ਖੂਬਸੂਰਤ ਲੱਗਦਾ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਰੰਗਾਂ ਦੇ ਫੁੱਲ ਹੁੰਦੇ ਆ। ਇਹ ਸੰਸਾਰ ਰੂਪੀ ਬਾਗ ਦੇ ਵਿੱਚ ਵੀ ਅਲੱਗ ਅਲੱਗ ਰੰਗ ਹੈ, ਅਲੱਗ ਅਲੱਗ ਵਿਭਿੰਨਤਾਵਾਂ ਨੇ, ਅਲੱਗ ਅਲੱਗ ਅਨੇਕਤਾਵਾਂ ਨੇ। ਪਰ ਇਹਨਾਂ ਅਲੱਗ ਅਲੱਗ ਵਿਭਿੰਨਤਾਵਾਂ ਦੇ ਵਿੱਚ, ਇਹਨਾਂ ਅਲੱਗ ਅਲੱਗ ਅਨੇਕਤਾਵਾਂ ਦੇ ਵਿੱਚ ਏਕਤਾ ਵੀ ਹੈ। ਪਰ ਉਸ ਏਕਤਾ ਨੂੰ ਵੇਖਣ ਵਾਲਾ ਕੋਈ ਦਿਵ ਪੁਰਸ਼ ਹੀ ਹੋ ਸਕਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਾ, ਜਿਨ੍ਹਾਂ ਨੇ ਬਚਨ ਕਹੇ ਅਨੇਕ ਹੈ ਫਿਰ ਏਕ ਹੈ। ਇਸ ਸੰਸਾਰ ਦੇ ਵਿੱਚ ਚੰਗਿਆਈ ਵੀ ਹੈ, ਬੁਰਿਆਈ ਵੀ ਹੈ, ਅੰਮ੍ਰਿਤ ਵੀ ਹੈ, ਜ਼ਹਿਰ ਵੀ ਹੈ। ਅਤੇ ਜੋ ਸੰਸਾਰ ਦੇ ਵਿੱਚ ਹੈ ਉਹ ਸਾਡੇ ਸਰੀਰ ਦੇ ਵਿੱਚ ਵੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਸਾਡੇ ਸਰੀਰ ਦੇ ਵਿੱਚ ਅੰਮ੍ਰਿਤ ਵੀ ਹੈ ਅਤੇ ਸਾਡੇ ਸਰੀਰ ਦੇ ਵਿੱਚ ਜ਼ਹਿਰ ਵੀ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ, ਨਾਮ ਕਿੱਥੇ ਹੈ? ਕਹਿੰਦੇ ਸਰੀਰ ਦੇ ਵਿੱਚ ਵਾਸ ਹੈ ਨਾਮ ਦਾ। ਅਤੇ ਉੱਥੇ ਪਾਤਸ਼ਾਹ ਇਹ ਵੀ ਸਾਨੂੰ ਸਮਝਾਉਂਦੇ ਹੈ ਇਸ ਦੇਹੀ ਅੰਦਰ ਪੰਜ ਚੋਰ ਵੱਸਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਕਿੱਥੇ ਵੱਸਦੇ ਨੇ? ਇਹ ਸਰੀਰ ਦੇ ਵਿੱਚ ਵੱਸਦੇ ਨੇ। ਪਰ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ, ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ, ਸਾਧ ਸੰਗਤ ਜੀ, ਉਹ ਆਪਣੇ ਹਿਰਦੇ ਦੇ ਵਿੱਚ ਪਏ ਹੋਏ ਨਾਮ ਅੰਮ੍ਰਿਤ ਨੂੰ ਲਖਦਾ ਅਤੇ ਵਿਕਾਰਾਂ ਦਾ ਤਿਆਗ ਕਰਦਾ। ਸੰਸਾਰ ਦੇ ਵਿੱਚ ਵੀ ਉਹ ਚੰਗਿਆਈ ਨੂੰ ਧਾਰਦਾ ਅਤੇ ਬੁਰਿਆਈ ਦਾ ਤਿਆਗ ਕਰਦਾ। ਅਤੇ ਜਿਹਨੂੰ ਗੁਰੂ ਤੋਂ ਵਿਵੇਕ ਨਹੀਂ ਮਿਲਿਆ, ਜਿਹਨੂੰ ਗੁਰੂ ਤੋਂ ਗੁਰਮਤ ਦੀ ਦੀਕਸ਼ਾ ਨਹੀਂ ਲਈ, ਨਾਮ ਦੀਕਸ਼ਾ ਨਹੀਂ ਲਈ, ਉਹ ਸੰਸਾਰ ਦੇ ਵਿੱਚ ਬੁਰਿਆਈ ਜਿਹੜੀ ਹੈ ਉਹਨੂੰ ਗ੍ਰਹਿਣ ਕਰ ਲੈਂਦਾ ਅਤੇ ਜਿਹੜੀ ਚੰਗਿਆਈ ਹੁੰਦੀ ਹੈ ਉਹਨੂੰ ਤਿਆਗ ਦਿੰਦਾ। ਉਹਨੂੰ ਬੁਰਿਆਈ ਜਿਹੜੀ ਹੈ ਉਹ ਚੰਗੀ ਲੱਗਦੀ ਹੈ, ਜਿਹੜੀ ਚੰਗਿਆਈ ਹੁੰਦੀ ਹੈ ਉਹ ਚੰਗੀ ਨਹੀਂ ਲੱਗਦੀ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨਾ ਹੋ ਡਿੱਠੀ। ਸਾਕਤ ਪੁਰਖ ਹੈ ਜਿਹਨੂੰ ਅੰਮ੍ਰਿਤ ਕੌੜਾ ਲੱਗਦਾ, ਨਿਤਨੇਮ ਕੌੜਾ ਲੱਗਦਾ, ਅੰਮ੍ਰਿਤ ਕੌੜਾ ਲੱਗਦਾ, ਕਕਾਰ ਕੌੜੇ ਲੱਗਦੇ ਨੇ, ਅਤੇ ਮਿੱਠਾ ਕੀ ਲੱਗਦਾ? ਨਸ਼ੇ ਮਿੱਠੇ ਲੱਗਦੇ ਨੇ, ਨਿੰਦਿਆ ਮਿੱਠੀ ਲੱਗਦੀ ਹੈ, ਸਾੜਾ ਮਿੱਠਾ ਲੱਗਦਾ, ਚੁਗਲੀ ਮਿੱਠੀ ਲੱਗਦੀ ਹੈ, ਦਵੈਸ਼ ਮਿੱਠਾ ਲੱਗਦਾ। ਅੱਜ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਮਹਾਨ ਵਰੋਸਾਈ ਪਾਵਨ ਪਵਿੱਤਰ ਧਰਤੀ ਦੇ ਉੱਤੇ ਬੈਠੇ ਹਾਂ। ਅਸੀਂ ਗੁਰੂ ਨਾਲ ਜੁੜਨਾ, ਗੁਰੂ ਤੋਂ ਨਾਮਦਾਨ, ਗੁਰੂ ਤੋਂ ਉਪਦੇਸ਼, ਗੁਰੂ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜ਼ਿੰਦਗੀ ਜਿਉਣ ਦਾ ਯਤਨ ਕਰਨਾ, ਫਿਰ ਹੀ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋਣਾ। ਬਹੁਤ ਧੰਨਵਾਦ ਦਮਦਮੀ ਟਕਸਾਲ ਦੇ ਮਹਾਨ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਜੋ ਮੁਖੀ ਨੇ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਇਸ ਪਰਬ ਦੇ ਉੱਤੇ, ਇਸ ਅਸਥਾਨ ਦੇ ਉੱਤੇ ਦੀਵਾਨ ਸਜੇ ਨੇ। ਆਪ ਸਭ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਬੜੇ ਵਿਦਵਾਨ ਮੰਚ ਦੇ ਉੱਤੇ ਬੈਠੇ ਨੇ ਜਿਨ੍ਹਾਂ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਗੁਰਮਤਿ ਦੀ ਦੀਖਿਆ ਦਿੱਤੀ ਹੈ। ਮਾਨਯੋਗ ਸਿੰਘ ਸਾਹਿਬ, ਗਿਆਨੀ ਰਘਵੀਰ ਸਿੰਘ ਜੀ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਉਪਦੇਸ਼ ਦਿੱਤਾ, ਗੁਰੂ ਦੀ ਮੱਤ ਤੋਂ ਜਾਣੂ ਕਰਵਾਇਆ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਿਨ੍ਹਾਂ ਦਾ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦਾਸ ਸਾਹਿਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰੇ, ਅਤਿ ਜ਼ਰੂਰੀ ਬੇਨਤੀ ਹੈ ਕਿ ਇਹ ਮਹਾਨ ਜਥੇਬੰਦੀ ਜਿਸ ਦੀ ਸਥਾਪਨਾ ਸਾਹਿਬ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਤੋਂ ਹੋਈ, ਐਸੀ ਦਮਦਮੀ ਟਕਸਾਲ, ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਜੋ ਸਮੇਂ ਅਨੁਸਾਰ ਬਦਲਦਾ ਰਿਹਾ। ਧੰਨ ਬਾਬਾ ਦੀਪ ਸਿੰਘ ਜੀ, ਅਮਰ ਸ਼ਹੀਦ, ਪਹਿਲੇ ਮੁਖੀ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਵੇਲੇ ਇਹ ਜਥੇਬੰਦੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਰਾਜਦੀ ਰਹੀ। ਦਮਦਮੀ ਟਕਸਾਲ ਦੇ ਦੂਸਰੇ ਮੁਖੀ ਸਿੰਘ ਸਾਹਿਬ ਅਮਰ ਸ਼ਹੀਦ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦੂਸਰੇ ਜਥੇਦਾਰ ਵੀ ਰਹੇ, ਐਸੇ ਮਹਾਂਪੁਰਖ ਜਿਨ੍ਹਾਂ ਦੇ ਸਮੇਂ ਜਥੇਬੰਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਰਾਜਦੀ ਰਹੀ। ਇਸੇ ਤਰ੍ਹਾਂ ਸੀਨਾ ਵਸੀਨਾ ਕਿਸੇ ਸਮੇਂ ਇਹ ਜਥੇਬੰਦੀ ਦਾ ਕੇਂਦਰ ਪਰਮ ਪੂਜਨੀਕ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਰੇ ਵਾਲੇ ਮਹਾਂਪੁਰਖ, ਉਹਨਾਂ ਦੇ ਪਵਿੱਤਰ ਰਹਿਨੁਮਾਈ ਦੇ ਵਿੱਚ ਇਹ ਜਥੇਬੰਦੀ ਦਾ ਪ੍ਰਸਾਰ ਹੁੰਦਾ ਰਿਹਾ। ਔਰ ਉਹਨਾਂ ਤੋਂ ਉਪਰੰਤ ਪੰਥ ਰਤਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਵੇਲੇ ਇਹ ਜਥੇਬੰਦੀ ਦਾ ਕੇਂਦਰੀ ਸਥਾਨ ਨਗਰ ਭਿੰਡਰਾਂ ਬਣ ਗਿਆ, ਔਰ ਜਿੱਥੋਂ ਇਹ ਨਾਮ ਪ੍ਰਸਿੱਧ ਹੋ ਗਿਆ, ਸੰਪਰਦਾਇ ਗਿਆਨੀਆਂ ਦਾ ਨਾਮ ਭਿੰਡਰਾਂ ਵਾਲੀ ਸੰਪਰਦਾਇ ਕਰਕੇ ਪ੍ਰਸਿੱਧ ਹੋਇਆ। ਔਰ ਅੱਜ ਮੌਜੂਦਾ ਸਮੇਂ ਦੇ ਵਿੱਚ ਇਸ ਜਥੇਬੰਦੀ ਦਾ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਨਗਰ ਮਹਿਤਾ ਚੌਂਕ ਕਰਕੇ ਵੀ ਪ੍ਰਸਿੱਧ ਹੈ। ਉਸ ਮਹਾਨ ਕੇਂਦਰ ਦਾ ਜਿਸ ਦੀ ਸਥਾਪਨਾ ਸੱਚਖੰਡ ਵਾਸੀ ਮਹਾਂਪੁਰਸ਼ ਵਿਦਿਆ ਮਾਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਰੀਰ ਛੱਡਣ ਤੋਂ ਉਪਰੰਤ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਕਹਿਣੀ ਕਥਨੀ ਦੇ ਪੂਰੇ ਸੂਰੇ ਜਿਹੜੇ ਪੜ੍ਹਦੇ ਹੁੰਦੇ ਸੀ, ਪੜ੍ਹਾਉਂਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਐਸੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਥਾਪਨਾ ਕੀਤੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ। ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਸਥਾਪਿਤ ਕੀਤਾ। ਉਸ ਕੇਂਦਰੀ ਸਥਾਨ ਉੱਤੇ ਉਹਨਾਂ ਤੋਂ ਉਪਰੰਤ ਜਿਨ੍ਹਾਂ ਮਹਾਂਪੁਰਖਾਂ ਦੀ ਅੱਜ ਜਾਣ ਪਛਾਣ ਕਰਾਉਣ ਦੀ ਲੋੜ ਨਹੀਂ ਪੈਂਦੀ ਹੈ, ਸੂਰਜ ਵਾਂਗ ਜਿਨ੍ਹਾਂ ਦਾ ਨਾਮ ਸੰਸਾਰ ਉੱਪਰ ਰੌਸ਼ਨ ਹੋ ਰਿਹਾ ਹੈ, ਚਮਕ ਰਿਹਾ ਹੈ, ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਮਹਾਂਪੁਰਖ ਉੱਥੇ ਹਾਜ਼ਰ ਰਹੇ, ਸੇਵਾਵਾਂ ਨਿਭਾਉਂਦੇ ਰਹੇ। ਉਹਨਾਂ ਤੋਂ ਉਪਰੰਤ ਪਰਮ ਪੂਜਨੀਕ ਮਹਾਂਪੁਰਖ ਨਾਮ ਬਾਣੀ ਦੇ ਰਸੀਏ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਉੱਥੇ ਸੇਵਾ ਸੰਭਾਲੀ ਔਰ ਬੇਅੰਤ ਹੀ ਸੇਵਾਵਾਂ ਕਰਾ ਕੇ ਗੁਰੂ ਸਾਹਿਬ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹਨਾਂ ਤੋਂ ਉਪਰੰਤ ਅੱਜ ਮੌਜੂਦਾ ਸਮੇਂ ਵਿੱਚ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ। ਕਹਿਣ ਤੋਂ ਭਾਵ ਵੀ ਜਿਹੜਾ ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ, ਉਹਦੀ ਸਥਾਪਨਾ ਨੂੰ ਸਾਧ ਸੰਗਤ ਜੀ 50 ਸਾਲ ਹੋਣ ਜਾ ਰਹੇ ਹਨ। ਉਹਦਾ 50 ਸਾਲਾ ਦਿਹਾੜਾ ਜਿਹੜਾ ਹੈ ਸਥਾਪਨਾ ਦਾ,
ਉਹ ਇਸੇ ਹੀ ਸਾਲ ਅਕਤੂਬਰ ਦੇ ਅਖੀਰ ਦੇ ਵਿੱਚ ਮਨਾਇਆ ਜਾਣਾ ਹੈ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਸਥਾਪਨਾ ਦਿਵਸ ਨੂੰ ਮਨਾਉਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਯੋਗ ਅਗਵਾਈ ਦੇ ਵਿੱਚ ਕਮੇਟੀ ਬਣ ਚੁੱਕੀ ਹੈ। ਆਪ ਸੰਗਤਾਂ ਦੇ ਧਿਆਨ ਗੋਚਰੇ ਬੇਨਤੀ ਕੀਤੀ ਜਾ ਰਹੀ ਹੈ ਕਿ ਅਕਤੂਬਰ ਦੇ ਅਖੀਰ ਦੇ ਵਿੱਚ ਮਨਾਇਆ ਜਾਣਾ ਹੈ। ਸੋ ਆਪ ਸੰਗਤਾਂ ਨੇ ਨੋਟ ਕਰਨਾ, ਧਿਆਨ ਰੱਖਣਾ, ਯਾਦ ਰੱਖਣਾ ਔਰ ਪ੍ਰਚਾਰ ਵਾਸਤੇ ਮਹਾਂਪੁਰਖ ਜਿਵੇਂ ਵੀ ਅਗਵਾਈ ਕਰਨਗੇ ਸੰਗਤਾਂ ਦੀ, ਉਹ ਸਾਰੇ ਹੀ ਪ੍ਰਚਾਰ ਦੇ ਵਸੀਲੇ ਜਿਹੜੇ ਨੇ ਸਥਾਪਨਾ ਦਿਵਸ ਦੇ ਵਿੱਚ ਵਰਤੇ ਜਾਣਗੇ। ਸੋ ਇਹ ਬੇਨਤੀ ਪ੍ਰਵਾਨ ਕਰਿਓ। ਹੁਣ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਸਨਮਾਨ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਬੋਲੇ ਸੋ ਨਿਹਾਲ। ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਦਾ ਸਨਮਾਨ, ਭਾਈ ਜਗੀਰ ਸਿੰਘ ਜੀ ਮਾਂਗੇਆਣਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ। ਬੋਲੇ ਸੋ ਨਿਹਾਲ। ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਵੀ ਸਟੇਜ 'ਤੇ ਸੁਸ਼ੋਭਿਤ ਨੇ। ਜਿੰਨੇ ਵੀ ਮਹਾਂਪੁਰਖ ਵਿਦਵਾਨ ਪਹੁੰਚੇ ਨੇ ਬਾਬਾ ਜੀ ਸਨਮਾਨ ਕਰ ਰਹੇ ਹਨ। ਬੇਨਤੀ ਹੈ ਕਿ ਆਪੋ ਆਪਣਾ ਸਨਮਾਨ ਪ੍ਰਾਪਤ ਕੀਤਾ ਜਾਵੇ। ਨਾਲ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਤਿੰਨ ਰੋਜ਼ਾ ਜੋ ਰਾਤਰੀ ਦੇ ਸਮਾਗਮ ਸਨ ਜਿਨ੍ਹਾਂ ਵਿੱਚ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਪ੍ਰਾਪਤ ਕੀਤਾ ਹੈ ਔਰ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਨਮਾਨ ਕਰ ਰਹੇ ਹਨ। ਬੋਲੇ ਸੋ ਨਿਹਾਲ। ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਤਨ ਮਨ ਧਨ ਦੁਆਰਾ ਸੇਵਾਵਾਂ ਸੰਗਤਾਂ ਕਰ ਰਹੀਆਂ ਨੇ, ਸਾਰਿਆਂ ਹੀ ਨਗਰਾਂ ਦੀਆਂ ਸੰਗਤਾਂ ਦਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਹੁਣ ਦਾਸ ਬੇਨਤੀ ਕਰੇ ਪੰਥ ਦੇ ਮਹਾਨ ਕਵੀਸ਼ਰ ਜਿਨ੍ਹਾਂ ਉੱਤੇ ਗੁਰੂ